ਕਹਾਣੀ ਲਿਖ ਗਿਆ ਕੋਈ, ਕਹਾਣੀ ਕਹਿ ਗਿਆ ਕੋਈ, ਨਾਵਲ ਬਣ ਗਿਆ ਕੋਈ, ਕਹਾਣੀ ਰਹਿ ਗਿਆ ਕੋਈ। ਅੱਜ ਅਸੀਂ ਕਹਾਣੀ, ਨਾਵਲ ਔਰ ਇਹਦੇ ਨਾਲ ਹੋਰ ਅਨੇਕ ਕਵਿਤਾਵਾਂ ਦੇ ਬਹੁਤ ਵੱਡੇ ਲੇਖਕ ਸ਼੍ਰੀ ਕਿਰਪਾਲ ਕਜਾਗ ਜੀ ਨਾਲ ਗੱਲਾਂ ਕਰਨੀਆਂ ਨੇ। ਇਹਦਾ ਨਾਂ ਹੀ ਹੈਗਾ ਪਾਠਕਾਂ ਦੀ ਸੱਥ, ਪਰ ਇਹ ਪਾਠਕਾਂ ਦੀ ਸੱਥ ਹੈ, ਤੁਸੀਂ ਸਾਰੇ ਪਾਠਕ ਹੋ। ਇਹ ਸਮਾਗਮ ਆਪਣਾ, ਕਜਾਗ ਸਾਹਿਬ ਆਪਣੇ ਜੀਵਨ ਬਾਰੇ ਗੱਲਾਂ ਕਰਨਗੇ ਔਰ ਉਸ ਤੋਂ ਬਾਅਦ ਆਪਾਂ ਸਵਾਲ ਕਰਨੇ ਆ, ਕਿਉਂਕਿ ਤੁਸੀਂ ਵਿਦਿਆਰਥੀ ਹੋ, ਵਿਦਿਆਰਥੀ ਜੀਵਨ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਮਾਜ ਨਾਲ ਜੁੜੀਆਂ ਹੋਈਆਂ ਨੇ, ਬਹੁਤ ਸਾਰੇ ਤੁਹਾਡੇ ਮਨ 'ਚ ਖਿਆਲ ਹੋਣਗੇ, ਬਲਬਲੇ ਹੋਣਗੇ, ਜ਼ਰੂਰ ਤੁਹਾਡੇ ਮਨ 'ਚ ਕੋਈ ਸਵਾਲ ਹੋਣਾ ਤਾਂ ਆਪਾਂ ਉਹ ਕਜਾਗ ਸਾਹਿਬ 'ਚ ਪੁੱਛਾਂਗੇ। ਇਹਨਾਂ ਦਾ ਬਹੁਤ ਵੱਡਾ ਅਨੁਭਵ ਹੈ ਔਰ ਜਿਵੇਂ ਵਰਮਾ ਸਾਹਿਬ ਦੱਸ ਕੇ ਗਏ ਨੇ, ਸਤੀਸ਼ ਵਰਮਾ ਜੀ ਪੰਜਾਬ ਸਾਹਿਤ ਅਕਾਡਮੀ ਸਾਡੇ ਜਨਰਲ ਸਕੱਤਰ ਨੇ, ਤਾਂ ਉਹਨਾਂ ਦੀ ਰਹਿਨਮਾਈ 'ਚ ਸਮਾਗਮ ਹੋ ਰਿਹਾ। ਕਿਰਪਾਲ ਕਜਾਗ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡਾ ਨਾਂ ਹੈ। ਇਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਔਰ ਅੰਤਹੀਨ ਜਿਹੜੀ ਕਿਤਾਬ ਹੈ ਇਹਨਾਂ ਦੀ ਕਹਾਣੀਆਂ ਦੀ, ਉਹਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਫਰਵਰੀ ਦੇ ਵਿੱਚ 25 ਫਰਵਰੀ ਨੂੰ ਮਿਲਿਆ ਔਰ ਉਸ ਤੋਂ ਅਗਲੇ ਦਿਨਾਂ ਦੇ ਵਿੱਚ ਭਾਈ ਵੀਰ ਸਿੰਘ ਸਦਨ ਦਿੱਲੀ ਵੱਲੋਂ ਸਾਡੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਡਾਕਟਰ ਮਨਮੋਹਨ ਸਿੰਘ, ਉਹਨਾਂ ਨੇ ਸਨਮਾਨਿਤ ਕੀਤਾ। ਅਨੇਕਾਂ ਸਨਮਾਨ ਨੇ, ਜੇ ਗਿਣਨੇ ਹੋਣ ਤਾਂ ਜਿੰਨਾ ਸਮਾਗਮ ਇਹ ਹੋਏਗਾ ਉਨੇ ਸਨਮਾਨ ਇਹਨਾਂ ਨੇ ਲਏ ਨੇ ਔਰ ਜ਼ਿੰਦਗੀ ਦੇ ਕਿੰਨੇ ਹੀ ਰੰਗ ਇਹਨਾਂ ਨੇ ਦੇਖੇ ਨੇ ਔਰ ਉਹਨਾਂ ਰੰਗਾਂ ਦੇ ਵਿੱਚੋਂ ਹੀ ਇਹਨਾਂ ਦੀ ਕਹਾਣੀ ਜਨਮ ਲੈਂਦੀ ਹੈ। ਇਹਨਾਂ ਨੇ ਕਹਾਣੀ ਤੋਂ ਇਲਾਵਾ ਲੋਕ ਧਾਰਾ 'ਤੇ ਕੰਮ ਕੀਤਾ ਔਰ ਟੈਲੀਵਿਜ਼ਨ 'ਤੇ ਇਹਨਾਂ ਦੇ ਸੀਰੀਅਲ ਆਉਂਦੇ ਨੇ ਔਰ ਬਹੁਤ ਖੂਬਸੂਰਤ ਨਾਟਕ ਲਿਖੇ ਨੇ। ਇਸੇ ਤਰੀਕੇ ਫੋਟੋਗ੍ਰਾਫਰ ਦੇ ਵਿੱਚ ਇਹਨਾਂ ਬਹੁਤ ਵੱਡਾ ਨਾਂ ਹੈ ਔਰ ਕਿੰਨੇ ਹੀ ਮਤਲਬ ਹੋਰ ਇਹਨਾਂ ਕੋਲ ਕਾਰਜ ਨੇ, ਅਨੁਭਵ ਨੇ ਜਿਹਨਾਂ ਨੂੰ ਇਹ ਕਾਗਜ਼ਾਂ 'ਤੇ ਉਕਾਲਦੇ ਨੇ ਔਰ ਇਹਨਾਂ ਨਾਲ ਅਸੀਂ ਗੱਲਾਂ ਕਰਾਂਗੇ। ਅਤੇ ਸਾਡੇ ਵਿੱਚ ਜਿਹੜੀ ਪ੍ਰਧਾਨਗੀ ਹੈ ਅੱਜ ਦੀ, ਉਹ ਸ਼੍ਰੀ ਨਛੱਤਰ ਜੀ ਕਰ ਰਹੇ ਨੇ। ਇਹ ਵੀ ਪੰਜਾਬੀ ਦੇ ਬਹੁਤ ਵੱਡੇ ਨਾਟਕਕਾਰ ਨੇ ਔਰ ਉਸ ਤੋਂ ਬਾਅਦ ਬਹੁਤ ਖੂਬਸੂਰਤ ਇਹਨਾਂ ਨੇ ਨਾਵਲ ਲਿਖੇ, ਨਾਵਲਕਾਰ ਔਰ ਇਹਨਾਂ ਦੇ ਨਾਵਲ ਸਲੋ ਡਾਊਨ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਕੈਂਸਰ ਟ੍ਰੇਨ ਇਹਨਾਂ ਦਾ ਇੱਕ ਹੋਰ ਨਾਵਲ ਹੈ। ਤੋ ਇਸ ਤਰ੍ਹਾਂ ਇਹਨਾਂ ਨੇ ਸਮਾਜ ਨੂੰ, ਜ਼ਿੰਦਗੀ ਨੂੰ ਆਪਣੀ ਲਿਖਤ ਰਾਹੀਂ ਪੇਸ਼ ਕਰਕੇ ਸਾਡੇ ਸਾਹਮਣੇ ਸ਼ੀਸ਼ਾ ਪੇਸ਼ ਕੀਤਾ ਕਿ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਇਸੇ ਤਰ੍ਹਾਂ ਅੱਜ ਦੀ ਜਿਹੜੀ ਸਾਡੇ ਮੁੱਖ ਮਹਿਮਾਨ ਨੇ, ਵਿਸ਼ੇਸ਼ ਮਹਿਮਾਨ ਡਾਕਟਰ ਹਰਜੋਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਾਹਿਤ ਅਧਿਐਨ ਦੇ ਵਿੱਚ ਵਿਭਾਗ ਦੇ ਵਿੱਚ ਇਹ ਅੱਜ ਕੱਲ੍ਹ ਹੈਗੇ ਨੇ ਔਰ ਕਿਰਪਾਲ ਕਜਾਗ ਜੀ ਜਦੋਂ ਸੇਵਾ ਨਿਭਾ ਰਹੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਤਾਂ ਇਹਨਾਂ ਨੇ ਵੀ ਸਾਹਿਤ ਅਧਿਐਨ ਵਿਭਾਗ ਦੇ ਵਿੱਚ ਉਸੇ ਚੇਅਰ 'ਤੇ ਕੰਮ ਕੀਤਾ। ਤਾਂ ਪੰਜਾਬੀ ਯੂਨੀਵਰਸਿਟੀ ਦੀਆਂ ਦੋਵੇਂ ਸ਼ਖਸੀਅਤਾਂ ਸਾਡੇ ਵਿੱਚ ਨੇ ਔਰ ਮੇਰੇ ਸਾਹਮਣੇ ਬੀਬਾ ਬਲਵੰਤ ਜੀ ਪੰਜਾਬੀ ਦੇ ਬਹੁਤ ਵੱਡੇ ਪੋਇਟ ਨੇ, ਫੂਲ ਚੰਦ ਮਾਨਵ ਜੀ ਬੈਠੇ ਨੇ, ਸੁਖ ਜੀਵਨ ਅਮਰ ਘੋਲੀਆ ਜੀ, ਅਤੇ ਤੁਸੀਂ ਸਭ ਤੁਹਾਨੂੰ ਮੈਂ ਬੇਨਤੀ ਕਰਦਾ ਡਾਕਟਰ ਹਰਜੋਤ ਸਿੰਘ ਹੋਰਾਂ ਨੂੰ ਕਿ ਉਹ ਆਉਣ, ਕਿਰਪਾਲ ਕਜਾਗ ਜੀ ਦੀ ਸ਼ਖਸੀਅਤ, ਉਹਨਾਂ ਦੀ ਲੇਖਣੀ, ਉਹਨਾਂ ਦਾ ਵਰਤਾਓ, ਉਹਦੇ ਬਾਰੇ ਗੱਲਾਂ ਕਰਨਗੇ। ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡਾ ਸਾਰਿਆਂ ਦਾ ਇਸ ਵੇਲੇ ਤੁਹਾਡੇ ਜਿਹਨ 'ਚ ਇਹ ਉਤਸੁਕਤਾ ਹੈ ਕਿ ਅਸੀਂ ਕਜਾਗ ਸਾਹਿਬ ਨੂੰ ਸੁਣਨਾ। ਤੁਸੀਂ ਬੜੇ ਭਾਗਾਂ ਵਾਲੇ ਹੋ ਕਿ ਅੱਜ ਤੁਹਾਡੇ ਵਿੱਚ ਪੰਜਾਬੀ ਸਾਹਿਤ ਦੇ ਉਹ ਲੇਖਕ ਮੌਜੂਦ ਨੇ ਜਿਨ੍ਹਾਂ ਨੂੰ ਲੋਕ ਮਿਲਣ ਲਈ ਤਰਸਦੇ ਨੇ। ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਇਹਨਾਂ ਦੇ ਵਿਭਾਗ ਵਿੱਚ ਹੁਣ ਕੰਮ ਕਰਦਾ। ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹੋ ਕਿ ਸਾਹਿਤ ਅਕੈਡਮੀ ਨੇ ਜਿਸ ਲੇਖਕ ਨੂੰ ਅਵਾਰਡ ਕੀਤਾ ਹੋਵੇ ਉਹਦਾ ਕੱਦ ਕਿੱਡਾ ਵੱਡਾ ਹੋਵੇਗਾ। ਸੋ ਮੈਂ ਤੁਹਾਨੂੰ ਇਸ ਚੀਜ਼ ਦੀ ਮੁਬਾਰਕ ਦਿੰਦਾ ਕਿ ਤੁਸੀਂ ਸੱਚਮੁੱਚ ਹੀ ਕਿਸਮਤ ਵਾਲੇ ਹੋ। ਮੈਂ ਜ਼ਿਆਦਾ ਟਾਈਮ ਨਹੀਂ ਲਾਊਂਗਾ ਕਿਉਂਕਿ ਅਸੀਂ ਗੱਲਾਂ ਸਾਰੀਆਂ ਅੱਜ ਕਜਾਗ ਸਾਹਿਬ ਦੀਆਂ ਸੁਣਨੀਆਂ ਨੇ। ਅਸੀਂ ਸਿਰਫ ਥੋੜ੍ਹਾ ਜਿਹਾ ਤੁਹਾਨੂੰ ਜਾਣਕਾਰੀ ਦੇਣੀ ਹੈ ਕਿ ਅੱਜ ਇਸ ਸਮਾਗਮ ਦੇ ਵਿੱਚ ਨਛੱਤਰ ਜੀ ਆਏ ਨੇ। ਨਛੱਤਰ ਜੀ ਪੰਜਾਬੀ ਦੇ ਬਹੁਤ ਵੱਡੇ ਨਾਵਲਕਾਰ ਹੈ। ਪਿਛਲਾ ਅਵਾਰਡ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਮਿਲਿਆ ਸੀ, ਜਿਵੇਂ ਕਿ ਤੁਹਾਨੂੰ ਪਹਿਲਾਂ ਸਟੇਜ ਤੋਂ ਇਹ ਚੀਜ਼ ਦੱਸਦੀ ਗਈ ਹੈ। ਔਰ ਹੋਰ ਜਿਹੜੀ ਖੂਬਸੂਰਤ ਗੱਲ ਹੈ ਕਿ ਬੀਬਾ ਬਲਵੰਤ ਜੀ ਸਾਡੇ 'ਚ ਬੈਠੇ ਨੇ,
ਮੈਂ ਕਹਿੰਦਾ ਕਿ ਸੱਚਮੁੱਚ ਜਿਹਨਾਂ ਲੋਕਾਂ ਨੇ ਸਾਰੀ ਲਾਈਫ ਪੂਰੀ ਜ਼ਿੰਦਗੀ ਲਾ ਦਿੱਤੀ, ਕਿਉਂਕਿ ਅਜੇ ਜਿਸ ਤੁਸੀਂ ਸਟੇਜ 'ਚ ਹੋ ਸਕਦਾ ਕਿ ਇੰਨੀ ਸਿੱਧਤ ਨਾਲ ਤੁਸੀਂ ਇਹ ਚੀਜ਼ਾਂ ਨੂੰ ਨਾ ਮਹਿਸੂਸ ਕਰ ਸਕਦੇ ਹੋ ਜਾਂ ਨਾ ਸੋਚ ਸਕਦੇ ਹੋਵੋ, ਪਰ ਜਦੋਂ ਤੁਸੀਂ ਸਾਡੀ ਉਮਰ 'ਚ ਆਓਗੇ ਫਿਰ ਪਤਾ ਲੱਗੂਗਾ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਕਮਾਇਆ ਕੀ ਹੈ। ਪੂਰੀ ਲਾਈਫ ਜਿਹੜੀ ਹੈ ਲਿਟਰੇਚਰ ਦੇ ਨਾਂ 'ਤੇ ਲਾ ਦਿੱਤੀ, ਲਿਖਣ 'ਚ ਲਾ ਦਿੱਤੀ, ਲੋਕਾਂ 'ਚ ਵਿਚਰਦਿਆਂ ਲਾ ਦਿੱਤੀ, ਨਾਲ ਹੀ ਉਹਨਾਂ ਦੇ ਫੂਲ ਚੰਦ ਨੇ। ਸੋ ਮੈਂ ਅੱਜ ਡਾਇਸ 'ਤੇ ਬਾਕੀ ਸਾਰੇ ਕਾਲਜ ਦੇ ਟੀਚਰ ਔਰ ਬਹੁਤ ਹੀ ਪਿਆਰੇ ਵਿਦਿਆਰਥੀ ਹੋ ਤੁਹਾਡਾ ਸਾਰਿਆਂ ਦਾ, ਇਸ ਗੱਲ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ 2-4 ਮਿੰਟ ਸੁਣੋਗੇ। ਮੈਂ ਪੰਜਾਬੀ ਯੂਨੀਵਰਸਿਟੀ 'ਚ ਬਤੌਰ ਪ੍ਰੋਫੈਸਰ ਹੈ, ਟੀਚਰ ਹੈ, ਪਹਿਲਾਂ ਹੈੱਡ ਆਫ ਦੀ ਡਿਪਾਰਟਮੈਂਟ ਰਿਹਾ, ਇਸ ਤੋਂ ਇਲਾਵਾ ਥੋੜ੍ਹੇ ਬਹੁਤੀਆਂ ਸੰਸਥਾਵਾਂ ਦੇ ਨਾਲ ਮੈਂ ਹੋਰ ਜੁੜਿਆ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਮੈਂ ਬਣਿਆ, ਅੱਜ ਕੱਲ੍ਹ ਮੈਂ ਉੱਥੇ ਸੈਨਾ ਦਾ ਮੈਂਬਰ ਹੈ। ਮੈਂ ਸੋਚ ਰਿਹਾ ਸੀਗਾ ਕਿ ਕਜਾਕ ਸਾਹਿਬ 'ਤੇ ਕੀ ਬੋਲਿਆ ਜਾਵੇ, ਕਿਉਂਕਿ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਬੇਟਾ ਰਿਸਰਚ ਡਿਪਾਰਟਮੈਂਟ ਹੈ। ਤੁਸੀਂ ਜਦੋਂ ਸਾਰਿਆਂ ਨੇ ਯੂਨੀਵਰਸਿਟੀ ਜਾਣਾ, ਫਿਰ ਯੂਨੀਵਰਸਿਟੀ ਜਾ ਕੇ ਤੁਹਾਨੂੰ ਹੋ ਸਕਦਾ ਇਹਨਾਂ ਚੀਜ਼ਾਂ ਦਾ ਪਤਾ ਲੱਗੇ। ਕਾਲਜ ਟਾਈਮ 'ਤੇ ਜੇ ਤੁਸੀਂ ਸੋਚ ਰਹੇ ਹੋ ਵੀ ਅੱਗੇ ਕੀ ਕਰਨਾ, ਕਿਸੇ ਬੱਚੇ ਨੇ ਜਾ ਕੇ ਪੋਸਟ ਗ੍ਰੈਜੂਏਸ਼ਨ ਕਰਨੀ ਹੈ, ਕਿਸੇ ਨੇ ਕੁਝ ਕਰਨਾ, ਤਾਂ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਜਿਹੜੇ ਨੇ ਉਹ ਰਿਸਰਚ ਡਿਪਾਰਟਮੈਂਟ ਹੈ, ਜੋ ਕਿ ਮੈਂ ਸਮਝਦਾ ਕਿ ਸਭ ਤੋਂ ਔਖਾ ਕੰਮ ਜਿਹੜਾ ਉਹ ਰਿਸਰਚ ਦਾ। ਤੁਸੀਂ ਲੈਕਚਰ ਦੇ ਸਕਦੇ ਹੋ ਜਿਵੇਂ ਮੈਂ ਤੁਹਾਡੇ ਨਾਲ ਬੋਲ ਰਿਹਾ, ਰੂਬਰੂ ਹੋ ਰਿਹਾ, ਆਪਣੇ ਮਨ 'ਚ ਜਿਹੜੀ ਗੱਲ ਮੇਰੀ ਆਊਗੀ ਉਹ ਮੈਂ ਕਰ ਰਿਹਾ, ਜਿਹੜੀ ਗੱਲ ਮੈਨੂੰ ਚੰਗੀ ਲੱਗ ਰਹੀ ਹੈ ਉਹ ਮੈਂ ਤੁਹਾਡੇ ਨਾਲ ਕਰ ਰਿਹਾ। ਪਰ ਜਦੋਂ ਤੁਸੀਂ ਕੋਈ ਚੀਜ਼ ਲਿਖਤੀ ਰੂਪ 'ਚ ਲਿਖ ਕੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਜਦੋਂ ਤੁਸੀਂ ਉਹ ਚੀਜ਼ ਨੂੰ ਭੇਜਣਾ, ਤੁਹਾਨੂੰ ਬਹੁਤ ਜ਼ਿਆਦਾ ਗਹਿਰਾਈ ਦੇ ਨਾਲ ਸੋਚਣਾ ਪਏਗਾ। ਤੁਹਾਡਾ ਮਾਇੰਡ ਜਿਹੜਾ ਰਿਸਰਚ ਓਰੀਐਂਟਡ ਹੋਣਾ ਚਾਹੀਦਾ, ਤੁਹਾਡਾ ਉਹਨਾਂ ਲੋਕਾਂ ਦੇ ਨਾਲ ਬੈਂਕ ਲੋਨ ਹੋਣਾ ਚਾਹੀਦਾ ਜਿਹੜੇ ਰਿਸਰਚ ਓਰੀਐਂਟਡ ਨੇ। ਤੁਹਾਡਾ ਖਾਣ ਪੀਣ, ਤੁਹਾਡਾ ਪਹਿਰਾਵਾ, ਤੁਹਾਡੀ ਹਰ ਚੀਜ਼ ਜਿਹੜੀ ਹੈ ਉਹ ਰਿਸਰਚ ਓਰੀਐਂਟਡ ਹੋਣੀ ਚਾਹੀਦੀ ਹੈ, ਤਾਂ ਤੁਸੀਂ ਰਿਸਰਚ ਵਿੱਚ ਕੰਮ ਕਰ ਸਕਦੇ ਹੋ। ਸੋ ਜਿਵੇਂ ਮੈਂ ਜ਼ਿਆਦਾ ਟਾਈਮ ਨਹੀਂ ਬੇਟਾ, ਤੁਸੀਂ ਸਿਰਫ 2-4 ਮਿੰਟ ਹੀ ਹੋਰ ਲਊਂਗਾ। ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਮੈਂ ਸਮਝਦਾ ਕਿ ਮੈਂ ਬਹੁਤ ਮੇਰੇ ਵੱਡੇ ਭਾਗ ਨੇ ਕਿ ਮੈਂ ਉਸ ਡਿਪਾਰਟਮੈਂਟ 'ਚ ਕੰਮ ਕਰ ਰਿਹਾ ਜਿੱਥੇ ਬਹੁਤ ਮਹਾਨ ਸ਼ਖਸੀਅਤ ਪ੍ਰੋਫੈਸਰ ਕਿਰਪਾਲ ਕਜਾਕ ਜੀ ਕੰਮ ਕਰਕੇ ਗਏ ਨੇ। ਮੈਨੂੰ ਇਸ ਗੱਲ ਦੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼ਾਇਦ ਇੱਕੋ ਇੱਕ ਨਾਮਵਰ ਰਾਈਟਰ ਨੇ ਸ਼ਖਸੀਅਤ ਹੈ ਜਿਹੜਾ ਪੂਰੇ ਦਾ ਪੂਰਾ ਅੰਗਰੇਜ਼ੀ ਵਿੱਚ ਹਿੰਦੀ ਵਿੱਚ ਟਰਾਂਸਲੇਟ ਹੋਇਆ। ਇਹਨਾਂ ਗੱਲਾਂ ਦੇ ਵੀ ਮਾਇਨੇ ਬੇਟਾ ਜਦੋਂ ਤੁਸੀਂ ਥੋੜ੍ਹੇ ਜਿਹੇ ਹੋਰ ਮਚਿਓਰ ਹੋਵੋਗੇ ਫਿਰ ਸਮਝ ਆਏਗੀ ਕਿ ਜਦੋਂ ਕੋਈ ਲੇਖਕ ਉਹਦਾ ਕੱਦ ਐਡਾ ਕੁ ਵੱਡਾ ਹੋ ਜਾਂਦਾ ਕਿ ਦੁਨੀਆ ਉਹਨੂੰ ਪੜ੍ਹਨਾ ਚਾਹੁੰਦੀ ਹੈ ਫਿਰ ਉਹ ਟਰਾਂਸਲੇਟ ਹੁੰਦਾ। ਕਈ ਵਾਰੀ ਅਸੀਂ ਲਿਖਦੇ ਹਾਂ, ਹੋ ਸਕਦਾ ਕਿ ਉਹਦੀ ਲੋੜ ਹੀ ਨਾ ਮਹਿਸੂਸ ਹੁੰਦੀ ਹੋਵੇ ਟਰਾਂਸਲੇਟ ਕਰਨ ਦੀ। ਸੋ ਪ੍ਰੋਫੈਸਰ ਕਿਰਪਾਲ ਕਜਾਕ ਨੂੰ ਪੂਰੇ ਦਾ ਪੂਰਾ ਜਿਹੜਾ ਉਹ ਇੰਗਲਿਸ਼ 'ਚ ਵੀ ਔਰ ਹਿੰਦੀ 'ਚ ਵੀ ਟਰਾਂਸਲੇਟ ਹੈ, ਇਹ ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੈ। ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਾਂਗਾ, ਮੈਂ ਜਦੋਂ ਨਵਾਂ ਨਵਾਂ ਇਸ ਵਿਭਾਗ 'ਚ ਆਇਆ, ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ੍ਹ ਕੇ ਆਇਆ, ਮੈਨੂੰ ਡਿਪਾਰਟਮੈਂਟ ਦੀ ਰਮਜ਼ ਬਿਲਕੁਲ ਸਮਝ ਨਹੀਂ ਸੀ, ਕਿਉਂਕਿ ਥੋੜ੍ਹਾ ਚਿਰ ਪਹਿਲਾਂ ਟੀਚਿੰਗ ਕੀਤੀ, ਦੈਨ ਮੈਂ ਇਸ ਡਿਪਾਰਟਮੈਂਟ 'ਚ ਆ ਗਿਆ ਅਤੇ ਮੈਂ ਸ਼ੁਰੂ ਸ਼ੁਰੂ 'ਚ ਸੋਚਣਾ ਸਟਾਰਟ ਕਰਤਾ ਵੀ ਡਿਪਾਰਟਮੈਂਟ ਦੀ ਨੇਚਰ ਕੀ ਹੋਏਗੀ, ਕੀ ਕੰਮ ਹੋਊਗਾ। ਜਿਵੇਂ ਕਿ ਹੁਣ ਤੁਸੀਂ ਬੈਠੇ ਬੈਠੇ ਸੋਚ ਰਹੇ ਹੋ ਵੀ ਇਹ ਡਿਪਾਰਟਮੈਂਟ ਜਿਹੜਾ ਜਿਹਦੇ 'ਚ 8-10 ਟੀਚਰ ਹੈ, ਟੋਟਲ 20 ਬੰਦਿਆਂ ਦਾ ਸਟਾਫ ਹੈ, ਵੀ ਉਹ ਸਟਾਫ ਕੀ ਕਰਦਾ ਹੋਊਗਾ। ਮੈਂ ਹੌਲੀ ਹੌਲੀ ਇਹਨਾਂ ਕੋਲ ਬਹਿਣਾ ਸਟਾਰਟ ਕੀਤਾ, ਪੁੱਛਣਾ ਸਟਾਰਟ ਕੀਤਾ, ਇਹਨਾਂ ਨੇ ਜਿਵੇਂ ਕਿ ਛੋਟੇ ਬੱਚੇ ਦਾ ਹੱਥ ਫੜ ਕੇ ਬੱਚਿਆਂ ਵਾਂਗ ਜਿਹੜਾ ਇਹਨਾਂ ਦਾ ਲਹਿਜਾ ਜਦੋਂ ਹੁਣ ਬੋਲਣਗੇ ਤੁਸੀਂ ਸਮਝੋਗੇ ਕਿ ਇੰਨੇ ਕੁ ਪਿਆਰ ਨਾਲ ਵੱਡੀ ਤੋਂ ਵੱਡੀ ਗੱਲ ਨੂੰ ਆਸਾਨ ਤਰੀਕੇ ਨਾਲ ਸਮਝਾਉਂਦੇ ਆ ਕਿ ਮੈਨੂੰ ਇਹਨਾਂ ਨੇ ਰਿਸਰਚ ਵੱਲ ਪਾਸੇ ਤੋਰ ਦਿੱਤਾ। ਮੈਂ ਇਹਨਾਂ ਤੋਂ ਸਿੱਖਿਆ ਕਿ ਰਿਸਰਚ ਵਿੱਚ ਕੰਮ ਕਰਨਾ। ਅੱਜ ਮੇਰੀਆਂ 15-20 ਕਿਤਾਬਾਂ ਨੇ, ਮੈਨੂੰ ਲੱਗਦਾ ਕਿ ਉਹ ਪੜ੍ਹਨ ਯੋਗ ਕਿਤਾਬਾਂ ਨੇ।
ਕੋਈ ਵੀ ਕਿਤਾਬ ਦਾ ਜਿਹੜਾ ਮੇਰਾ ਸਟਰਕਚਰ ਹੈ ਮੈਨੂੰ ਲੱਗਦਾ ਕਿ ਉਹ ਜਿਵੇਂ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਹਾਣ ਦਾ ਮੈਂ ਉਹ ਸਟਰਕਚਰ ਦੇ ਨਾਲ ਕੰਮ ਕੀਤਾ। ਲਾਸਟ ਜਿਹੜੀ ਗੱਲ ਹੈ ਕਿ ਇਹ ਸਰਚ ਵਿਭਾਗ ਵਿੱਚੋਂ ਮੈਂ ਸਿੱਖਿਆ, ਜਦੋਂ ਮੈਂ ਥੋੜਾ ਜਿਹਾ ਟਾਈਮ ਵਿਹਲਾ ਹੁੰਦਾ ਸੀ ਤੇ ਮੈਨੂੰ ਲੱਗਦਾ ਵੀ ਕੀ ਕੀਤਾ ਜਾਵੇ। ਹਰ ਬੰਦਾ ਤੁਸੀਂ ਵੀ ਸੋਚਦੇ ਹੋ ਵਿਹਲੇ ਟਾਈਮ ਚ ਕੰਟੀਨ ਤੇ ਬਹਿ ਕੇ ਚਾਹ ਪੀਣ ਦੀ ਸੋਚਦੇ ਹੋ, ਕਿਸੇ ਫਰੈਂਡ ਨਾਲ ਗੱਲਾਂ ਕਰਨ ਦੀ ਸੋਚਦੇ ਹੋ, ਜੇ ਕੋਈ ਜ਼ਿਆਦਾ ਮੂਡ ਹੋਵੇ ਆਪਾਂ ਫਿਲਮ ਦੇਖਣ ਦੀ ਸੋਚ ਲੈਂਦੇ ਹਾਂ, ਤਾਂ ਮੈਂ ਵਿਹਲੇ ਟਾਈਮ ਚ ਸੋਚ ਰਿਹਾ ਵੀ ਕੀ ਇਹੋ ਜਿਹਾ ਕੰਮ ਕੀਤਾ ਜਾਵੇ ਕਿ ਜਿਹਦੇ ਨਾਲ ਥੋੜਾ ਜਿਹਾ ਹੋਰ। ਤਾਂ ਮੈਂ ਪੰਜਾਬੀ ਸਾਹਿਤ ਦੇ ਵਿੱਚ ਜੋ ਲੋਕ ਪਿਛਲੇ 40-50 ਸਾਲ ਤੋਂ ਕੰਮ ਕਰ ਰਹੇ ਸੀ ਪਰ ਉਹਨਾਂ ਤੇ ਕੋਈ ਕਿਤਾਬ ਤੁਹਾਡੇ ਕੋਲ ਮੌਜੂਦ ਨਹੀਂ ਸੀ, ਮੈਂ ਉਹ ਸੋਚਿਆ ਕਿ 11 ਕਿਤਾਬਾਂ ਮੈਂ ਐਡਿਟ ਕਰਾਂਗਾ। ਸੋ ਮੈਂ ਆਪਣੇ ਵਿਭਾਗ ਦੇ ਸਰਚ ਕੰਮ ਦੇ ਨਾਲ ਨਾਲ ਹੁਣ ਤੱਕ 6 ਕਿਤਾਬਾਂ ਜਿਹੜੀਆਂ ਨੇ ਮੈਂ ਐਡਿਟ ਕੀਤੀਆਂ ਨੇ, ਜਿਹਦੇ ਵਿੱਚ ਜਿਹੜਾ ਮੈਂ ਉਹਨਾਂ ਕਿਤਾਬਾਂ ਦਾ ਸਟਰਕਚਰ ਬਣਾਇਆ ਕਿ ਨਵੇਂ ਜਿਹੜੇ ਸਾਡੇ ਬਡਿੰਗ ਸਕਾਲਰ ਹੈ, ਕਿਉਂਕਿ ਹੁਣ ਅਸੀਂ ਸੋਚਦੇ ਹਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਕੌਣ ਹੈ, ਤੁਸੀਂ ਹੋ, ਕਿ ਤੁਹਾਨੂੰ ਕਿਵੇਂ ਸਿਖਾਇਆ ਜਾਵੇ, ਜਿਵੇਂ ਮੈਂ ਕਿਜਾਕ ਸਾਹਿਬ ਤੋਂ ਸਿੱਖਿਆ। ਹੁਣ ਮੈਂ ਫਿਰ ਇਹ ਸੋਚਿਆ ਕਿ ਅੱਗੇ ਉਹਨਾਂ ਸਾਰੀਆਂ ਕਿਤਾਬਾਂ 'ਚ 60% ਜਿਹੜੇ ਨਵੇਂ ਬੰਦੇ ਹੈ ਨਿਊਜ਼ ਬਡਿੰਗ ਸਕਾਲਰ ਜਿਹੜੇ ਸਾਡੇ ਹੈ ਉਹਨਾਂ ਦੇ ਪੇਪਰ, ਬਾਕੀ 40% ਜਿਹੜੇ ਆ ਉਹ ਪੈਟਰਨ ਦੇ ਵਿੱਚ ਮੈਂ ਪੁਰਾਣੇ ਸਕਾਲਰਾਂ ਦੇ ਪੇਪਰ ਛਾਪ ਕੇ 6 ਕਿਤਾਬਾਂ ਜਿਹੜੀਆਂ ਨੇ ਉਹ ਮੈਂ ਪ੍ਰਕਾਸ਼ਿਤ ਕਰਵਾ ਚੁੱਕਾ। ਬਾਕੀ ਆਉਣ ਵਾਲੇ ਸਮੇਂ 'ਚ ਹੋਰ ਕੰਮ ਜਿਹੜੇ ਬਹੁਤ ਸਾਰੀਆਂ ਗੱਲਾਂ ਨੇ ਰਿਸਰਚ ਦੀਆਂ। ਇੱਕ ਗੱਲ ਸਿਰਫ ਕਿ ਸਰਚ ਕਿਵੇਂ ਹੈ ਤੇ ਤੁਸੀਂ, ਕਿਉਂਕਿ ਸਾਡਾ ਵਿਭਾਗ ਹੈ ਔਰ ਮੈਨੂੰ ਲੱਗਦਾ ਕਿ ਤੁਹਾਡੇ 'ਚ ਬਹੁਤ ਸਾਰੇ ਜ਼ਰੂਰ ਕਿਸੇ ਨਾ ਕਿਸੇ ਰੂਪ 'ਚ ਰਿਸਰਚ ਕਰਦੇ ਹੋ, ਤੁਸੀਂ ਰੋਜ਼ ਕਰਦੇ ਹੋ। ਰਿਸਰਚ ਦਾ ਮਤਲਬ ਇਹ ਨਹੀਂ ਕਿਤਾਬ ਹੀ ਲਿਖਣੀ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਤੇ ਤੁਸੀਂ ਗੂਗਲ ਤੇ ਸਾਰਾ ਕੁਝ ਰਿਸਰਚ ਕਰਦੇ ਹੋ। ਸੋ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਆਉਂਦੀ ਹੈ ਉਹਨੂੰ ਤੁਸੀਂ ਫਿਰ ਕਿਵੇਂ ਇੰਪਲੀਮੈਂਟ ਕਰਨਾ। ਮੈਂ ਇੱਕ ਪ੍ਰੋਜੈਕਟ ਡਿਪਾਰਟਮੈਂਟ ਦਾ ਕਰ ਰਿਹਾ ਸੀ, ਮੇਰੇ ਵਿਭਾਗ ਦੇ ਬਹੁਤ ਸੀਨੀਅਰ ਔਰ ਲਾਈਕ ਟੀਚਰ ਸੀ ਬੇਟਾ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇੱਕ ਰੈਫਰੈਂਸ ਲਿਖਿਆ ਹੋਇਆ ਸੀਗਾ, ਜਿਹੜਾ ਮੇਰੀ ਕਿਤਾਬ ਹੈ, ਜੇ ਤੁਹਾਨੂੰ ਮੌਕਾ ਮਿਲੇ ਜ਼ਰੂਰ ਪੜ੍ਹਿਓ, ਜਿਹੜਾ ਪੰਜਾਬੀ ਦੇ ਵਿੱਚ ਸਭ ਤੋਂ ਮਕਬੂਲ ਕਿੱਸਾਕਾਰ ਹੋਇਆ ਪੀਲੂ, ਜਿਹਨੇ ਮਿਰਜ਼ਾ ਸਾਹਿਬਾਂ ਲਿਖਿਆ। ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਮਿਰਜ਼ਾ ਸਾਹਿਬਾਂ, ਕਿਉਂਕਿ ਪੰਜਾਬੀ ਦਾ ਗਾਇਕ ਨੂੰ ਉਦੋਂ ਗਾਇਕ ਨਹੀਂ ਮੰਨਿਆ ਜਾਂਦਾ ਜਦ ਤੱਕ ਉਹਨੇ ਮਿਰਜ਼ਾ ਨਾ ਗਾਇਆ ਹੋਵੇ। ਸੋ ਉਹ ਰਾਈਟਰ ਤੇ ਮੈਂ ਕੰਮ ਕਰ ਰਿਹਾ ਸੀ, ਮੇਰੇ ਵਿਭਾਗ ਦੇ ਟੀਚਰ ਦੀ ਕਿਤਾਬ ਸੀ ਜਿਹਦੇ ਵਿੱਚ ਉਹਨਾਂ ਨੇ ਇੱਕ ਰੈਫਰੈਂਸ ਪੀਲੂ ਦੇ ਉੱਤੇ ਲਾਇਆ ਹੋਇਆ ਸੀ। ਤਾਂ ਮੈਂ ਆਪਣੀ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚੋਂ ਦੇਖ ਰਿਹਾ ਸੀ, ਉਹਨਾਂ ਦੀ ਮੈਨੂੰ ਕਿਤਾਬ ਨਹੀਂ ਮਿਲੀ। ਤਾਂ ਮੈਂ ਜਦੋਂ ਰੈਫਰੈਂਸ ਦੇਖਿਆ ਤੇ ਪੰਜਾਬ ਪਟਿਆਲੇ ਭਾਸ਼ਾ ਵਿਭਾਗ ਦਾ ਰੈਫਰੈਂਸ ਸੀਗਾ, ਮੈਂ ਭਾਸ਼ਾ ਵਿਭਾਗ ਦੇ ਦਫ਼ਤਰ ਗਿਆ, ਉੱਥੇ ਜਾ ਕੇ ਕਿਤਾਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਤਾਬ ਨਹੀਂ ਮਿਲੀ। ਮੈਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਇਹ ਕਿਤਾਬ ਜਿਹੜੀ ਹੈ ਇਹ ਮੈਂ ਲੱਭ ਰਿਹਾ ਪਰ ਮੈਨੂੰ ਮਿਲ ਨਹੀਂ ਰਹੀ, ਮੇਰੀ ਇਹ 'ਚ ਹੈਲਪ ਕੀਤੀ ਜਾਵੇ। ਤਾਂ ਡਾਇਰੈਕਟਰ ਭਾਸ਼ਾ ਵਿਭਾਗ ਨੇ ਆਪਣੇ ਸਟਾਫ ਦੀ ਡਿਊਟੀ ਲਾ ਕੇ ਕਿਤਾਬ ਲੱਭਣਾ ਸ਼ੁਰੂ ਕਰਤੀ। ਜਦੋਂ ਕਿਤਾਬ ਨਹੀਂ ਮਿਲੀ ਤਾਂ ਲਾਸਟ ਵਿੱਚ ਉਹਨਾਂ ਨੇ ਜਿਹੜੀ ਰਿਕਾਰਡ ਸੀ ਉਹਨਾਂ ਕੋਲੋਂ ਉਹ 'ਚ ਇਹ ਪਤਾ ਲੱਗਾ ਕਿ 1988 ਦੇ ਵਿੱਚ ਪਟਿਆਲੇ ਬਹੁਤ ਮੀਂਹ ਪਿਆ, ਹੜ੍ਹ ਆਇਆ, ਉਹਦੇ ਵਿੱਚ ਉਹ ਖਰੜਾ ਜਿਹੜਾ ਸੀ ਭਿੱਜ ਗਿਆ, ਕਿਤਾਬ ਦੇ ਰੂਪ 'ਚ ਛਪਿਆ ਨਹੀਂ ਪਰ ਪ੍ਰੋਫੈਸਰ ਸਾਹਿਬ ਨੇ ਆਪਣੀ ਬੁੱਕ 'ਚੋਂ ਰੈਫਰੈਂਸ ਦੇ ਦਿੱਤਾ ਸੀ। ਮੈਂ ਉਹ ਜੇ ਰੈਫਰੈਂਸ ਐਜ਼ ਇਟ ਇਜ਼ ਆਪਣੀ ਕਿਤਾਬ 'ਚ ਦੇ ਦਿੰਦਾ, ਹੋ ਸਕਦਾ ਕਿ ਤੁਸੀਂ ਵੀ ਉਹਨੂੰ ਸਮਝ ਲੈਂਦੇ ਕਿ ਕਿਤਾਬ ਛਪ ਚੁੱਕੀ ਹੈ। ਸੋ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਰਿਸਰਚ ਦੇ ਵਿੱਚ ਬੇਟਾ ਤੁਸੀਂ ਕਿਸੇ 'ਤੇ ਵਿਸ਼ਵਾਸ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਚੀਜ਼ ਨੂੰ ਦੇਖਦੇ ਨਹੀਂ। ਸੋ ਰਿਸਰਚ ਜਿਹੜੀ ਹੈ ਬਹੁਤ ਔਖਾ ਕਾਰਜ ਹੈ, ਉਸ ਕਾਰਜ ਨੂੰ ਜੇ ਮੈਂ ਲਿਸਟਿੰਗ ਦੱਸਾਂ ਕਿ ਜਿੰਨੇ ਤੁਸੀਂ ਬੱਚੇ ਇੱਥੇ ਬੈਠੇ ਹੋ ਤੁਸੀਂ ਬਾਅਦ 'ਚ ਗਿਣੇ ਹੋ, ਇੰਨੀਆਂ ਕਿਤਾਬਾਂ ਵਿਭਾਗ ਵਿੱਚ ਕਜਾਕ ਸਾਹਿਬ ਦੀਆਂ ਛਪੀਆਂ ਹੋਈਆਂ ਨੇ, ਅਸੀਂ ਇਹਨਾਂ ਦੇ ਪੈਰਾਂ ਵਰਗੇ ਵੀ ਨਹੀਂ। ਇਹਨਾਂ ਨੇ ਰਾਤ ਦਿਨ ਇੰਨਾ ਕੁ ਕੰਮ ਕੀਤਾ ਕਿ ਬੇਟਾ ਜਦੋਂ ਕਦੇ ਤੁਸੀਂ ਇਹਨਾਂ ਦਾ ਬਾਇਓਡਾਟਾ ਦੇਖੋਗੇ ਤੁਸੀਂ ਹੈਰਾਨ ਹੋ ਜਾਓਗੇ ਕਿ ਇੱਕ ਬੰਦੇ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਇੰਨਾ ਕੰਮ ਕਰ ਸਕਦਾ। ਕ੍ਰੀਏਟਿਵ ਤੇ ਹੈ ਹੀ ਸੀ, ਨਾਲ ਇਹਨਾਂ ਨੇ ਆਲੋਚਨਾ ਦਾ ਜਿਹੜਾ ਕੰਮ ਕੀਤਾ ਵਿਭਾਗ ਦੇ ਵਿੱਚ ਸਭ ਤੋਂ ਵੱਧ ਕੰਮ
ਡਾਕਟਰ ਕਜਾਗ ਹੋਣਾ ਦਾ ਮਸ਼ਹੂਰ ਹੈ। ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਤੁਹਾਡੇ ਤੋਂ ਇਹ ਉਮੀਦ ਕਰਦਾ ਕਿ ਕੱਲ੍ਹ ਨੂੰ ਤੁਸੀਂ ਵੀ ਜਦੋਂ ਅੱਗੇ ਬੇਟਾ ਯੂਨੀਵਰਸਿਟੀ ਜਾਓਗੇ ਆਪਣੀ ਚੁਆਇਸ ਦੇ ਨਾਲ ਜੋ ਵੀ ਤੁਹਾਡਾ ਮਨ ਕਰਦਾ ਉਹ ਜ਼ਰੂਰ ਪੜ੍ਹਿਓ ਅਤੇ ਜੇ ਕਦੇ ਟਾਈਮ ਮਿਲੇ ਤਾਂ ਸਰਚ ਵਾਲੇ ਪਾਸੇ ਵੀ ਆਪਣੇ ਮਾਇੰਡ ਨੂੰ ਲਾਇਓ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਦੋ ਚਾਰ ਮਿੰਟ ਸੁਣਿਆ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਵਾਹਿਗੁਰੂ। ਸ਼ੁਕਰੀਆ ਡਾਕਟਰ ਹਰਜੋਤ ਸਿੰਘ ਜੀ। ਬੱਚਿਓ ਮੈਂ ਵੀ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਕਿਰਾਕ ਸਾਹਿਬ ਬਾਰੇ, ਕਿਉਂਕਿ ਮੈਂ ਉਦੋਂ 11ਵੀਂ ਦੇ ਵਿੱਚ ਪੜ੍ਹਦਾ ਸੀ ਜਦੋਂ ਪਹਿਲੀ ਵਾਰ ਕਜਾਕ ਸਾਹਿਬ ਸਾਡੇ ਘਰ ਆਏ ਔਰ ਸਾਡਾ ਪਰਿਵਾਰ ਬਹੁਤ ਖੁਸ਼ ਸੀ। ਤਾਂ ਮੈਂ ਉਸ ਵਕਤ ਪੱਤਰਕਾਰੀ ਕਰਦਾ ਸੀ 11ਵੀਂ ਦੇ ਨਾਲ ਨਾਲ। ਇਹਨਾਂ ਨੇ ਕਿਹਾ ਵੀ ਤੂੰ ਕੋਈ ਰਿਪੋਰਟ ਦਿਖਾ ਆਪਣੀ ਲਿਖੀ ਹੋਈ। ਮੈਂ ਉਹਨਾਂ ਨੂੰ ਆਪਣੀ ਰਿਪੋਰਟ ਦਿਖਾਈ ਤਾਂ ਇਹਨਾਂ ਨੇ, ਜਿਹਨੂੰ ਆਪਾਂ ਪ੍ਰੈਸ ਹੀ ਬੋਲਦੇ ਹਾਂ, ਕੋਈ ਸ਼ਬਦਾਂ ਦੇ ਵਿੱਚ ਉਹ ਸਮੇਟਿਆ, ਕਹਿੰਦੇ ਬੇਟੇ ਸ਼ਬਦਾਂ ਨੂੰ ਸੰਕੋਚ ਕੇ ਵਰਤੀਦਾ ਹੁੰਦਾ ਔਰ ਇਹ ਨਹੀਂ ਕਿ ਤੁਸੀਂ ਕਾਗਜ਼ ਕਾਲੇ ਕਰੀ ਚਲੋ ਔਰ ਕਿਵੇਂ ਲਿਖਣਾ, ਪੱਤਰਕਾਰੀ ਕਿਵੇਂ ਕਰਨੀ ਹੈ ਔਰ ਦੇਖੋ ਕਿੱਡੀ ਵੱਡੀ ਗੱਲ ਕਿ ਐਡਾ ਵੱਡਾ ਵਿਦਵਾਨ ਇੱਕ ਬੱਚੇ ਨੂੰ ਕਿਵੇਂ ਲੈ ਰਿਹਾ। ਇਹਨਾਂ ਨੇ ਮੈਨੂੰ ਬੱਸ ਸਟੈਂਡ ਲੈ ਕੇ ਗਏ ਔਰ ਉੱਥੋਂ ਇਹਨਾਂ ਨੇ ਇੱਕ ਗੱਤਾ ਲਿਆ, ਕੁਛ ਕਾਗਜ਼ ਲਏ, ਪੈਨ, ਸਕੇਲ, ਕਟਰ, ਉਹ ਇਹਨਾਂ ਨੇ ਲਿਆ। ਮੇਰੇ ਕੋਲ ਤਾਂ ਉਦੋਂ ਕੁਛ ਖਰੀਦਣ ਦੀ ਸਮਰੱਥਾ ਵੀ ਨਹੀਂ ਸੀ ਔਰ ਘਰ ਆ ਕੇ ਇਹਨਾਂ ਨੇ ਫੱਟੇ 'ਤੇ ਕਾਗਜ਼ ਲਾਇਆ ਔਰ ਲਾਈਨਾਂ ਮਾਰੀਆਂ, ਇੱਕ ਬਿਲਕੁਲ ਬਰੀਕ ਕਾਗਜ਼। ਉਹ ਕਹਿੰਦੇ ਤੁਹਾਡੀ ਜਿਹੜੀ ਲਿਖਿਆਈ ਹੈ ਉਹ ਟੇਢੀ ਹੁੰਦੀ ਹੈ, ਇਸ ਕਰਕੇ ਇਹਨੂੰ ਲਾਈਨਾਂ ਦੱਸਦੇ ਨੇ ਬਰੀਕ ਕਾਗਜ਼ ਦੇ ਉੱਤੇ ਅਤੇ ਉਹਦੇ ਲਿਖੋ, ਉਸ ਤੋਂ ਬਾਅਦ ਫਿਰ ਤੁਸੀਂ ਵੱਡੇ ਕਾਗਜ਼ 'ਤੇ ਲਿਖਣਾ। ਤਾਂ ਮੈਨੂੰ ਕਿੰਨੀਆਂ ਹੀ ਗੱਲਾਂ ਇਹਨਾਂ ਨੇ ਦੱਸੀਆਂ ਕਿ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਇਸ ਤਰ੍ਹਾਂ ਲਿਖਣਾ, ਪੜ੍ਹਨਾ ਕਿਸ ਤਰ੍ਹਾਂ। ਔਰ ਦੂਸਰੀ ਗੱਲ, ਇੱਕ ਵਾਰ ਮੈਂ ਕਜਾਕ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਮਿਲਣਾ, ਤੁਹਾਡੇ ਕੋਲ ਥੋੜ੍ਹਾ ਲੇਟ ਆ ਸਕਦੇ ਹਾਂ। ਇਹ ਕਹਿੰਦੇ ਤੁਸੀਂ ਮੇਰੇ ਕੋਲ ਸਵੇਰੇ 2 ਵਜੇ ਤੱਕ ਤਾਂ ਆ ਸਕਦੇ ਹੋ ਔਰ ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਆ ਸਕਦੇ ਹੋ, ਕਿਉਂਕਿ 2 ਤੋਂ 4 ਵਜੇ ਦੇ ਵਿੱਚ ਮੈਂ ਸੌਣਾ ਹੁੰਦਾ। ਤੁਸੀਂ ਦੇਖੋ ਕਿ ਕਿੱਡੀ ਵੱਡੀ ਗੱਲ ਹੈ। ਤਾਂ ਕੱਲ੍ਹ ਇੱਥੇ ਕਪੂਰ ਸਾਹਿਬ ਕਹਿ ਰਹੇ ਸੀ ਜੋ ਕੁਝ ਕਰਦੇ ਨੇ ਉਹ ਕੁਝ ਬਣਦੇ ਨੇ। ਇਹਨਾਂ ਨੇ ਪਹਿਲਾਂ ਤਾਂ ਆਪਣੇ ਸਮੇਂ ਨੂੰ ਬਿਉਂਤਿਆ, ਸਿਟਿੰਗ ਨੂੰ ਬਿਉਂਤਿਆ, ਕੀ ਪੜ੍ਹਨਾ ਉਹਨੂੰ ਬਿਉਂਤਿਆ ਔਰ ਇਹਨਾਂ ਨੇ ਇੰਨਾ ਕੁਛ ਪੜ੍ਹਿਆ ਕਿ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਵਾਈਸ ਚਾਂਸਲਰ, ਵੱਡੇ ਵੱਡੇ ਵਿਦਵਾਨ, ਜਦੋਂ ਕੋਈ ਸ਼ਬਦ ਦਾ ਨਹੀਂ ਪਤਾ ਲੱਗਦਾ ਤਾਂ ਉਹ ਕਜਾਕ ਸਾਹਿਬ ਨੂੰ ਫੋਨ ਕਰਦੇ ਆ ਔਰ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਬਾਰੇ ਜਿੰਨੀਆਂ ਗੱਲਾਂ ਕਰੀਏ ਉਹ ਬਹੁਤ ਥੋੜ੍ਹੀਆਂ ਨੇ ਔਰ ਸਮਾਂ ਬਹੁਤ ਲੱਗਦਾ। ਔਰ ਹੁਣ ਮੈਂ ਸਭਾ ਕਥਨ ਦੇ ਤਹਿਤ ਕਜਾਕ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆਪਣੀਆਂ ਗੱਲਾਂ ਕਰਨ ਔਰ ਤੁਸੀਂ ਜ਼ਰੂਰ ਗੱਲਾਂ ਨੂੰ ਧਿਆਨ ਨਾਲ ਸੁਣਿਓ, ਤੁਹਾਡੇ ਜ਼ਿੰਦਗੀ 'ਚ ਕੰਮ ਆਉਣੀ ਆ ਔਰ ਉਸ ਤੋਂ ਬਾਅਦ ਤੁਸੀਂ ਸਵਾਲ ਜ਼ਰੂਰ ਨੋਟ ਕਰਿਓ ਔਰ ਜੇ ਤੁਸੀਂ ਸਵਾਲ ਕਰੋਗੇ ਉਹਦੇ ਵਿੱਚੋਂ ਤੁਹਾਡੀ ਜ਼ਿੰਦਗੀ ਦੇ ਹੋਰ ਤੁਹਾਨੂੰ ਨਿਸ਼ਕਾਰੇ ਚਾਨਣ ਮਿਲਣਗੇ। ਤੋ ਤੁਹਾਡੀਆਂ ਤਾੜੀਆਂ ਦੀ ਹਾਜ਼ਰੀ ਦੇ ਵਿੱਚ ਮੈਂ ਕਜਾਕ ਸਾਹਿਬ ਨੂੰ ਕਿਰਪਾਲ ਕਰਦਾ। ਸਤਿਕਾਰਯੋਗ ਡਾਕਟਰ ਹਰਜੋਤ ਜੀ, ਨਛੱਤਰ ਜੀ, ਸਤਪਾਲ ਜੀ ਮੇਰੇ ਸਾਹਮਣੇ ਬੈਠੇ, ਬੀਬਾ ਜੀ ਮੇਰੇ ਦੋਸਤ ਨੇ ਬਹੁਤ, ਮਾਨਵ ਜੀ ਨੂੰ ਤਾਂ ਅਸੀਂ ਬਹੁਤ ਬਚਪਨੇ ਜਾਣਦੇ ਹਾਂ ਜਦੋਂ ਇਹ ਪੰਜਾਬੀ ਸਾਹਿਤ ਅਤੇ ਹਿੰਦੀ ਸਾਹਿਤ ਵਿੱਚ ਵਾਹਰ ਪਹਿਲਾ ਇਹ ਵਿਦਵਾਨ ਹੈ ਜਿਹੜਾ ਪੁੱਲ ਬਣ ਕੇ ਜਿਹਨੇ ਪੰਜਾਬੀ ਸਾਹਿਤ ਨੂੰ ਹਿੰਦੀ ਜਗਤ ਦੇ ਵਿੱਚ ਇੰਟਰੋਡਿਊਸ ਕੀਤਾ। ਸਲੂਟ ਹੈ ਸਰ ਤੁਹਾਨੂੰ, ਕਿੰਨਾ ਕੰਮ। ਅਤੇ ਮੈਂ ਬਹੁਤ ਸੰਖੇਪ ਵਿੱਚ ਗੱਲ ਕਰੂੰਗਾ। ਸਭ ਤੋਂ ਦੁਨੀਆਂ 'ਚ ਔਖਾ ਕੰਮ ਹੁੰਦਾ ਆਪਣੇ ਆਪ ਬਾਰੇ ਦੱਸਣਾ, ਆਪਣੇ ਆਪ ਬਾਰੇ ਬੋਲਣਾ। ਇਹਦੇ ਬਾਰੇ ਇੱਕ ਪੰਜਾਬੀ ਦਾ ਮੁਹਾਵਰਾ, ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ, ਜੋ ਆਪਣੀ ਤਾਰੀਫ ਕਰੀ ਜਾਣੀ ਮੈਂ ਕੀਤਾ। ਮੈਂ ਕੋਸ਼ਿਸ਼ ਕਰੂੰਗਾ ਮੈਂ ਆਪਣੇ ਬਾਰੇ ਘੱਟ ਬੋਲਾਂ, ਤੁਹਾਡੇ ਬਾਰੇ ਜ਼ਿਆਦਾ ਗੱਲਾਂ ਕਰਾਂ। ਤੁਸੀਂ ਬੱਚੀਆਂ ਬੈਠੀਆਂ ਹੋ ਮੇਰੀਆਂ, ਮੈਨੂੰ ਹਮੇਸ਼ਾ ਇੰਝ ਲੱਗਦਾ ਹੁੰਦਾ ਹੈ ਕਿ ਪਿਛਲੇ 5000 ਸਾਲ ਦੀ ਜਿਹੜੀ ਹਿਸਟਰੀ ਹੈ, ਕਿਉਂਕਿ ਮੇਰੇ ਪਿਤਾ ਜੀ, ਮੈਂ ਵਿੱਚ ਟੁੱਟਿਆਂ 'ਚ ਹੀ ਗੱਲ ਕਰੂੰਗਾ, ਮੇਰੇ ਪਿਤਾ ਜੀ ਫਾਰਸੀ ਦੇ, ਪਰਸ਼ੀਅਨ ਦੇ ਅਤੇ ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਸੀ। ਉਹਨਾਂ ਨੇ ਮੈਨੂੰ ਸਾਰੀ ਹਿੰਦੂ ਮੈਥੋਲੋਜੀ ਪੜ੍ਹਾਈ ਜਦੋਂ, ਤਾਂ ਮੈਨੂੰ ਪਤਾ ਲੱਗਾ ਪਿਛਲੇ 5000 ਸਾਲ ਤੋਂ, ਮਤਲਬ ਜਿਹੜੀ ਸਭ ਤੋਂ ਵੱਧ ਸਫਰ ਯਾਨਰ ਹੈ ਉਹ ਸਾਡੀ ਇਸਤਰੀ ਜਾਤੀ ਨੇ, ਮਤਲਬ ਸਭ ਤੋਂ ਵੱਧ।
ਔਰ ਇਹ ਆਰੀਅਨਾਂ ਦੇ ਆਉਣ ਤੋਂ ਬਾਅਦ ਇੰਝ ਹੋਇਆ। ਆਰੀਅਨਾਂ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਸੱਭਿਅਤਾ ਸੀ, ਜਿਹੜੀ ਦ੍ਰਵੜੀਅਨ ਸੱਭਿਅਤਾ ਸੀ, ਜਦੋਂ ਤੁਸੀਂ ਕਿਧਰੇ ਪੜ੍ਹੋਗੇ ਤੁਹਾਨੂੰ ਲੱਗੇਗਾ ਕਿ ਉੱਥੇ ਪੁਰਸ਼ ਹੈ ਹੀ ਨਹੀਂ, ਉੱਥੇ ਪ੍ਰਕਿਰਤੀ ਹੈ। ਔਰ ਜਦੋਂ ਆਰੀਅਨ ਇੱਥੇ ਆਏ ਨੇ, ਆਰੀਅਨ ਜਦੋਂ ਇੱਥੇ ਆਏ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਕਿ ਜਿਹੜਾ ਇੱਥੇ ਮਾਤਰ ਪ੍ਰਧਾਨ ਸਮਾਜ ਸੀ, ਉਹ ਦੇਵੀਆਂ ਸਾਰੀਆਂ ਜਿਹੜੀਆਂ ਸਨ ਉਹ ਪਹਾੜਾਂ ਵਿੱਚ ਧੱਕ ਦਿੱਤੀਆਂ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣ। ਔਰ ਉਹਨਾਂ ਨੇ ਇੱਥੇ ਆ ਕੇ ਪੁਰਸ਼ ਪ੍ਰਧਾਨ ਸਮਾਜ ਦੀ ਜਿਹੜੀ ਸਿਰਜਣਾ ਕੀਤੀ ਹੈ, ਉਹਦੇ ਵਿੱਚੋਂ ਸਭ ਤੋਂ ਵੱਧ ਸਫ਼ਰ ਜਿਹੜਾ ਹੈ ਉਹ ਇਸਤਰੀ ਜਾਤੀ ਨੇ ਕੀਤਾ ਹੈ ਦੁਨੀਆ ਦੇ। ਮੈਂ ਕੋਸ਼ਕਾਰੀ ਥੋੜ੍ਹਾ ਬਹੁਤਾ ਕੰਮ ਕੀਤਾ ਹੈ, ਜਿਹਦੇ ਜਿਹਨੂੰ ਛੋਟਾ ਕਰਕੇ ਮਤਲਬ ਦਰਸਾਉਣਾ ਹੋਵੇ ਉਹਦੇ ਅੱਗੇ ਅਸੀਂ ਬਿਹਾਰੀ ਲਾ ਦਿੰਦੇ ਹਾਂ। ਕਿਸੇ ਵੀ ਸ਼ਬਦ ਦੇ ਅੱਗੇ ਜਦੋਂ ਤੁਸੀਂ ਬਿਹਾਰੀ ਲਾ ਦਿੰਦੇ ਹੋ ਤਾਂ ਉਹ ਨਿੱਕਾ ਹੋ ਜਾਂਦਾ, ਛੱਪੜੀ ਛੱਪੜ, ਉਹ ਜਿਹਦੇ 'ਤੇ ਤੁਸੀਂ ਬਿਹਾਰੀ ਲਾ ਦਿਓਗੇ ਉਹਨੂੰ ਉਹ ਛੋਟਾ ਕਰ ਦਿੰਦੇ ਨੇ। ਇਹ ਪਾਣਨੀ ਤੋਂ ਪਹਿਲਾਂ ਨਹੀਂ ਸੀ ਹੈਗਾ, ਇਹ ਪਾਣਨੀ ਨੇ, ਜਦੋਂ ਪਾਣਨੀ ਆਇਆ, ਤੁਸੀਂ ਜਦੋਂ ਉਹਦੀ ਅਸ਼ਟਾਧਿਆਈ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਏਗਾ। ਮੇਰੀ ਜ਼ਿੰਦਗੀ ਬਹੁਤ ਮੁਫਲ ਸੀ, ਬਹੁਤ ਗੁਰਬਤ, ਬਹੁਤ ਜ਼ਲਾਲਤ ਭਰੀ ਹੈ। ਇਤਨੀ ਜ਼ਲਾਲਤ ਭਰੀ ਹੈ ਕਿ ਜੇ ਮੈਂ ਦੱਸਣ ਲੱਗ ਜਾਂ ਮੈਂ ਭਾਵੁਕ ਹੋ ਜਾਂਦਾ। ਅਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ, ਉਹ ਇਹ ਕਰਨੀ ਚਾਹੁੰਦਾ, ਜਿਵੇਂ ਇਹਨਾਂ ਨੇ ਕਿਹਾ ਸੀ ਨਾ ਕਿ ਤੁਸੀਂ ਬੜੇ ਖੁਸ਼ਕਿਸਮਤ ਲੋਕ ਹੋ, ਸੱਚਮੁੱਚ ਤੁਸੀਂ ਬਹੁਤ ਖੁਸ਼ਕਿਸਮਤ ਹੋ, ਕਿਉਂਕਿ ਤੁਸੀਂ ਬਹੁਤ ਅੱਛੇ ਜਿਹੜੇ ਅੱਛੇ ਨੇ ਸੁਰੱਖਿਅਤ ਹੱਥਾਂ ਵਿੱਚੋਂ, ਟੀਚਰਾਂ ਦੇ ਹੱਥੇ ਚੋਂ, ਅਧਿਆਪਕਾਂ ਦੇ ਹੱਥੇ ਚੋਂ, ਗੁਰੂ ਜਨਾਂ ਦੇ ਸੰਗਤ ਚੋਂ, ਸੋਭਤ ਚੋਂ। ਤੁਸੀਂ ਸਾਰੀ ਜ਼ਿੰਦਗੀ ਜਿਸ ਮਰਜ਼ੀ ਮੁਕਾਮ 'ਤੇ ਪਹੁੰਚੋ, ਮੈਂ ਪੜ੍ਹਿਆ ਲਿਖਿਆ ਨਹੀਂ ਬਹੁਤਾ ਹੈਗਾ, ਮੈਂ ਤਾਂ ਐਮ ਏ ਵੀ ਨਹੀਂ ਕੀਤੀ ਫਿਰ ਵੀ ਪ੍ਰੋਫੈਸਰ ਬਣ ਗਿਆ। ਤੁਸੀਂ ਸੋਚੋ ਕਿਵੇਂ, ਮੈਂ ਗਿਆਨੀ ਵਿਦਵਾਨੀ ਬੁੱਧੀਮਾਨੀ ਕੀਤੀ ਸੀ, ਪ੍ਰਭਾਕਰ ਕੀਤੀ ਸੀ, ਦਸਵੀਂ 'ਚੋਂ ਫੇਲ ਹੋ ਗਿਆ ਸੀ, ਫਿਰ ਵੀ ਪ੍ਰੋਫੈਸਰ ਬਣ ਗਿਆ, ਕਿਵੇਂ ਬਣ ਗਿਆ? ਜੇ ਮੇਰੇ ਵਰਗਾ ਬੰਦਾ ਜਿਹੜਾ ਗੁਰਬਤ 'ਤੇ ਜਿਉਂਦਾ, ਜਿਹਦੇ ਕੋਲ ਨਾ ਪੈਸਾ ਹੈ, ਨਾ ਜਿਹਦੇ ਕੋਲ ਅਕਲ ਹੈ, ਨਾ ਸ਼ਕਲ ਹੈ, ਜੇ ਉਹ ਇਸ ਤਰ੍ਹਾਂ ਮਤਲਬ ਕੁਛ ਹੋ ਸਕਦਾ, ਤੁਸੀਂ ਤਾਂ ਬਹੁਤ ਕੁਛ ਬਣ ਸਕਦੇ ਹੋ। ਪਰ ਅਸੀਂ ਆਪਣਾ ਨੁਕਸਾਨ ਆਪ ਕਰਦੇ ਹਾਂ। ਅਸੀਂ ਦਰਅਸਲ ਅਧਿਆਪਕਾਂ ਦੀ ਓਨੀ ਇੱਜ਼ਤ ਨਹੀਂ ਕਰਦੇ ਜਿੰਨੀ ਸਾਡੀ ਪੀੜ੍ਹੀ ਕਰਦੀ ਰਹੀ ਹੈ। ਸਾਡੀ ਪੀੜ੍ਹੀ ਅਧਿਆਪਕਾਂ ਨੂੰ ਮਿਲਣ ਲਈ ਤਰਸਦੀ ਸੀ। ਇਹ ਅਧਿਆਪਕਾਂ ਨੂੰ ਮਿਲਣਾ ਕਿਵੇਂ ਹੈ? ਇਹ ਜਿਹੜੇ ਅਧਿਆਪਕ ਨੇ ਬੰਦੇ, ਇਹ ਕੋਈ ਸਧਾਰਨ ਵਿਅਕਤੀ, ਪਹਿਲੀ ਗੱਲ ਤਾਂ ਇਹਨਾਂ ਨੂੰ ਤੁਸੀਂ ਆਪਣੇ ਗੁਰੂ ਨੂੰ ਸਧਾਰਨ ਬੰਦਾ ਨਾ ਸਮਝੋ। ਉਹਨੇ ਕੋਈ ਤਪੱਸਿਆ ਕੀਤੀ ਹੈ ਅਤੇ ਉਹ ਇਸ ਮੁਕਾਮ 'ਤੇ ਪਹੁੰਚਿਆ, ਹਾਲੇ ਅਸੀਂ ਉਸ ਮੁਕਾਮ 'ਤੇ ਨਹੀਂ ਪਹੁੰਚੇ। ਕੋਈ ਟੀਚਰ ਕਿਸੇ ਦੇ ਦਿਮਾਗ 'ਚ ਘੋਲ ਕੇ ਕੁਛ ਨਹੀਂ ਪਿਆਉਂਦਾ, ਉਹ ਤੁਹਾਡੇ ਅੰਦਰ ਇੱਕ ਵਿਦਿਆ ਦਾ ਜਿਹੜਾ ਗਿਆਨ ਦੇ ਸਰੋਤ ਸੁੱਤੇ ਪਏ ਨੇ ਉਹਨਾਂ ਨੂੰ ਜਗਾ ਦਿੰਦਾ। ਔਰ ਜਿਹੜਾ ਵਿਅਕਤੀ ਕਿਸੇ ਟੀਚਰ ਦੀ ਇੱਜ਼ਤ ਕਰਨੀ ਸਿੱਖ ਜਾਂਦਾ, ਉਹ ਫਿਰ ਉਹਦਾ ਰਿਣ ਨਹੀਂ ਉਤਾਰ ਸਕਦਾ। ਇਹਦੇ ਬਾਰੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਕਬੀਰ ਸਾਹਿਬ ਦਾ ਦੋਹਾ ਹੈ, ਔਰ ਉਹ ਕਮਾਲ ਦਾ ਦੋਹਾ ਹੈ ਜੀ। ਉਹ ਕਹਿੰਦੇ ਨੇ ਕਿ ਗੁਰੂ ਦੀ ਉਸਤਤ ਨਹੀਂ ਕੀਤੀ ਜਾ ਸਕਦੀ। 400 ਸਾਲ ਪਹਿਲਾਂ, 500 ਸਾਲ ਪਹਿਲਾਂ ਸ਼ਾਹੀ ਨਾਲ ਲਿਖਦੇ ਸੀ, ਰੋਸ਼ਨਾਈ ਵੀ ਉਸਨੂੰ ਕਹਿੰਦੇ ਸੀ। ਉਹ ਕਹਿੰਦੇ ਨੇ ਸਭ ਪਰਬਤ ਸਿਆਹੀ ਕਰੂੰ, ਕਿ ਸਾਰੇ ਜਿਹੜੇ ਪਰਬਤ ਨੇ ਉਹਨਾਂ ਦੀ ਮਿੱਟੀ ਦੀ ਮੈਂ ਸਿਆਹੀ ਬਣਾ ਦੇਵਾਂ। ਸਭ ਪਰਬਤ ਸਿਆਹੀ ਕਰੂੰ, ਘੋਲੂ ਸਮੁੰਦਰ ਜਾਏ, ਕਿ ਸਮੁੰਦਰ ਦੇ ਪਾਣੀ ਵਿੱਚ ਘੋਲ ਲਵਾਂ। ਹੁਣ ਤੁਸੀਂ ਸ਼ਾਹੀ ਦੀ ਮਿਕਦਾਰ ਤੁਸੀਂ ਸੋਚ ਕੇ ਦੇਖੋ। ਧਰਤੀ ਕਾ ਕਾਗਜ਼ ਕਰੂੰ, ਗੁਰੂ ਗੁਣ ਲਿਖਾ ਨਾ ਜਾਏ। ਸਾਰੀ ਦੁਨੀਆ ਵਿੱਚ ਇੱਕ ਇਹੋ ਜਿਹਾ ਪੱਥਰ ਹੈ ਜਿਹਨੂੰ ਪਾਰਸ ਕਹਿੰਦੇ ਨੇ, ਉਹ ਪਾਰਸ ਦਾ ਜਿਹੜਾ ਪੱਥਰ ਹੈ ਉਹ ਕੀ ਕਰਦਾ ਕਿ ਤੁਸੀਂ ਲੋਹੇ ਨੂੰ ਬਣਾ ਦਿਓ, ਉਹਨੂੰ ਸੋਨਾ ਬਣਾ ਦਿੰਦਾ, ਪਰ ਪਾਰਸ ਦਾ ਪੱਥਰ ਕਿਸੇ ਨੂੰ ਪਾਰਸ ਨਹੀਂ ਬਣਾ ਸਕਦਾ। ਪਰ ਜਿਹੜਾ ਅਧਿਆਪਕ ਹੈ ਉਹ ਤੁਹਾਨੂੰ ਆਪਣੇ ਵਰਗਾ ਬਣਾ ਦਿੰਦਾ, ਇਸ ਕਰਕੇ ਉਹ ਪਾਰਸ ਤੋਂ ਵੀ ਵੱਡਾ ਹੈ। ਔਰ ਜਦੋਂ ਤੁਸੀਂ ਕਿਸੇ ਅਧਿਆਪਕ ਨੂੰ ਮਿਲਦੇ ਹੋ, ਵੱਡੇ ਬੰਦੇ ਨੂੰ ਮਿਲਦੇ ਹੋ, ਅਧਿਆਪਕ ਛੱਡ ਦਿਓ, ਤੁਹਾਡੇ ਘਰਾਂ ਦੇ ਵਿੱਚ ਹੀ ਤੁਹਾਡੇ ਬਜ਼ੁਰਗ ਨੇ, ਦਾਦੀਆਂ, ਨਾਨੀਆਂ, ਚਾਚੀਆਂ, ਫੁੱਫੀਆਂ, ਕੋਈ ਵੀ, ਜਾਂ ਕੋਈ ਦਾਨਿਸ਼ਵਰ ਤੁਹਾਡੀ ਸੰਗਤ 'ਚ ਆਉਂਦਾ, ਤੁਸੀਂ ਉਹਦੀ ਸੰਗਤ 'ਤੇ ਜਾਂਦੇ ਹੋ,
ਤੁਸੀਂ ਦੇਖੋ ਅਸੀਂ ਨਾ ਕੋਈ ਸਾਨੂੰ ਮਹਾਤਮਾ ਕੋਈ ਫਲ ਦੇ ਦੇਵੇ ਤੇ ਅਸੀਂ ਉਸ ਫਲ ਨੂੰ ਬੜਾ ਪਵਿੱਤਰ ਸਮਝਦੇ, ਕਮਾਲ ਹੈ ਸਾਨੂੰ ਉਹਨੇ ਫਲ ਦੇ ਦਿੱਤਾ। ਇਹ ਕੀ ਹੈ? ਫਲ ਤਾਂ ਹਜ਼ਾਰਾਂ ਫਲਾਂ ਵਿੱਚੋਂ ਇੱਕ ਫਲ ਹੈ, ਫਲ ਦੇ ਵਿੱਚ ਕੋਈ ਤਾਕਤ ਨਹੀਂ। ਅਸਲ ਵਿੱਚ ਜਦੋਂ ਅਸੀਂ ਉਸ ਨੂੰ ਰਿਸੀਵ ਕੀਤਾ ਨਾ ਫਲ ਨੂੰ, ਉਹਦੀ ਬਾਡੀ ਦੀਆਂ ਵਾਈਬ੍ਰੇਸ਼ਨ ਜਿਹੜੀਆਂ ਨੇ, ਉਹਦੇ ਚਿਹਰੇ ਦਾ ਪ੍ਰਭਾ ਮੰਡਲ ਹੈ ਜਿਹੜਾ, ਉਹਦੇ ਚਿਹਰੇ ਦਾ ਔਰਾ ਹੈ ਜਿਹੜਾ, ਜਿਹੜਾ ਸਾਡਾ ਆਈ ਕੰਟੈਕਟ ਹੋ ਜਾਏਗਾ, ਉਹ ਸਾਨੂੰ ਕੀ ਸੰਚਾਰ ਕਰ ਦੇਗਾ, ਕੀ ਸਾਡੀ ਝੋਲੀ ਭਰ ਦੇਗਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਜਦੋਂ ਵੀ ਕਿਧਰੇ ਤੁਸੀਂ ਕਿਸੇ ਵੀ ਵੱਡੇ ਬੰਦੇ ਨੂੰ ਮਿਲੋ, ਹਮੇਸ਼ਾ ਆਪਣੀ ਝੋਲੀ ਖੋਲ ਕੇ ਰੱਖੋ। ਝੋਲੀ ਖੋਲਣਾ ਇੱਕ ਮੈਟਾਫਰ ਹੈ, ਇਹ ਨਹੀਂ ਵੀ ਤੁਸੀਂ ਝੋਲੀ ਫੈਲਾਉਣੀ ਹੈ, ਇਹ ਖੋਲ ਕੇ ਰੱਖੋ। ਔਰ ਜਦੋਂ ਤੁਸੀਂ ਕਿਸੇ ਅੱਗੇ ਝੁਕਦੇ ਹੋ, ਇਹਦੇ ਪਿੱਛੇ ਪੂਰੀ ਹਿੰਦੂ ਜਿਹੜੀ ਹਿੰਦੂ ਮੈਥੋਲੋਜੀ, ਉਹਦੇ ਵਿੱਚ ਝੁਕਣ ਬਾਰੇ ਤਿੰਨ ਬ੍ਰਾਹਮਣ ਗ੍ਰੰਥ ਨੇ। ਇੱਕ ਸ਼ਬਦ ਬ੍ਰਾਹਮਣ ਗ੍ਰੰਥ ਹੈ ਜਿਹਦੇ ਵਿੱਚ ਸਾਰਾ ਇਹ ਕਿ ਝੁਕਣ ਨਾਲ ਬੰਦੇ ਨੂੰ ਕੀ ਕੁਛ ਹੁੰਦਾ। ਜਦੋਂ ਤੁਹਾਡੀ ਕੰਗਰੋੜ ਝੁਕਦੀ ਹੈ, ਮੱਥਾ ਥੱਲੇ ਝੁਕਦਾ ਹੈ, ਤੁਸੀਂ ਜ਼ਮੀਨ ਨੂੰ ਹੀ ਨਹੀਂ ਦੇਖਦੇ, ਤੁਹਾਡੇ ਅੰਦਰ ਇੰਨਾ ਕੁਛ ਸੰਚਾਰ ਹੋ ਜਾਂਦਾ, ਇੰਨਾ ਕੁਛ ਜਦੋਂ ਤੁਸੀਂ ਉੱਪਰ ਦੇਖਦੇ ਹੋ ਉਦੋਂ ਬਿਲਕੁਲ ਵੱਖਰੀ ਤਰ੍ਹਾਂ ਦੀ ਤੁਹਾਡੀ ਮਾਨਸਿਕਤਾ ਹੁੰਦੀ ਹੈ। ਜਿਹੜਾ ਮੰਦਰ ਦੇ ਵਿੱਚ ਉੱਤੇ ਘੰਟਾ ਲੱਗਾ ਹੋਇਆ, ਉਹ ਤੁਸੀਂ ਉੱਪਰ ਦੇਖ ਕੇ ਮਤਲਬ ਉਸ ਨੂੰ ਟੱਚ ਕਰਦੇ ਹੋ, ਪਰ ਜਿਹੜੀ ਦਿਹਲੀ ਉਹ ਥੱਲੇ ਹੈ। ਔਰ ਦਿਹਲੀ ਵੀ ਸਧਾਰਨ ਦਿਹਲੀ ਨਹੀਂ ਹੈਗੀ, ਥੋੜੀ ਜਿਹੀ ਆਮ ਦਿਹਲੀ ਨਾਲੋਂ ਉੱਚੀ ਹੁੰਦੀ ਹੈ ਕਿ ਜਦੋਂ ਅਸੀਂ ਸਟੈਪ ਉੱਤੇ ਲੈਂਦੇ ਹਾਂ, ਸਾਡੀ ਮਾਨਸਿਕਤਾ ਜਿਹੜੀ ਇਕਦਮ ਚੇਂਜ ਹੋ ਜਾਂਦੀ ਹੈ, ਅਸੀਂ ਵੱਖਰੇ ਜ਼ੋਨ ਵਿੱਚ ਜਾ ਚਲੇ ਜਾਂਦੇ ਹਾਂ। ਔਰ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਵੱਖਰੇ ਜ਼ੋਨ ਵਿੱਚ ਚਲੇ ਜਾਂਦੇ ਹੋ, ਔਰ ਸਾਨੂੰ ਗਲੋਬਲਾਈਜੇਸ਼ਨ ਨੇ ਕੀ ਦਿੱਤਾ ਹੈ, ਜਿਹੜਾ ਅਸੀਂ ਜਿਹਨੂੰ ਅਸੀਂ ਮਾਡਰਨ ਲਾਈਫ ਕਹਿੰਦੇ ਹਾਂ, ਸਾਡੇ ਘਰਾਂ 'ਚੋਂ ਦਿਹਲੀ ਉਡਾ ਦਿੱਤੀ। ਤੁਸੀਂ ਕੀ ਸਮਝਦੇ ਸਾਡੇ ਘਰਾਂ 'ਚ ਦਿਹਲੀ ਉੱਡੀ ਹੈ? ਹਜ਼ਾਰਾਂ ਸ਼ਬਦ ਉੱਡ ਗਏ। ਪਹਿਲਾਂ ਲੋਕ ਖਬਰਦਾਰ ਜੇ ਮੇਰੀ ਦਿਹਲੀ 'ਤੇ ਪੈਰ ਧਰਿਆ, ਖਬਰਦਾਰ ਜੇ ਮੇਰੀ ਦਿਹਲੀ ਦੇ ਅੰਦਰ ਆਇਆ, ਜਾਂ ਇਹ ਹੁਣ ਮੇਰੀ ਦਿਹਲੀ ਦੇ ਅੰਦਰ ਹੈ। ਔਰ ਉਹ ਦਿਹਲੀ ਉੱਡਣ ਦਾ ਕੀ ਹੋਇਆ ਕਿ ਪੱਛਮ ਦੇ 'ਚ ਲੋਕ ਕੂੜਾ ਨਹੀਂ ਚੁੱਕਦੇ ਹੱਥ ਦੇ ਨਾਲ, ਕੂੜਾ ਬਾਹਰ ਚਲਾ ਜਾਏ, ਹੱਥ ਨਾ ਲਾਉਣਾ ਪਏ ਸਵਾਣੀ ਨੂੰ, ਸਿਰਫ ਇਸ ਗੱਲ ਕਰਕੇ ਅਸੀਂ ਦਿਹਲੀ ਉਡਾ ਦਿੱਤੀ। ਸਿਰਫ ਦਿਹਲੀ ਉਡਾ ਦਿੱਤੀ, ਅਸੀਂ ਅਨਇਨਵਾਈਟਡ ਰਿਸ਼ਤੇ ਵੀ ਅੰਦਰ ਆਉਣ ਲੱਗ ਪਏ ਜਿਹੜੇ ਨਹੀਂ ਸੀ ਆਉਣੇ ਚਾਹੀਦੇ। ਔਰ ਹੋਇਆ ਕੀ ਕਿ ਸਾਨੂੰ ਸਾਡੀ ਜ਼ਿੰਦਗੀ 'ਚ ਨਾ ਪਲਾਸਟਿਕ ਆ ਗਿਆ, ਕੇਵਲ ਪਲਾਸਟਿਕ ਆ ਗਿਆ, ਮੁਰੰਮਤ ਨਹੀਂ ਹੋ ਸਕਦਾ ਪਲਾਸਟਿਕ। ਤੁਸੀਂ ਸੋਚੋ ਕਿ ਕਿਵੇਂ ਤੁਹਾਡੀ ਲਾਈਫ, ਮੈਂ ਅੱਗੇ ਜਾ ਕੇ ਗੱਲ ਕਰੂੰਗਾ ਤੇ ਗੱਲ ਕੀਤੀ ਸੀ ਕਿ ਰੰਗਾਂ ਦੀ ਗੱਲ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਤੁਹਾਡੇ ਰੰਗ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਦਾ ਵਸਤਰ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਦਾ ਖਾਣ ਪਾਣ ਹੋਣਾ ਚਾਹੀਦਾ, ਤੁਹਾਡੀ ਪਰਸਨੈਲਿਟੀ ਦੇ 'ਚ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਬਹੁਤ ਜ਼ਿਆਦਾ ਅਸਰ ਕਰਦੀਆਂ ਨੇ ਤੁਹਾਡੀ ਪਰਸਨੈਲਿਟੀ ਨੂੰ ਉਸਾਰਨ ਵਿੱਚ, ਇਹਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਔਰ ਕੀ ਹੈ ਕਿ ਪਲਾਸਟਿਕ ਆ ਗਿਆ, ਉਹਦੀ ਮੁਰੰਮਤ ਨਹੀਂ ਹੋ ਸਕਦੀ, ਮੁਰੰਮਤ ਨਹੀਂ ਹੋ ਸਕਦੀ। ਔਰ ਸਾਡੀਆਂ ਜਿਹੜੀਆਂ ਨਾਨੀਆਂ ਚਾਚੀਆਂ ਦਾਦੀਆਂ ਸੀ, ਅਸੀਂ ਉਹਨਾਂ ਨੂੰ ਇਸ ਕਰਕੇ ਨਿਗਲੈਕਟ ਕਰ ਦਿੱਤਾ ਕਿ ਇਹ ਤਾਂ ਕੱਪੜਿਆਂ ਨੂੰ ਚਾਕੀਆਂ ਲਾਈ ਜਾਂਦੀਆਂ ਨੇ, ਇਹਨਾਂ ਨੂੰ ਤਾਂ ਸਲੀਕਾ ਹੀ ਨਹੀਂ ਜ਼ਿੰਦਗੀ ਦੇ ਜਿਉਣ ਦਾ। ਮੇਰੀ ਉਹ ਬੱਚੀਓ, ਉਹ ਕੇਵਲ ਕੱਪੜਿਆਂ ਨੂੰ ਨਹੀਂ ਸੀ ਟਾਕੀਆਂ ਲਾਉਂਦੀਆਂ, ਉਹ ਰਿਸ਼ਤੇ ਵੀ ਗੁੰਨਣਾ ਜਾਣਦੀਆਂ। ਅੱਜ ਅਸੀਂ ਕੀ ਕਰਦੇ ਹਾਂ, ਪਲਾਸਟਿਕ ਦੀ ਚੀਜ਼ ਖਰਾਬ ਹੋ ਗਈ ਬਾਹਰ, ਅਸੀਂ ਕੇਵਲ ਚੀਜ਼ਾਂ ਬਾਹਰ ਸੁੱਟਣੀਆਂ ਗਿੱਜ ਗਏ, ਅਸੀਂ ਰਿਸ਼ਤੇ ਵੀ ਬਾਹਰ ਸੁੱਟ ਦਿੰਦੇ ਹਾਂ, ਨਵਾਂ ਲੈ ਆਉਂਦੇ ਹਾਂ। ਕਿਵੇਂ ਸਾਡੀ ਮੈਂਟਲ ਮੇਕਅਪ ਹੋ ਰਹੀ ਹੈ, ਤੇ ਜਿਹੜੀ ਸਾਡੀ ਮੈਂਟਲ ਮੇਕਅਪ ਹੋ ਰਹੀ ਹੈ, ਇਹਦੇ ਬਾਰੇ ਸੁਚੇਤ ਹੋਣ ਦੀ ਲੋੜ ਹੈ। ਅਸੀਂ ਲੋਕ, ਮੇਰੇ ਪਿਤਾ ਜੀ, ਕਿਉਂਕਿ ਮੇਰੇ ਪਿਤਾ ਜੀ ਦਾ ਬਹੁਤ ਵੱਡਾ ਮੇਰੀ ਜ਼ਿੰਦਗੀ 'ਚ ਰੋਲ ਹੈ, ਉਹ ਹਮੇਸ਼ਾ ਮੈਨੂੰ ਬਹੁਤ ਛੇਤੀ ਚਲੇ ਗਏ ਸਾਡੇ ਕੋਲੋਂ, ਮੇਰੇ ਕੋਲੋਂ 70 ਦੇ ਵਿੱਚ ਉਹਨਾਂ ਦੀ ਖਾਤਰ ਦੇ ਮੌਤ ਹੋ ਗਈ। ਮੇਰਾ 43 ਦਾ ਜਨਮ ਹੈ, 17 ਸਾਲ ਦੇ ਵਿੱਚ ਮੈਂ 4-5 ਸਾਲ ਦਾ ਸੀ ਜਦੋਂ ਪਾਕਿਸਤਾਨੋਂ ਆਇਆ, ਔਰ ਮੇਰੀ ਮਾਂ ਨੂੰ 18 ਦੀ ਬਿਮਾਰੀ ਸੀ, ਔਰ ਉਹ ਬੱਚਾ 8 ਦਿਨਾਂ ਦਾ ਹੋ ਕੇ, 8 ਘੰਟਿਆਂ ਦਾ ਹੋ ਕੇ, 8 ਮਹੀਨਿਆਂ ਦਾ ਹੋ ਕੇ ਮਰ ਜਾਂਦਾ ਸੀ। ਤੋ ਮੈਂ ਜਦੋਂ ਪੈਦਾ ਹੋਣ ਵਾਲਾ ਸੀ ਤਾਂ ਮੇਰੀ ਮਾਂ, ਕਿਸੇ ਪਤਾ ਲੱਗਾ ਕਿ ਕੋਈ ਇੱਕ ਪੀਰ ਚੁੱਪ ਸ਼ਾਹ ਸੀ ਪਾਕਿਸਤਾਨ ਦੇ ਵਿੱਚ, ਉਹ ਬਹੁਤ ਕੋਈ ਮੰਨਿਆ ਪੀਰ ਸੀ, ਤੇ ਉਹ ਮੱਥੇ ਨਹੀਂ ਸੀ ਲੱਗਦਾ ਕਿਸੇ ਦੇ, ਕਿਸੇ ਪਿੰਡ ਦੇ ਵਿੱਚ ਖੂਹ ਦਾ ਟੱਕ ਲਾਉਣ ਵਾਸਤੇ ਆਏ ਕਿ ਇਹਦੇ ਤੋਂ ਟੱਕ ਲਵਾਓ, ਪਾਣੀ ਮਿੱਠਾ ਨਿਕਲੇਗਾ। ਤੇ ਮੇਰੀ ਮਦਰ ਜਿਹੜੀ ਸੀ,
ਬਿਸਤਰੇ 'ਚ ਬੈਠ ਗਈ। ਕਿਹਾ ਕੁਛ ਨਹੀਂ। ਉਹ ਪੀਰ ਨੇ ਉਹਦੇ ਵੱਲ ਵੇਖੇ ਨੇ, ਉਹ ਅੱਗੇ ਨਿਕਲ ਗਿਆ। ਸ਼ਾਮ ਨੂੰ ਜਦੋਂ ਪੀਰ ਵਾਪਸ ਆਇਆ, ਮੇਰੀ ਮਾਂ ਉੱਥੇ ਬੈਠੀ ਸੀ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਬੱਚੇ ਨੂੰ, ਜੇ ਤੁਹਾਡੇ ਘਰ ਬੱਚਾ ਪੈਦਾ ਹੁੰਦਾ, ਉਹਨੂੰ ਲੋਕਾਂ ਦੀ ਜੂਠ 'ਤੇ ਪਾਲੋ। ਤਾਂ ਮੇਰੀ ਮਾਂ ਜਦੋਂ ਮੈਂ ਪੈਦਾ ਹੋਇਆ, ਲੋਕਾਂ ਦੇ ਘਰਾਂ ਵਿੱਚੋਂ ਜੂਠ ਮੰਗ ਲੈਂਦੀ ਸੀ। ਦੁੱਧ ਲੈਣਾ ਜੂਠਾ ਕਰਵਾ ਲੈਣਾ, ਰੋਟੀ ਮੰਗਣੀ ਜੂਠੀ ਕਰਵਾ ਲੈਣੀ। ਤੁਸੀਂ ਸੋਚ ਕੇ ਦੇਖੋ ਬੇਟਾ, ਮੇਰੇ ਵਰਗਾ ਬੰਦਾ, ਜਿਸ ਬੰਦੇ ਦੇ ਮੁੱਢਲੇ ਸਾਹ ਲੋਕਾਂ ਦੀ ਜੂਠ 'ਤੇ ਉਸਰੇ ਹੋਣ, ਉਹ ਕਿਸ ਚੀਜ਼ ਦਾ ਮਾਣ ਕਰ ਸਕਦਾ? ਮੈਂ ਤਾਂ ਹਰ ਉਸ ਸ਼ਖਸ ਦਾ ਦੇਣਦਾਰ ਹਾਂ ਜਿਸ ਬੰਦੇ ਨੇ ਮੇਰੇ ਲਈ ਦੁੱਧ ਦਿੱਤਾ, ਜਿਸ ਬੰਦੇ ਨੇ ਮੇਰੇ ਲਈ ਰੋਟੀ ਦਿੱਤੀ। ਮੈਂ ਉਹਨਾਂ ਪਾਤਰਾਂ ਦਾ ਸ਼ੁਕਰਗੁਜ਼ਾਰ ਹਾਂ ਜਿਹਨਾਂ ਪਾਤਰਾਂ ਨੂੰ ਮੈਂ ਮਿਲਿਆ, ਜਿਹਨਾਂ 'ਤੇ ਮੈਂ ਕਹਾਣੀਆਂ ਦੇਖੀਆਂ ਅਤੇ ਤੁਹਾਡੇ ਵਿੱਚ ਬੈਠਣ ਦੇ ਕਾਬਲ ਹੋਇਆ। ਮੈਂ ਉਹਨਾਂ ਦੋਸਤਾਂ ਦਾ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਮੈਨੂੰ ਛਾਂਗਿਆ। ਔਰ ਇੱਕ ਹੋਰ ਗੱਲ ਮੈਂ ਵਿੱਚ ਮੈਂ, ਕਿਉਂਕਿ ਸਮਾਂ ਬਹੁਤ ਥੋੜ੍ਹਾ, ਗੱਲਾਂ ਜ਼ਿਆਦਾ ਨੇ, ਇਸ ਕਰਕੇ ਮੈਂ ਵਿੱਚੋਂ ਟੋਟਿਆਂ 'ਚ ਗੱਲ ਕਰਦਾ ਕਿ ਟਾਲਸਟਾਏ ਨੇ ਕਿਸੇ ਪੁੱਛਿਆ ਲੇਖਕ ਕੌਣ ਹੁੰਦੇ ਨੇ। ਉਹਨੇ ਕਿਹਾ ਮੈਨੂੰ ਇਹ ਨਹੀਂ ਪਤਾ ਲੇਖਕ ਕੌਣ ਹੁੰਦੇ ਨੇ, ਪਰ ਜਿਹੜੇ ਨਹੀਂ ਹੁੰਦੇ ਉਹਨਾਂ ਬਾਰੇ ਪਤਾ। ਇੱਕ ਨਿਕੋਲਾਈ ਗੋਗੋਲ ਨਾਂ ਦਾ ਬੰਦਾ ਸੀ, ਉਹ ਪੁੱਛਦਾ ਉਸਨੂੰ, ਤੋ ਉਹ ਕਹਿੰਦਾ ਜੀ ਉਹੀ ਦੱਸ ਦਿਓ ਕੌਣ ਹੁੰਦੇ ਨੇ। ਉਹ ਕਹਿੰਦਾ ਜਿਸ ਬੰਦੇ ਦੀ ਮੌਤ ਦੇ ਨਾਲ ਉਹਦੀ ਰਚਨਾ ਦਾ ਜ਼ਿਕਰ ਵੀ ਮਰ ਜਾਏ, ਉਹ ਲੇਖਕ ਨਹੀਂ ਹੁੰਦਾ। ਲੇਖਕ ਮਰ ਕੇ ਵੀ ਸਲਾਮਾਂ ਤੇ ਮੂੰਹ ਨੂੰ ਮਲਾਜੇ ਹੁੰਦੇ ਨੇ। ਦੂਸਰੀ ਗੱਲ ਇਹ ਕਿ ਮੇਰੇ ਪਿਤਾ ਜੀ ਮੈਨੂੰ ਕਿਹਾ ਕਰਦੇ ਸੀ ਕਿ ਜਿਸ ਦਿਨ ਤੈਨੂੰ ਇਹ ਪਤਾ ਲੱਗ ਗਿਆ ਕਿ ਕੀ ਲਿਖਣਾ, ਤੂੰ ਇੱਕ ਐਵਰੇਜ ਕਿਸਮ ਦਾ ਲੇਖਕ ਬਣੇਗਾ। ਜਿਸ ਦਿਨ ਤੈਨੂੰ ਇਹ ਪਤਾ ਲੱਗ ਗਿਆ ਕਿ ਕੀ ਨਹੀਂ ਲਿਖਣਾ, ਉਸ ਦਿਨ ਤੂੰ ਲੇਖਕ ਬਣਨ ਵੱਲ ਤੁਰੇਗਾ। ਇਸ ਗੱਲ ਨੂੰ ਮੈਂ ਸਾਰੀ ਦੁਨੀਆਂ ਦੇ ਵਿੱਚ ਇੱਕ ਲੇਖਕ ਹੋਣ ਦੀ ਪਰਿਭਾਸ਼ਾ ਬਾਰੇ ਮੈਂ ਥੋੜ੍ਹੀ ਜਿਹੀ ਸਪਸ਼ਟ ਕਰਨੀ ਚਾਹਾਂ। ਸਾਰੀ ਦੁਨੀਆਂ ਵਿੱਚ ਇੱਕ ਪਰਿਭਾਸ਼ਾ ਹੈ ਕਿ ਜਦੋਂ ਲੇਖਕਾਂ ਨੂੰ, ਆਰਟਿਸਟਾਂ ਨੂੰ ਪੁੱਛਿਆ ਜਾਂਦਾ ਹੈ ਕਿ ਇੱਕ ਲੇਖਕ ਦੀ ਸਿਰਜਣਾ ਦਾ ਰਾਜ਼ ਕੀ ਹੈ, ਤਾਂ ਅਕਸਰ ਇੱਕ ਬਹੁਤ ਪ੍ਰਵਾਨਿਤ ਅਤੇ ਬਹੁਤ ਪ੍ਰਸਿੱਧ ਇੱਕ ਕੋਟੇਸ਼ਨ ਬੋਲੀ ਜਾਂਦੀ ਹੈ ਕਿ ਇੱਕ ਆਰਟਿਸਟ ਹੋਵੇ ਜਾਂ ਲੇਖਕ ਹੋਵੇ, ਉਹ ਇੱਕ ਬੇਡੌਲ ਪੱਥਰ ਦੇ ਵਿੱਚੋਂ ਇੱਕ ਮੂਰਤੀ, ਮੁਕੰਮਲ ਮੂਰਤੀ ਨੂੰ ਦੇਖ ਰਿਹਾ ਹੁੰਦਾ। ਆਮ ਆਦਮੀ ਨੂੰ ਉਹਦੇ ਵਿੱਚੋਂ ਕੁਛ ਨਹੀਂ ਦਿਸਦਾ, ਪਰ ਆਰਟਿਸਟ ਉਹਦੇ ਵਿੱਚੋਂ ਇੱਕ ਮੂਰਤੀ ਦੇਖ ਰਿਹਾ ਹੁੰਦਾ। ਉਹ ਕੀ ਕਰਦਾ, ਇੱਕ ਫਾਲਤੂ ਪੱਥਰ ਹਟਾ ਦਿੰਦਾ, ਵਿੱਚੋਂ ਮੂਰਤੀ ਨਿਕਲ। ਮੇਰੇ ਪਿਤਾ ਜੀ ਕਿਹਾ ਕਰਦੇ ਸੀ ਕਿ ਇਹ ਜਿਹੜੀ ਪਰਿਭਾਸ਼ਾ, ਇਹ ਅਧੂਰੀ ਪਰਿਭਾਸ਼ਾ। ਤਾਂ ਮੈਂ ਕਿਹਾ ਫਿਰ ਕੀ ਪੂਰੀ ਕੀ ਪਰਿਭਾਸ਼ਾ? ਉਹ ਕਹਿਣ ਲੱਗੇ ਇਹ ਤਾਂ ਮੰਨ ਲਿਆ ਕਿ ਉਹਦੇ ਚੋਂ ਮੂਰਤੀ ਤੁਸੀਂ ਦੇਖਣੀ ਹੈ ਤੇ ਦੇਖ ਰਹੇ ਹੋ ਤੇ ਨਿਕਾਲ ਲਓਗੇ, ਪਰ ਮੂਰਤੀ ਦਾ ਸਰੂਪ ਕੀ ਹੋਵੇ? ਇੱਕ ਪੂੰਜੀਪਤੀ ਹੋਵੇ ਜਿਹੜਾ ਤੋਂਦ ਨਿਕਲੀ ਹੋਈ ਹੈ, ਇੱਕ ਨਿਊਡ ਹੋਵੇ ਜਿਹਦੀ ਸੈਕਸੁਅਲਿਟੀ ਹੈ ਜਿਹਦੇ ਚ, ਜਾਂ ਇੱਕ ਭੁੱਖੇ ਬੱਚੇ ਦਾ ਪਿੰਜਰ ਤੁਸੀਂ ਦੇਖ ਰਹੇ ਹੋ। ਇੱਥੋਂ ਤੁਹਾਡਾ ਕਿਰਦਾਰ ਨਸ਼ੀ ਜਿਹੜੀ ਨਾ, ਉਹ ਤਸਦੀਕ ਹੁੰਦੀ ਹੈ ਕਿ ਤੁਸੀਂ ਕਿਸ ਧਿਰ ਦੇ ਲੇਖਕ ਹੋ, ਕਿਸ ਧਿਰ ਦੇ ਆਰਟਿਸਟ ਹੋ। ਤੇ ਜਦੋਂ ਇੰਨੀਆਂ ਗੱਲਾਂ ਬਚਪਨ ਵਿੱਚ ਪਤਾ ਲੱਗ ਗਈਆਂ, ਤਾਂ ਫਿਰ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਭਗਤੀ ਕਾਵਿ ਵਿੱਚ ਗੁਰੂ ਗ੍ਰੰਥ ਸਾਹਿਬ, ਅਸਲ ਵਿੱਚ ਅਸੀਂ ਧਾਰਮਿਕ ਗ੍ਰੰਥਾਂ ਨੂੰ ਨਾ ਮੱਥਾ ਟੇਕਣ ਤੱਕ ਹੀ ਰੱਖ ਲਿਆ। ਤੁਹਾਨੂੰ ਧਾਰਮਿਕ ਗ੍ਰੰਥ ਕੋਈ ਪੜ੍ਹ ਲਓ, ਤੁਸੀਂ ਭਗਵਤ ਗੀਤਾ ਪੜ੍ਹ ਕੇ ਦੇਖ ਲਓ, ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖ ਲਓ, ਕੁਰਾਨ ਪੜ੍ਹ ਕੇ, ਤੁਹਾਨੂੰ ਉਹਦੇ 'ਚ ਨਾ ਮਾਡਲ ਮਿਲਣਗੇ। ਉਹਦੇ ਵਿੱਚੋਂ ਕੇਵਲ ਜੀਵਨ ਜਾਂਚ ਦੇ ਮਾਡਲ ਨਹੀਂ ਮਿਲਣਗੇ, ਤੁਹਾਨੂੰ ਆਰਟ ਦੇ ਔਰ ਤੁਹਾਨੂੰ ਰਾਈਟਿੰਗ ਦੇ ਵੀ ਮਾਡਲ ਮਿਲਣਗੇ, ਬਸ਼ਰਤੇ ਕਿ ਤੁਸੀਂ ਉਹਨੂੰ ਡੀਕੋਡਿੰਗ ਕਰ ਸਕਦੇ ਹੋ। ਕਬੀਰ ਸਾਹਿਬ ਨੇ ਕਿਧਰੇ ਕਿਹਾ ਸੀ ਕਿ ਲੋਕ ਕਹਿਣ ਕਾਗਜ਼ ਕੀ ਲੇਖੀ, ਮੈਂ ਕਹੂੰ ਆਖਣ ਕੀ ਦੇਖੀ। ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਮੈਂ ਅੱਖੀਂ ਵੇਖ ਕੇ ਫਿਰ ਉਹਦੇ ਰੈਫਰੈਂਸ ਦਿੱਤੇ, ਪਰ ਮੇਰੇ ਪਿਤਾ ਜੀ ਨੇ ਕਿਹਾ ਇਹ ਵੀ ਗੱਲ ਅਧੂਰੀ ਹੈ ਪੁੱਤਰਾ। ਤਾਂ ਅਸੀਂ ਕਿਹਾ ਵੀ ਫਿਰ ਕੀ ਕਰਨਾ ਚਾਹੀਦਾ ਸਾਨੂੰ? ਤਾਂ ਉਹਨੇ ਕਿਹਾ ਵੀ ਵੇਖੋ, ਇਹ
ਇਹ ਗੱਲ ਤਾਂ ਅਧੂਰੀ ਹੈ। ਹੁਣ ਕਬੀਰ ਕਹਿੰਦਾ ਹੈ ਕਿ ਮੈਂ ਅੱਖੀ ਵੇਖੀ ਗੱਲ ਕਰਦਾ, ਮੈਂ ਕਾਗਜ਼ ਦੀ ਲੇਖੀ ਨਹੀਂ ਗੱਲ ਕਰਦਾ। ਲੋਕੀ ਕਾਗਜ਼ ਦੀ, ਲੋਕੀ ਵੇਦਾਂ ਕਿਤਾਬਾਂ ਦੀ ਗੱਲ ਕਰਦੇ ਨੇ, ਮੈਂ ਅੱਖੀ ਵੇਖੀ ਗੱਲ ਕਰਦਾ। ਪਰ ਸਾਡੇ ਪਿਤਾ ਜੀ ਨੇ ਸਾਨੂੰ ਸਮਝਾਇਆ ਕਿ ਇੱਥੇ ਗੱਲ ਖਤਮ ਨਹੀਂ ਹੋ ਜਾਂਦੀ, ਹੰਢਾਏ ਹੋਏ ਅਨੁਭਵ ਦੀ ਵੀ ਗੱਲ ਕਰੋ, ਇੱਕ ਕਦਮ ਅੱਗੇ ਤੁਰੋ। ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਸੀ, ਮੁਫਲਸੀ ਸੀ, ਗੁਰਬਤ ਸੀ, ਜ਼ਲਾਲਤ ਸੀ, ਮੇਰੇ ਪਿਤਾ ਜੀ ਦੀ ਲੱਤ ਛੋਟੀ ਸੀ, ਉਹਨਾਂ ਦੀ ਪਾਕਿਸਤਾਨ ਜਦੋਂ ਕਿਸੇ ਨੇ ਬਰਛਾ ਮਾਰ ਕੇ ਲੱਤ ਕੱਟ ਦਿੱਤੀ ਸੀ, ਉਹ ਲੰਘਾ ਕੇ ਤੁਰਦੇ ਸੀ, ਤੇ ਪੂਰਬੀਏ ਜਿਹੜੇ ਨਾਲ ਲੇਬਰਰ ਸਨ ਉਹਨੂੰ ਲੰਗੜ ਦੀਨ ਕਹਿੰਦੇ ਹੁੰਦੇ ਸੀ, ਤੇ ਲੋਕਾਂ ਨੂੰ 5 ਰੁਪਏ ਮਜ਼ਦੂਰੀ ਮਿਲਦੀ ਸੀ, ਉਹਨੂੰ 3.5 ਰੁਪਏ ਮਿਲਦੇ ਸੀ ਕਿ ਤੂੰ ਪੂਰਾ ਕੰਮ ਨਹੀਂ ਕਰ ਸਕੇਗਾ। ਤੇ ਉਹਨੇ ਮੈਨੂੰ ਨਾਲ ਕੰਮ ਤੇ ਛੋਟੇ ਹੁੰਦੇ ਲਾਤਾ ਕਿ ਉਹ ਜਿਹੜਾ 1.5 ਰੁਪਈਆ ਮੇਰਾ ਬੱਚਾ ਨਾਲ ਕੰਮ ਕਰੇਗਾ। ਜਿਸ ਬੰਦੇ ਦੀ ਜ਼ਿੰਦਗੀ ਹਰ ਰੋਜ਼ ਉਸ ਜ਼ਲਾਲਤ ਨਾਲ ਭਰੀ ਹੋਵੇ, ਤੁਸੀਂ ਸੋਚ ਕੇ ਦੇਖੋ ਕਿ ਫਿਰ ਮੈਨੂੰ ਤੇ ਲੋਕਾਂ ਪ੍ਰਤੀ ਨਫ਼ਰਤ ਨਾਲ ਭਰ ਜਾਣਾ ਚਾਹੀਦਾ ਸੀ, ਪਰ ਨਹੀਂ ਭਰੇ ਕਿਉਂਕਿ ਸਾਹਿਤ ਨੇ ਬਚਾ ਲਿਆ। ਸਾਹਿਤ ਤੁਹਾਨੂੰ ਬੈਲੈਂਸ ਕਰਦਾ, ਕਿਤਾਬਾਂ ਤੁਹਾਨੂੰ ਬੰਦਾ ਬਣਾ ਕੇ ਰੱਖਦੀਆਂ ਨੇ, ਔਰ ਪੜ੍ਹਨਾ ਬਹੁਤ ਜ਼ਰੂਰੀ ਹੈ। ਔਰ ਪੜ੍ਹਨ ਬਾਰੇ ਵੀ ਮੈਂ ਇੱਕ ਤੁਹਾਨੂੰ ਨਾਲ ਦੀ ਨਾਲ ਹੀ ਗੱਲ ਇੱਥੇ ਖਤਮ ਕਰ ਦੇਣਾ ਕਿ ਜਿਹੜਾ ਜੇ ਕੋਈ ਤੁਹਾਡੇ ਚੋਂ ਲੇਖਕ ਬਣਨਾ ਚਾਹੁੰਦਾ, ਤਾਂ ਕੋਈ ਬੰਦਾ ਨਾਟਕ ਲਿਖਦਾ ਉਹ ਨਾਟਕ ਹੀ ਪੜ੍ਹਦਾ, ਪੋਇਟਰੀ ਲਿਖਦਾ ਉਹ ਪੋਇਟਰੀ ਪੜ੍ਹਦਾ, ਨਾਵਲ ਲਿਖਦਾ ਉਹ ਨਾਵਲ ਹੀ ਪੜ੍ਹਦਾ, ਕਹਾਣੀ ਲਿਖਦਾ ਕਹਾਣੀ ਪੜ੍ਹਦਾ। ਮਿੱਟੀ ਵਿੱਚ ਮਿੱਟੀ ਬੀਜ ਰਿਹਾ, ਉਹ ਕੱਖ ਨਹੀਂ ਉੱਗਣਾ। ਤੁਹਾਨੂੰ ਮਲਟੀ ਜਿਹੜੀ ਸਾਡੀ ਡਿਸਿਪਲਿਨ ਹੈ ਨਾ, ਉਹਦੇ ਵਿੱਚੋਂ ਲੰਘਣਾ ਪਏਗਾ। ਤੁਹਾਨੂੰ ਪੇਂਟਿੰਗ ਵੀ ਦੇਖਣੀ ਆਉਣੀ ਚਾਹੀਦੀ ਹੈ, ਤੁਹਾਨੂੰ ਫਿਲਮ ਵੀ, ਫਿਲਮ ਅਸੀਂ ਫਿਲਮ ਤਾਂ ਸਾਨੂੰ ਫਿਲਮ ਹੀ ਨਹੀਂ ਦੇਖਣੀ ਆਉਂਦੀ, ਅਸੀਂ ਤਾਂ ਫਿਲਮ ਨੂੰ ਐਂਟਰਟੇਨਮੈਂਟ ਸਮਝ ਰਿਹਾ ਜੀ। ਫਿਲਮ ਇੱਕ ਅਜਿਹੀ ਭਾਸ਼ਾ ਹੈ ਜਿਹੜੀ ਇੰਨੀ ਸਿੰਬੋਲਿਕ ਹੈ, ਪੂਰੇ ਦਾ ਪੂਰਾ ਨਾਵਲ ਦਾ ਕਾਂਡ ਇੱਕ ਨਿੱਕੇ ਜਿਹੇ ਜੈਸਚਰ ਦੇ ਨਾਲ, ਇੱਕ ਨਿੱਕੇ ਜਿਹੇ ਕਲੋਜ਼ ਅਪ ਦੇ ਨਾਲ ਜਿਹੜਾ ਡਾਇਰੈਕਟਰ ਹੈ ਨਾ, ਉਹ ਲੰਘ ਜਾਂਦਾ ਉਹ ਕਹਿ ਕੇ। ਫਿਲਮ ਦੇਖਣੀ ਆਉਣੀ ਚਾਹੀਦੀ ਹੈ, ਪੋਇਟਰੀ ਅਗਰ ਅਸੀਂ ਲਿਖਦੇ ਸਾਨੂੰ ਨਾਟਕ ਦੇਖਣਾ ਚਾਹੀਦਾ ਹੈ, ਫਿਲਮ ਦੇਖਣੀ ਚਾਹੀਦੀ ਹੈ। ਮੈਂ ਬਹੁਤ ਘੱਟ ਪੜ੍ਹਿਆ ਲਿਖਿਆ ਬੰਦਾ, ਪਰ ਮੈਂ ਮੈਟਾਫਿਜ਼ਿਕਸ ਵੀ ਪੜ੍ਹੀ ਹੈ, ਫਿਜ਼ਿਕਸ ਵੀ ਪੜ੍ਹੀ ਹੈ, ਕੈਮਿਸਟਰੀ ਵੀ ਪੜ੍ਹੀ ਹੈ, ਸ਼ਿਸ਼ੋਲੋਜੀ ਵੀ ਪੜ੍ਹੀ ਹੈ, ਐਂਥਰੋਪੋਲੋਜੀਕਲ ਸਟੱਡੀ ਵੀ ਕੀਤੀ ਹੈ ਜੀ, ਕਿਉਂ ਨਹੀਂ ਕਰੂੰਗਾ ਮੈਂ। ਮੇਰੀ ਰਚਨਾ ਵਿੱਚ ਰਿਚਨੈਸ ਆ ਹੀ ਨਹੀਂ ਸਕਦੀ ਜੇ ਮਤਲਬ, ਔਰ ਰਿਚਨੈਸ ਇਸ ਤਰ੍ਹਾਂ ਨਹੀਂ ਹੁੰਦੀ ਕਿ ਜੇ ਤੁਸੀਂ ਪੜ੍ਹਿਆ ਤਾਂ ਸਾਰਾ ਕੁਛ ਵਿੱਚ ਆ ਜਾਏਗਾ, ਨੋ। ਇਹਦੀ ਮੈਂ ਤੁਹਾਨੂੰ ਇੱਕ ਹੋਰ ਇੱਕ ਮਿਸਾਲ ਦੇਣਾ, ਦੁਨੀਆਂ ਵਿੱਚ ਇੱਕ ਸੋਨਾ ਹੈ ਪਾਸੇ ਦਾ ਸੋਨਾ, ਪਾਸੇ ਦਾ ਸੋਨਾ ਕੀ ਹੈ, ਉਹਨੂੰ ਪਿਓਰ ਸੋਨਾ ਕਹਿੰਦੇ ਨੇ। ਉਹਨੂੰ ਤੁਸੀਂ ਅਗਰ ਉਹਦੀ ਤਾਰ ਹੈ ਉਹਨੂੰ ਜਿਸ ਤਰ੍ਹਾਂ ਮਰਜ਼ੀ ਮੋੜ ਦਓ, ਉਹਦੇ 'ਚ ਫਲੈਕਸੀਬਿਲਿਟੀ ਹੁੰਦੀ ਹੈ, ਨਰਮ ਹੁੰਦਾ ਹੈ, ਉਹਦਾ ਗਹਿਣਾ ਨਹੀਂ ਬਣ ਸਕਦਾ, ਕਿਸੇ ਪਾਸੇ ਦੇ ਸੋਨੇ ਦਾ ਗਹਿਣਾ ਨਹੀਂ ਬਣ ਸਕਦਾ। ਔਰ ਜਦੋਂ ਗਹਿਣਾ ਨਹੀਂ ਬਣ ਸਕਦਾ ਤਾਂ ਫਿਰ ਕੀ ਹੁੰਦਾ ਹੈ ਕਿ ਉਹਦੇ ਵਿੱਚ ਜਿਹੜਾ ਅੱਛਾ ਸੁਨਿਆਰ ਹੈ, ਸਰਾਫ ਹੈ, ਉਹਦੇ ਵਿੱਚ ਥੋੜਾ ਜਿਹਾ ਰਲਾ ਪਾਉਂਦਾ। ਹੁਣ ਜੇ ਤਾਂ ਰਲਾ ਜ਼ਿਆਦਾ ਪੈ ਗਿਆ ਤਾਂ ਵੀ ਗਹਿਣਾ ਨਕਲੀ ਬਣ ਗਿਆ, ਨਹੀਂ ਪਿਆ ਤਾਂ ਗਹਿਣਾ ਨਹੀਂ ਬਣਿਆ। ਕੋਈ ਆਰਟਿਸਟ, ਇਹ ਸਾਰਾ ਸਮਾਜ, ਸਾਰਾ ਮੁਆਸ਼ਰਾ ਇਹ ਪਾਸੇ ਦਾ ਸੋਨਾ ਹੈ, ਰੋ ਮਟੀਰੀਅਲ ਹੈ, ਇਹਦੇ ਵਿੱਚ ਰਲਾ ਪਪਿਆ ਤਾਂ ਚੁੱਕਦਾ, ਉਹ ਵਿੱਚੋਂ ਚੀਜ਼ਾਂ ਨੂੰ ਛੱਡਦਾ, ਕਿ ਇਹ ਚੀਜ਼ ਨਹੀਂ, ਇਹ ਛੱਡ ਦਿਓ, ਇਹ ਛੱਡ ਦਿਓ। ਔਰ ਹੁੰਦਾ ਕੀ ਹੈ ਕਿ ਉਹ ਬਹੁਤ ਕੁਛ ਛੱਡ ਦਿੰਦਾ, ਫਿਰ ਬਹੁਤ ਕੁਛ ਕੁਛ ਚੂਜ਼ ਕਰ ਲੈਂਦਾ, ਫਿਰ ਉਹਦੇ ਚ ਰਲਾ ਪਾਉਂਦਾ। ਰਲਾ ਕੀ ਹੈ? ਉਹਦੀ ਆਈਡੀਓਲੋਜੀ, ਉਹਦੀ ਨਜ਼ਰ, ਉਹਦਾ ਫੋਕਸਿੰਗ ਪੁਆਇੰਟ, ਕਹਿਣਾ ਕੀ ਚਾਹੁੰਦਾ। ਔਰ ਸਭ ਤੋਂ ਵੱਡੀ ਗੱਲ ਕਿ ਪੰਚ ਲਾਈਨ, ਕਿੱਥੇ ਉਹਨੇ ਪੰਚ ਲਾਈਨ ਮਾਰਨੀ। ਔਰ ਮੇਰੇ ਪਿਤਾ ਜੀ ਮੈਨੂੰ ਬਚਪਨ ਵਿੱਚ ਕਹਿੰਦੇ ਸੀ ਕਿ ਜਿਸ ਦਿਨ ਤੂੰ ਆਪਣੀ ਕਹਾਣੀ ਦਾ ਆਖਰੀ ਫਿਕਰਾ ਤੜਫਦਾ ਹੋਇਆ ਛੱਡ ਸਕਿਆ, ਉਸ ਦਿਨ ਮੈਂ ਮੰਨਾਂਗਾ ਕਿ ਤੂੰ ਥੋੜਾ ਬਹੁਤਾ ਲੇਖਕ ਬਣਿਆ। ਤੁਹਾਡੇ ਜ਼ਿਹਨ ਚੋਂ ਫਿਕਰਾ ਤੜਫਦਾ ਰਹਿ ਜਾਏ, ਉਹ ਘਟਨਾ ਤੜਫਦੀ ਰਹਿ ਜਾਏ। ਮੈਂ ਥੀਏਟਰ ਦਾ ਵੀ ਬੰਦਾ ਵਾਂ, ਅਸੀਂ ਹੁਣ ਕੀ ਕਰਦੇ ਹਾਂ ਜੀ ਕਿ ਮੰਨ ਲਓ ਇੱਥੇ ਇੱਕ ਰੇਪ ਹੋ ਰਿਹਾ ਕਿਸੇ ਦਾ, ਕੁੜੀ ਦਾ,
दो मिनट पहला स्टेज के उत्ते रेपट कोई हो रहा है, सीन खत्म हो गया, बाद चो लड़की जिहड़ी जी इंट्रोड्यूस करा रहे ने ए रिंपी है फलाना है, ताड़ियां मार रही है, दंदियां कट रही है, की लैके जाओगे तुसी थिएटर तो बाद चोलियां झाड़ के? चल मैं कहना असी हले तुसी बंगाल जाओ उत्थे इस तरह कुछ नहीं हुंदा, तुसी फोक थिएटर देखो ते किसे किसे भी आर्टिस्ट नूं कोई इंट्रोड्यूस नहीं कराया जांदा सारा। मैं पिछे जे काम करके हटिया, मेरे को एच एल डी का प्रोजेक्ट सी, अपने बारे मैं कदे गल नहीं करता पर मैनू गल करनी पै रही, मैं अपने बारे हमेशा कदे कोई गल नहीं करता, मैं आ कीता भारत की लोक धर्मी रंग कला है। मेरे को 23 स्टेट सन जिन्हां दा फोक थिएटर दे उत्ते मैं एक किताब लेके देनी सी NSD नू, नैशनल स्कूल ऑफ ड्रामा नू, और मैं जदों उन्हां स्टेटां च देखिया जिहड़े साडे फोक थिएटर दे बंदे ने ओह किसे बंदे नू इंट्रोड्यूस नहीं सी कराउंदे। क्यों नहीं सी कराउंदे? क्योंकि लड़कियां ने ही लड़कियां दा पार्ट करना हुंदा सी। जे उन्हां नू ये पता लग जाए कि आ जिहड़ा बंदा ये लड़की बनिया होया सी, अगली बार उन्हूं बुलाउंदे ही नहीं उस जिहड़ी पार्टी है जी, एक क्रियोसिटी बनी रहिंदी सी जी। सो तुसी जो भी थानू कि मौका बने बेटा, पोएट्री थानू सियाणा बनाउंदी, पोएट्री थानू संजम करना सिखाउंदी, तुहाडे शब्दां च संजम पैदा करना सिखाउंदी है कि किवें तुसी संजमी मतलब जिहड़ी लिखते हो लिखनी है। थिएटर थानू उसे वेले मतलब दिंदा है जी कि जे तुसी हुणे जे गलत कुछ कीता नाल दे नाल दर्शक वापसी लैण लग जाणगे। तुसी हर डिसिपलिन दे विचों लंघो ते अच्छे पाठक बनो, फिर तुसी अच्छे लेखक बन सकदे। आर्टिस्ट बनना है तो पहले तुसी पेंटिंग वेखनी सीखो कि पेंटिंग वेखनी किवें, पेंटिंग डीकोड किवें करनी। मैं हुसैन दियां पेंटिंग जिहड़ियां देवियां बारे बनाईयां, मेरा मैं कोई फाइन आर्ट दा बंदा नहीं हैगा पर मैनूं पता लगा कि उस आदमी ने ना 5-6 पेंटिंग बारे हिंदुस्तान तो बाहर कढ़ दित्ता गया, मैनूं ओह पेंटिंग देखनियां चाहीदियां ने। तो मैं ओह भोपाल उत्थे इक हैगा जगह उत्थे उन्हां दियां पेंटिंग लगियां, मैं गया, मेरे को पैसे भी नहीं सी हैगे लेकिन मैं उत्थे किसे मंदिर विच गया, उत्थे रिहायश कीती, 10 दिन रहा, मैनूं नहीं समझ च आईयां, फिर गया फिर जदों वार वार गया उन्होंने कहा कि तुसी इहदे ते कुछ लिख दिओ, तो कोशिश कीती उन्हां नूं डीकोड करन दी, लेकिन मुल्क दे हालात इह सन कि उन्हूं उन्हां ने बाहर कढ़णा ही कढ़णा सी, ओह गल्लां वखरियां ने। लेकिन थानू पता और हुंदा की है जी, किवें तुसी हुण किवें चीज नूं देखोगे? दुनिया दे हर आर्ट दे विच हर आर्ट 5 डिमेंशन हुंदा है। मैं इत्थे खलोता ना, मैं वध तों वध इहदे 2 पासे देख सकदा, इस मेज ते 2 पासे मैं किसे नूं कहांगा तुसी दसो है मैं ठीक बनाया, और दूसरा बंदा भी मैनू 2 पासे ही दस सकता है, 5वीं डिमेंशन उहनूं भी नहीं पता किथे है, उहदा सेंट्रल पॉइंट हुंदा है कि इह जिहड़ा मेज है इहदा परपज की है, उह परपज जिहड़ा है ना उहदे विच पिया हुंदा है, उह सेंट्रल आइडिया हुंदा है, उह जिन्ना चिर नहीं पता उन्ना चिर 2 पासे देखण दा भी कोई अर्थ नहीं हैगा। तुहानूं पता होए कि तुसी की करना है जी। जदों मैं यूनिवर्सिटी विच गया तो मैनूं उन्होंने माली ला लिया कि तू माली तेनूं होया की, कि वाइस चांसलर मैनूं मिलिया तो मैं कि लेबर मैं नलका ला रहा सी 2.5 रुपए मेरे दंद पटाउन आया, मैं मेरे को पैसे नहीं सी हैगे, कहिंदे जी 25 रुपए लैंदा दंद पटाउन, मैं बॉम्बे तो नवा आया सी, मेरे को 20 रुपये सी, तो उत्थे एक बंदा आ गया कहिंदा जी नलका लाने वास्ते मजदूर चाहिए, तो मैं मोटरसाइकिल ते यार मैं कहा मैं चले जाना, तो वो कहने लगा भी तू कम कर लेंगा, मैं कहा हाँ कर लांगा, तो रेहड़ी खिंच के लै गया। तो मैं जदों नलका ला रहा सी उत्थे वाइस चांसलर आ गए, साडे इत्थे जौल साहब सन, वह अगे वाइस चांसलर लिखिया सी, तो जिन्हों मैं जिन्हां दे घर मैं नलका ला रहा सी उन्होंने मिलना आया डॉक्टर जोत सिंह नूं, तो वह कहिंदे भी कित्थे जस जोत सिंह, मैं कहा जी वह तो आया नहीं, सन तो चाह चू पियानी सी, उसने मजदूरी के तौर पर मैं गल कर रहा सी ना, तो मैं सर सर कर लगा, कहिंदे तू कौन है? मैं कहा मैं कज़ाक हाँ। वह कार च बहिंदा बहिंदा बाहर निकल आया, मैनूं कहिंदा भी कृपाल कज़ाक है, तो मैं कहा तू इत्थे की करदा? मैं कहा मैं तो लेबर करना, उन्हें अपना सैकटरी भेजा कि उन्हें पता कर भी ये कितने पैसे लेंदा, पता लगा कि 22 रुपए रोज से काम करता है, उन्हें कहा यार 25 रुपए रोज की कोई ना नौकरी दे जा,
ਤੇ ਉਹਨਾਂ ਨੇ ਮੈਨੂੰ 700 ਰੁਪਏ ਮਹੀਨੇ ਦੇ ਮਾਲੀਆਂ ਦੇ ਉੱਤੇ ਲਾ ਲਿਆ। ਮੈਂ ਤੁਹਾਨੂੰ ਇਹ ਗੱਲ ਤਾਂ ਸੁਣਾ ਰਿਹਾ ਇਸ ਕਰਕੇ ਨਹੀਂ ਸੁਣਾ ਰਿਹਾ ਕਿ ਇਹਦੇ 'ਚ ਮੇਰਾ ਕੋਈ ਮੁਫਾਦ ਹੈ। ਦੁਨੀਆਂ ਵਿੱਚ ਮੈਂ ਉਹ ਜਿਹੜਾ ਇੱਕ ਸਟੈਚੂ ਹੈ, ਮੈਨੂੰ ਮੈਂ ਉਹਦੇ ਬਾਰੇ ਕਿਤਾਬ ਵੀ ਪੜ੍ਹੀ, ਮੈਂ ਸਟੈਚੂ ਦੇਖਿਆ ਨਹੀਂ ਕਿਉਂਕਿ ਮੈਂ ਵਿਦੇਸ਼ ਕਦੇ ਗਿਆ ਨਹੀਂ। ਉਹ ਸਟੈਚੂ ਜਿਹੜਾ ਨਾ ਉਹ ਫਰਾਂਸ ਵਿੱਚ ਲੱਗਾ ਹੋਇਆ। ਉਹਦੇ ਬਾਰੇ ਜਿਹੜੀ ਪੂਰੀ ਕਿਤਾਬ ਹੈ, ਉਹ ਕਿਤਾਬ ਦੀ ਮੈਂ ਜਿਹੜੀ ਥੱਲੇ ਜਿਹੜੀ ਉਹਦਾ ਅਸਲੀ ਮਕਸਦ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ। ਉਹ ਗਤੀ ਵਿੱਚ ਹੈ, ਉਹ ਜਿਹੜਾ ਤੁਰ ਰਿਹਾ ਉਹ ਜਿਵੇਂ ਮਤਲਬ ਦੌੜ ਰਿਹਾ ਹੁੰਦਾ, ਨਾ ਉਹ ਪੁਰਸ਼ ਦਾ ਨਾ ਉਹ ਇਸਤਰੀ ਦਾ ਉਹ ਸਟੈਚੂ ਹੈ। ਉਹਦੇ ਉਹਦੀ ਖਾਸੀਅਤ ਕੀ ਹੈ? ਉਹਦੀ ਖਾਸੀਅਤ ਇਹ ਹੈ ਕਿ ਉਹਦੇ ਇੱਥੇ ਵਾਲਾਂ ਦੀ ਲਿਟ ਹੈ ਇੱਥੇ ਮੱਥੇ ਦੇ ਉੱਤੇ, ਤੇ ਥੱਲੇ ਪਿਕਾਸੋ ਦੀ ਇੱਕ ਨਾ ਉਹ ਕੋਟੇਸ਼ਨ ਲਿਖੀ ਹੋਈ ਹੈ। ਤੇ ਜਿਹੜਾ ਪਿਕਾਸੋ ਸੀ ਨਾ, ਜਿਹੜਾ ਦੁਨੀਆਂ ਦਾ ਬਹੁਤ ਵੱਡਾ ਪੇਂਟਰ ਹੋਇਆ, ਉਹ ਕਿਸੇ ਦੇ ਘਰ ਚ ਭਾਂਡੇ ਮਾਂਜਦਾ ਹੁੰਦਾ ਸੀ। ਉਹਦੀ ਤੁਸੀਂ ਆਟੋਬਾਇਓਗ੍ਰਾਫੀ ਪੜ੍ਹੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਕਿੱਥੋਂ ਉੱਠਿਆ ਹੋਇਆ ਬੰਦਾ ਸੀ। ਜ਼ਿੰਦਗੀ ਨਾਲੋਂ ਕਹਿ ਕੇ ਲੰਘਣਾ ਵੀ ਬਹੁਤ ਜ਼ਰੂਰੀ ਹੁੰਦਾ। ਤੇ ਉਹ ਅਚਾਨਕ ਇੱਕ ਬਹੁਤ ਵੱਡਾ ਭੋਜ ਹੋ ਰਿਹਾ ਸੀ, ਤੇ ਜਿੱਥੇ ਬੜੇ ਲੋਕੀ ਆਏ ਖਾਣਾ ਖਾਣ ਵਾਸਤੇ ਕਰੋੜਪਤੀ, ਤਾਂ ਅਚਾਨਕ ਜਿਹੜਾ ਸੈਂਟਰ ਸਲਾਦ ਦੀ ਪਲੇਟ ਸੀ ਉਹ ਕਿਸੇ ਤਰ੍ਹਾਂ ਬਹਿਰੇ ਤੋਂ ਬਿਖਰ ਗਈ, ਤੇ ਉਹ ਜਿਹੜਾ ਸਲਾਦ ਉਹਨਾਂ ਨੇ ਸਜਾਇਆ ਹੋਇਆ ਸੀ ਉਹ ਅਸਤ ਵਿਅਸਤ ਹੋ ਗਿਆ। ਤੇ ਉਹ ਜਿਹੜਾ ਮੇਜ਼ਬਾਨ ਸੀ ਉਹ ਗੁੱਸੇ ਹੋਣ ਲੱਗ ਪਿਆ ਵੀ ਤੁਸੀਂ ਸਾਰਾ ਇਮੇਜ ਹੀ ਖਾਲੀ ਕਰ ਦਿੱਤਾ। ਹੁਣ ਉਹ ਬੰਦਾ ਜਿਹੜਾ ਉੱਥੇ ਉਹ ਪਿਕਾਸੋ ਸੀ ਨਾ ਜੀ, ਸਰ ਪਿਕਾਸੋ ਦੀ ਆਈ ਹੈ ਜੀਵਨੀ ਕਿਤੇ ਤੁਸੀਂ ਪੜ੍ਹੋ ਜੀ, ਉਹਦੇ ਵਿੱਚ ਨਾ ਜੀ ਉਹਨੇ ਕੀ ਕੀਤਾ ਵੀ ਉਹਨੇ ਕਿਹਾ ਵੀ ਸਰ ਮੈਂ ਇਸਨੂੰ ਪੂਰਾ ਕਰ ਸਕਦਾ, ਕੁਇਕ ਕੀ ਕਰ ਸਕਦਾ ਤੂੰ। ਉਹਨੇ ਵੇਖ ਲਿਆ ਸੀ ਕਿ ਇੰਨੀ ਸਾਰੀ ਕਰੀਮ ਪਈ ਹੋਈ ਹੈ, ਉਹਨੇ ਫਟਾਫਟ ਕਰੀਮ ਫੜੀ ਇੱਕ ਤਸ਼ਰੀ ਚ ਰੱਖੀ ਕਿ ਬੇਡੌਲ ਜਾਂ ਇੱਕ ਸ਼ੇਰ ਬਣਾ ਕੇ ਜਿੰਨੇ ਛੁਰੀਆਂ ਕਾਂਡੇ ਸੀ ਉਹਦੇ ਵਿੱਚ ਪਾ ਕੇ ਤੇ ਉੱਥੇ ਸੌਸ ਲਾ ਦਿੱਤੀ। ਉਹ ਬੰਦੇ ਜਦੋਂ ਆਏ ਅੰਦਰ, ਵਾਓ ਕਿਸਨੇ ਬਣਾਇਆ? ਉਹ ਬੰਦਾ ਜਿਹੜਾ ਮੇਜ਼ਬਾਨ ਸੀ ਉਹ ਕੀ ਕਹਿ ਵੀ ਮੇਰਾ ਜਿਹੜਾ ਭਾਂਡੇ ਮਾਂਜਣ ਵਾਲਾ ਹੈ, ਪਲੇਟਾਂ ਧੋਣ ਵਾਲਾ, ਉਹਨੇ ਬਣਾਇਆ, ਉਹ ਸ਼ਰਮ ਕਰੇ। ਲੇਕਿਨ ਬਾਅਦ ਵਿੱਚ ਜਦੋਂ ਗੱਲ ਨੰਗੀ ਹੋਈ, ਉਸ ਇੱਕ ਬੰਦੇ ਨੇ ਉਸ ਆਦਮੀ ਦਾ ਸਾਰਾ ਖਰਚਾ ਚੁੱਕਿਆ, ਉਹਨੂੰ ਆਰਟ ਕਾਲਜ ਦਾਖਲ ਕਰਵਾਇਆ ਔਰ ਦੁਨੀਆਂ ਦਾ ਸਭ ਤੋਂ ਵੱਡਾ ਪੇਂਟਰ ਬਣਿਆ। ਇਹ ਗੱਲ ਤੁਹਾਨੂੰ ਇਸ ਕਰਕੇ ਸੁਣਾਈ ਹੈ ਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਕ ਮੌਕਾ ਆਉਂਦਾ ਜਦੋਂ ਉਹ ਜਿਹੜਾ ਸਟੈਚੂ ਹੈ ਜਿਹੜਾ ਜਿਹਦੇ ਇੱਥੇ ਵਾਲਾਂ ਦੀ ਲਿਟ ਹੈ ਔਰ ਥੱਲੇ ਪਿਕਾਸੋ ਲਿਖਦਾ ਕਿ ਹਰ ਬੰਦੇ ਮੈਂ ਕਾਮਯਾਬੀ ਹਾਂ, ਉਹਦੇ ਥੱਲੇ ਲਿਖਿਆ ਹੋਇਆ। ਮੈਂ ਜ਼ਿੰਦਗੀ ਚ ਹਰ ਬੰਦੇ ਕੋਲ ਇੱਕ ਵਾਰੀ ਜਾਂ ਇੱਕ ਤੋਂ ਵੱਧ ਵੇਰ ਜਾਂਦੀ ਹਾਂ। ਜਿਹੜਾ ਮੈਨੂੰ ਵਾਲਾਂ ਤੋਂ ਫੜ ਲੈਂਦਾ ਮੈਂ ਉਹਦੇ ਕੋਲ ਬੈਠ ਜਾਂਦੀ ਹਾਂ, ਜਿਵੇਂ ਉਹਦੇ ਕੋਲੋਂ ਇੱਕ ਵਾਰੀ ਲੰਘ ਜਾਵਾਂ ਫਿਰ ਮੇਰੀ ਮਰਜ਼ੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚ ਮੈਨੂੰ ਮਾਲੀ ਲਾ ਲਿਆ, ਤਾਂ ਮੈਂ ਕਿਹਾ ਜੀ ਮੈਂ ਕੰਮ ਕੀ ਕਰਾਂ? ਉਹ ਕਹਿੰਦੇ ਤੂੰ ਐਡਾ ਵੱਡਾ ਲਿਖ ਕੇ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ, ਤੂੰ ਆਨੰਦ ਲੈ। ਤਾਂ ਮੈਂ ਕਿਹਾ ਇਹ ਮੈਨੂੰ ਹੁਣ ਪਿਕਾਸੋ ਵਾਲਾ ਮੌਕਾ ਬਣ ਗਿਆ। ਤਾਂ ਮੈਂ ਉਹਨਾਂ ਨੂੰ ਪੁੱਛਿਆ ਜੀ ਕਿ ਇਸ ਯੂਨੀਵਰਸਿਟੀ ਸਭ ਤੋਂ ਮਤਲਬ ਸਿਆਣਾ ਬੰਦਾ ਕਿਹਨੂੰ ਸਮਝਦੇ ਨੇ? ਉਹ ਕਹਿੰਦੇ ਜੀ ਸਭ ਤੋਂ ਸਿਆਣਾ ਉਸ ਬੰਦੇ ਨੂੰ ਵਿਦਵਾਨ ਸਮਝਦੇ ਨੇ ਜਿਹਦਾ ਕੋਈ ਲੇਖ ਖੋਜ ਪੱਤਰਕਾਰ ਛਾਪ ਜਾਵੇ, ਜਿਹਦੇ ਇਹ ਐਡੀਟਰ ਨੇ ਜੀ ਵੀ ਜੇ ਉਹਦੇ ਵਿੱਚ ਛਪ ਜਾਏ ਨਾ ਤੇ ਉਹਨੂੰ ਕਹਿੰਦੇ ਨੇ ਕਿ ਬੰਦਾ। ਤੇ ਉਹਦੇ ਵਿੱਚ ਜਿਹੜਾ ਬੰਦਾ ਡਾਕਟਰੇਟ ਸੀ ਉਹਦੇ ਤੋਂ ਥੱਲੇ ਨਹੀਂ ਸੀ ਛਾਪਦਾ, PhD ਤੋਂ ਥੱਲੇ ਕੋਈ ਨਹੀਂ ਸੀ ਛਾਪਦਾ। ਪਿਛਲੇ ਜਿੰਨੇ ਵੀ ਅੰਕ ਸਨ 27 ਅੰਕ ਨਿਕਲ ਚੁੱਕੇ ਸੀ, ਉਹ ਉਹਨਾਂ ਵਿੱਚ ਕੋਈ ਬੰਦਾ ਇਸ ਤਰ੍ਹਾਂ ਦਾ ਨਹੀਂ ਸੀ ਛਪਿਆ ਜਿਹੜਾ ਬੰਦਾ PhD ਨਹੀਂ ਸੀ ਹੈਗਾ। ਤਾਂ ਮੈਂ ਸੋਚਿਆ ਇੱਥੇ ਸਨ ਲਾਉਂਦੇ ਹਾਂ। ਤਾਂ ਮੈਂ ਕਿਉਂਕਿ ਮੇਰੀ ਉਸ ਤੋਂ ਪਹਿਲਾਂ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਮੈਂ ਕੁਛ ਕਬੀਲਿਆਂ 'ਤੇ ਕੰਮ ਕਰ ਚੁੱਕਾ ਸੀ, ਕੁਛ ਮੈਂ ਕਲਚਰ ਦੇ ਉੱਤੇ ਕਲਚਰ ਨੂੰ ਡੀਕੋਡ ਕਰਨਾ ਥੋੜ੍ਹਾ ਬਹੁਤਾ ਮੈਨੂੰ, ਮੈਂ ਪ੍ਰੋਪ ਪੜ੍ਹ ਚੁੱਕਾ ਸੀ, ਲੈਵਿਸ ਰੋਸ ਪੜ੍ਹ ਚੁੱਕਾ ਸੀ, ਫੂਕੋ ਪੜ੍ਹ ਚੁੱਕਾ ਸੀ। ਤਾਂ ਯੂਨੀਵਰਸਿਟੀ 'ਚ ਆਉਣ ਸਾਰ ਸਭ ਤੋਂ ਪਹਿਲਾਂ ਮੈਂ ਇਹ ਕੰਮ ਕੀਤਾ ਕਿ ਜਿਹੜੇ ਬੰਦੇ ਕਲਚਰ ਨੂੰ ਡੀਕੋਡ ਕਰਦੇ ਨੇ ਉਹਨਾਂ ਨੂੰ ਪੜ੍ਹਿਆ ਜਾਵੇ, ਸਮਝਿਆ ਜਾਵੇ। ਤਾਂ ਮੈਂ ਸਭ ਤੋਂ ਪਹਿਲਾਂ ਇੱਕ ਲੇਖ ਲਿਖਿਆ ਜਿਹਦੇ ਵਿੱਚ ਮੈਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਸੱਭਿਆਚਾਰ ਨਿੱਤ ਬਦਲਦੇ ਰਹਿਣ ਵਾਲਾ ਵਰਤਾਰਾ ਹੈ,
ਉਹ ਥੋੜਾ ਜਿਹਾ ਸੱਚ ਬੋਲਦੇ ਨੇ, ਪੂਰਾ ਸੱਚ ਨਹੀਂ। ਤੋ ਇਕਦਮ ਸਾਰੇ ਮਤਲਬ ਪੰਜਾਬੀ ਸਾਹਿਤ ਜਗਤ ਵਿੱਚ ਨਾ ਇਹ ਗੱਲ ਥੋੜੀ ਜਿਹੀ ਮਤਲਬ ਨਾ ਝੰਜੋੜਨ ਵਾਲੀ ਸਨ ਵੀ ਇਹ ਕੌਣ ਆ ਗਿਆ ਇਹ ਗੱਲ ਕਹਿਣ ਵਾਲਾ। ਤੋ ਮੈਂ ਕੀ ਕੀਤਾ, ਉਹ ਲੇਖ ਲਿਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਚ ਦੇਣ ਨਹੀਂ ਗਿਆ, ਉੱਪਰ ਪੰਜਾਬੀ ਲਿਟਰੇਰੀ ਸਟੱਡੀ ਚ ਡਾਕਖਾਨੇ ਜਾ ਕੇ ਰਜਿਸਟਰੀ ਕਰਵਾਤੀ ਤਾਂ ਕਿ ਮੈਂ ਸਾਹਮਣੇ ਨਾ ਆਵਾਂ, ਕਿਉਂਕਿ ਮੇਰੇ ਕੋਲ ਤੇ ਕੱਪੜੇ ਵੀ ਨਹੀਂ ਸੀ ਚੱਜਦੇ ਪਾਉਣ ਵਾਸਤੇ। ਤੋ ਜਦੋਂ ਮੇਰੇ ਦੋ ਲੇਖ ਛਪ ਗਏ ਜਿਨ੍ਹਾਂ ਵਿੱਚ ਮੈਂ ਇੱਕ ਵਿਆਹ ਦੇ ਸਿਸਟਮ ਬਾਰੇ ਕਮੈਂਟ ਕੀਤਾ, ਜੇ ਮੈਨੂੰ ਵਕਤ ਹੋਇਆ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ ਇਹ ਗੱਲ ਮੈਂ ਕਿਉਂ ਕਹੀ। ਤੋ ਮੈਂ ਉਹਦੇ ਚ ਇਹ ਗੱਲ ਕਹੀ ਕਿ ਪਿਛਲੇ 5000 ਸਾਲ ਤੋਂ ਜਿਹੜਾ ਸਾਡੇ ਸੱਭਿਆਚਾਰ ਵਿੱਚ ਬਦਲਾਓ ਆਇਆ, ਕੋਈ ਸ਼ੱਕ ਨਹੀਂ ਕਿ ਬਦਲਾਓ ਆਇਆ, ਪਰ ਉਹਦੀਆਂ ਫ੍ਰੀਕੁਐਂਸੀਜ ਨੇ, ਕਿਤੇ ਤਾਂ ਬਹੁਤ ਤੇਜ਼ੀ ਨਾਲ ਬਦਲਾਓ ਆਇਆ, ਕਿਸੇ ਇਹੋ ਜਿਹੀ ਕਈ ਫ੍ਰੀਕੁਐਂਸੀਜ ਨੇ ਖਾਸ ਕਰਕੇ ਜਿਹੜੀਆਂ ਸਾਡੀਆਂ ਰਿਚੁਅਲ ਨੇ ਉਹਨਾਂ ਦੇ ਵਿੱਚ ਜਿਹੜੀ ਬਦਲਾਓ ਦੀ ਗਤੀ ਹੈ ਉਹ ਬਹੁਤ ਧੀਮੀ ਗਤੀ ਹੈ। ਤੇ ਉਹਦੇ ਵਿੱਚ ਵਿਆਹ ਸੰਸਥਾ ਇੱਕ ਇਹੋ ਜਿਹੀ ਸੰਸਥਾ ਹੈ ਜਿਹੜੀ ਪਿਛਲੇ 5000 ਸਾਲ ਦੇ ਵਿੱਚ ਲਗਭਗ ਥੋੜੇ ਬਹੁਤੇ ਫਰਕ ਦੇ ਨਾਲ ਉਂਝ ਦੀ ਉਂਝ ਹੈ। ਔਰ ਜਦੋਂ ਉਹ ਛਪ ਗਏ ਮੇਰੇ ਲੇਖ, ਤਾਂ ਇੱਕ ਦਿਨ ਜਿਹੜੇ ਜੱਗੀ ਸਾਹਿਬ ਸਾਡੇ ਬਹੁਤ, ਰਤਨ ਸਿੰਘ ਜੱਗੀ ਬਹੁਤ ਵੱਡੇ ਸਕਾਲਰ ਸਨ, ਉੱਥੋਂ ਲੰਘੇ ਜਾਂਦੇ ਸਨ ਤੇ ਮੈਨੂੰ ਇੱਕ ਮਾਲੀ ਨੇ ਆਵਾਜ਼ ਮਾਰੀ ਵੀ ਕਜ਼ਾਕ ਸਾਹਿਬ ਉਹ ਚਾਹ ਪੀ ਲਓ। ਉਹਨੇ ਦੇਖਿਆ ਵੀ ਮੈਨੂੰ ਕਹਿੰਦਾ ਕਿ ਨਾਂ ਲਿਆ ਨੇ, ਮੈਂ ਉਹਨਾਂ ਨੂੰ ਮਿਲਿਆ ਨਹੀਂ ਸੀ ਕਦੇ। ਮੈਂ ਕਿਹਾ ਜੀ ਮੇਰਾ ਨਾਂ ਕਜ਼ਾਕ ਹੈ। ਤੂੰ ਕਿਰਪਾਲ ਕਜ਼ਾਕ ਹੈ? ਮੈਂ ਕਿਹਾ ਹਾਂ ਜੀ। ਤੂੰ ਇੱਥੇ ਕੀ ਕਰਦਾ? ਮੈਂ ਕਿਹਾ ਮੈਂ ਤਾਂ ਇੱਥੇ ਮਾਲੀਆਂ ਦੇ ਉੱਤੇ ਮਤਲਬ ਆਨੰਦ ਲੈਂਦਾ ਜੀ ਤੇ ਪੜ੍ਹਦਾ ਲਿਖਦਾ ਵਾ। ਮੇਰੇ ਦਫ਼ਤਰ 'ਚ ਆ ਸਕਦਾ? ਮੈਂ ਕਿਹਾ ਜੀ ਆ ਸਕਦਾ। ਇਹ ਲੇਖ ਤੂੰ ਲਿਖੇ ਨੇ? ਮੈਂ ਕਿਹਾ ਜੀ ਮੈਂ ਲਿਖੇ ਨੇ। ਉਸੇ ਵੇਲੇ ਉਹਨੇ ਵਾਈਸ ਚਾਂਸਲਰ ਨੂੰ ਚਿੱਠੀ ਲਿਖੀ ਇੱਕ ਬੰਦਾ ਮੈਨੂੰ ਚਾਹੀਦਾ, ਔਰ ਕਮੇਟੀਆਂ ਬਣੀਆਂ। ਮੈਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ 1 ਸਾਲ ਦਾ ਪ੍ਰਵੇਸ਼ਨ ਪੀਰੀਅਡ ਦਿੰਦੇ ਹਾਂ, ਤੁਸੀਂ PhD ਦੇ ਐਕੁਲੈਂਟ ਕੰਮ ਕਰਕੇ ਦਿਖਾਓ। ਤੋ ਮੇਰੇ ਲਈ ਉਹ ਪਿਕਾਸੋ ਵਾਲਾ ਜਿਹੜਾ ਸੀਗਾ ਜੀ ਸਮਾਂ ਸੀ ਕਿ ਹੁਣ ਸਮਾਂ ਹੈ, ਔਰ ਮੈਂ 1 ਸਾਲ ਦੇ ਵਿੱਚ ਇੱਕ ਥੀਸਿਸ ਲਿਖਿਆ ਜਿਹੜਾ ਹਾਲੇ ਵੀ 3 ਜ਼ਬਾਨਾਂ 'ਚ ਮੈਂ ਸਬਮਿਟ ਕੀਤਾ, ਫੋਕ ਟ੍ਰੈਡੀਸ਼ਨ ਐਂਡ ਟ੍ਰਾਈਬਲ ਕਲਚਰ। ਉਹਦੇ 6 ਬੰਦੇ ਕਮੇਟੀ ਦੇ ਸਨ, ਬਹੁਤ ਵੱਡੇ ਕਰਨੈਲ ਸਿੰਘ ਸਿੰਘ ਸਨ, ਡਾਕਟਰ ਅਦਰ ਸਿੰਘ ਸਨ, ਵਰਜਾਰਾ ਬੇਦੀ ਸਨ, 2 ਮੈਡਮ ਟਿਵਾਣਾ ਸਨ, ਤੇ ਇੱਕ ਡਾਕਟਰ ਫਰੈਂਕ, ਗੁਰਬਖਸ਼ ਸਿੰਘ ਫਰੈਂਕ, ਉਹ ਬੰਦੇ ਸਨ ਕਮੇਟੀ 'ਚ। ਉਹਨਾਂ ਨੇ ਖੈਰ ਚਲੋ ਹੋਇਆ, ਮੈਨੂੰ ਉੱਥੇ ਨੌਕਰੀ ਮਿਲ ਗਈ। ਇਹ ਤਾਂ ਮੇਰਾ ਪੰਜਾਬੀ ਯੂਨੀਵਰਸਿਟੀ ਜਾਣਾ ਸੀ, ਲੇਕਿਨ ਇਹਦੇ 'ਚ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਕਿ ਮੈਨੂੰ ਜਿਹੜਾ ਫਖਰ ਹੈ, ਜਿਹੜਾ ਮੈਂ ਆਪਣੇ ਆਪ ਨੂੰ ਵਖਰਾਉਣਾ, ਉਹ ਮੈਂ 2 ਗੱਲਾਂ ਕਰਕੇ ਆਪਣੇ ਆਪ ਨੂੰ ਵਖਰਾਉਣਾ। ਮਾਣ ਨਹੀਂ ਹੈਗਾ ਸਿਰਫ ਇਸ ਗੱਲ ਕਰਕੇ ਕਿ ਅੱਛੇ ਲੋਕਾਂ ਦੀ ਸੰਗਤ ਨੇ, ਮੈਂ ਮੇਰਾ ਇਹਦੇ 'ਚ ਕੁਛ ਨਹੀਂ ਹੈਗਾ, ਅੱਛੇ ਲੋਕਾਂ ਦੀ ਸੰਗਤ ਨੇ, ਅੱਛੀਆਂ ਪੁਸਤਕਾਂ ਨੇ, ਅੱਛੇ ਸਾਥ ਨੇ, ਮੈਨੂੰ ਉੱਧਰ ਥੋੜ੍ਹਾ ਜਿਹਾ ਬਾਰੀਕ ਬੀਨੀ ਵੱਲ ਤੋਰਿਆ ਕਿ ਚੀਜ਼ਾਂ ਨੂੰ ਬਹੁਤ ਮਾਨਿਊਟਲੀ ਦੇਖਣਾ ਜੀ। ਇਹ ਨਹੀਂ ਹੈਗਾ ਕਿ ਮੋਟਾ ਜਿਹਾ ਨਾ ਕੱਤੋ, ਥੋੜ੍ਹਾ ਜਿਹਾ ਤੰਦ ਤਾਂ ਟੁੱਟਦਾ, ਜਿੰਨਾ ਬਰੀਕ ਕੱਤੋਗੇ ਤੰਦ ਟੁੱਟੇਗਾ, ਲੇਕਿਨ ਕੋਈ ਗੱਲ ਨਹੀਂ, ਟੁੱਟਣ ਦਿਓ, ਤੁਸੀਂ ਕੋਸ਼ਿਸ਼ ਕਰੋ ਬਰੀਕ ਕੱਤਣ ਦੀ। ਪਹਿਲੀ ਗੱਲ, ਮੈਂ 2 ਹੀ ਗੱਲਾਂ ਕਰਨੀਆਂ, ਤੀਜੀ ਨਹੀਂ ਕਰਨੀ, ਤੀਜੀ ਫਿਰ ਤੁਹਾਡੇ ਬਾਰੇ ਕਰਕੇ ਤੇ ਫਿਰ ਮੈਂ ਬੰਦ ਕਰ ਦੂੰਗਾ, ਠੀਕ ਹੈ ਜੀ? ਮੈਂ ਟਾਈਮ ਹੈ ਨਾ 6-7 ਮਿੰਟ। ਵਿਆਹ ਸੰਸਥਾ ਸਾਡੇ ਕੋਲ, ਤੁਸੀਂ ਦੇਖੋ ਕਿ ਜਦੋਂ ਮਨੁ ਸਮ੍ਰਿਤੀ ਲਿਖੀ ਜਾਂਦੀ ਹੈ ਉਦੋਂ ਤੱਕ ਸਾਡੇ ਕੋਲ ਇੱਕੋ ਹੀ ਵਿਆਹ ਦੀ ਸੰਸਥਾ ਹੈ ਜਿਹਨੂੰ ਕਹਿੰਦੇ ਨੇ ਪਿਸ਼ਾਚ ਵਿਆਹ। ਚੁੱਕ ਕੇ ਲੈ ਜਾਂਦੇ ਸੀ, ਇੱਕ ਕਬੀਲੇ ਦੇ ਬੰਦੇ ਦੂਜੇ ਕਬੀਲੇ ਦੀ ਕੁੜੀ ਨੂੰ ਚੁੱਕ ਕੇ ਲਿਆਉਂਦੇ ਸੀ ਧੱਕੇ ਨਾਲ, 1000 ਸਾਲ ਪਹਿਲਾਂ। ਤੁਸੀਂ ਦੇਖੋ ਹੁਣ ਕਿੰਨੇ ਕੁ ਮਾਡਰਨ ਆ, ਆਪਾਂ ਸੋਚ ਕੇ ਦੇਖਿਓ। 1000 ਸਾਲ ਪਹਿਲਾਂ ਜਦੋਂ ਕੋਈ ਬੰਦਾ ਕਿਸੇ ਦੀ ਧੀ ਨੂੰ ਚੁੱਕਣ ਗਿਆ ਹੋਏਗਾ, ਉਹਨੇ ਘੋੜੇ ਦੀ ਵੀ ਵਰਤੋਂ ਕੀਤੀ ਹੋਏਗੀ, ਤਲਵਾਰ ਦੀ ਵੀ ਵਰਤੋਂ ਕੀਤੀ ਹੋਏਗੀ। ਅੱਜ ਵੀ ਮੁੰਡਾ ਕੁੜੀ ਦੇ ਘਰ ਨੇੜੇ ਜਾਂਦਾ, ਘੋੜੀ ਤੇ ਚੜ੍ਹ ਜਾਂਦਾ, ਹੱਥ 'ਚ ਤਲਵਾਰ ਫੜ ਲੈਂਦਾ। 1000 ਸਾਲ ਪਹਿਲਾਂ ਸਾਡੇ ਕੋਲ ਇੱਕ ਮਿੱਥ ਹੈ ਯਮ ਤੇ ਯਮੀ ਦੀ। ਭਰਾ ਜਦੋਂ ਕਹਿੰਦਾ ਨਾ ਕਿ ਮੈਂ ਕਿਸੇ ਦੂਸਰੇ 'ਚ ਕੁੜੀ ਨਹੀਂ ਲਿਆ, ਸਭ ਤੋਂ ਪਹਿਲਾਂ ਉਹਦੀ ਭੈਣ ਨੇ ਵਿਰੋਧ ਕੀਤਾ ਰਿਗਵੇਦ ਦੇ ਵਿੱਚ। 8 ਸਫ਼ੇ ਦੀ ਐਂਟਰੀ ਹੈ ਕਿ ਤੂੰ ਕਿਵੇਂ ਦੂਸਰੀ ਕੁੜੀ ਨੂੰ ਲਿਆਏਗਾ ਜਦ ਮੈਂ ਘਰ 'ਚ ਮੌਜੂਦ ਹਾਂ। ਯੂਨਾਨ ਦੇ ਵਿੱਚ ਹਾਲੇ ਵੀ ਅਜਿਹੇ ਕਈ ਰਾਜ ਘਰਾਣੇ ਨੇ ਜਿੱਥੇ ਸਕੇ ਭੈਣ ਭਰਾਵਾਂ ਦੇ 'ਚ ਵਿਆਹ ਹੋ ਜਾਂਦੇ ਨੇ। ਔਰ ਮੁਸਲਮਾਨ ਜਿਹੜਾ ਸਾਡਾ ਇਸਲਾਮ ਹੈ, ਇਸਲਾਮ ਵਿੱਚ ਤੇ ਭੂਆ ਦੀ ਧੀ, ਮਾਸੀ ਦੀ ਧੀ, ਭੂਆ ਦੀ ਧੀ ਜਿਹੜੀ ਹੈ ਉਹ ਸਾਡੇ ਮਾਮੇ ਦੀ ਧੀ ਨਾਲ ਹਾਲੇ ਵੀ ਰਿਸ਼ਤੇ ਹੋ ਜਾਂਦੇ ਨੇ।
और जदों कोई बंदा घोड़ी चढ़दा सब तो पहला भैन बाहर रोकदी है, एक जेस्चर है। किथे तुसी देखो ओहदी किथे जाके गल रुलदी है, ओ यम ते यमी नाल जा जुड़दी है। फिर ओ उथों बाहर निकलदा शगन दे रूप च, थोड़े जे पैसे दिंदा है, उस तो अगे चला जांदा है, फिर ओहदी वाग फड़दी है। हुण वाग गुंदण दे विच मतलब जिहड़ा असीं इहनूं कन्वर्ट कर लिया। लेकिन जदों बंदा जांदा है जी, ओदो सक्का भरा नाल नहीं जांदा। सरबाला मतलब जिहनूं असीं सरबाला कहिंदे आ, सरबाला शब्द है ही नहीं, किसे कोशिश च नहीं हैगा, सिर दा वाली है। ਉਹ ਮਾਮੇ ਦਾ ਪੁੱਤ ਵੀ ਨਹੀਂ ਜਾਂਦਾ, ਭੂਆ ਦਾ ਪੁੱਤ ਜਾਂਦਾ। ਮਾਮੇ ਦਾ ਪੁੱਤ ਵੀ ਦਗਾ ਕਰ ਸਕਦਾ, ਭੂਆ ਦਾ ਪੁੱਤ, ਚਾਚੇ ਦਾ ਪੁੱਤ ਵੀ ਦਗਾ ਕਰ ਸਕਦਾ। ਸਕਾ ਭਰਾ ਨਹੀਂ ਜਾਂਦਾ, ਸਕਾ ਭਰਾ ਦੇਵਰ ਮੀਨ ਦੂਜਾ ਵਰ, ਸੰਭਾਵੀ ਵਰ। ਜੇ ਬੰਦਾ ਮਰ ਜਾਂਦਾ, ਜਖਮੀ ਹੋ ਜਾਂਦਾ, ਉਹ ਕੁੜੀ ਆ ਜਾਂਦੀ ਤਾਂ ਦੂਸਰਾ ਜਿਹੜਾ ਬੰਦਾ ਉਹਦਾ ਛੋਟਾ ਭਰਾ ਹੈ ਉਹ ਉਹਦਾ ਖਾਵਤ ਬਣੇਗਾ। ਔਰ ਹੁੰਦਾ ਕੀ ਕਿ ਅੱਜ ਵੀ ਭਰਜਾਈ ਜਿਹੜੀ ਹੈ ਉਹ ਗੋਡੇ ਤੇ ਬਿਠਾਉਂਦੀ ਹੈ ਦਿਓਰ ਨੂੰ ਵਿਆਹਣ ਤੋਂ ਬਾਅਦ। ਇਹ ਕੀ ਜੈਸਚਰ ਨੇ, ਪਰ ਭਰਜਾਈ ਸੁਰਮਾ ਪਾਉਂਦੀ ਹੈ। ਮੈਂ ਵਿਆਖਿਆ ਚ ਨਹੀਂ ਜਾਂਦਾ ਕਿ ਸੁਲੇਮਾਨੀ ਸੁਰਮਾ ਹੁੰਦਾ ਸੀ ਕਿ ਤੂੰ ਦੂਸਰੀ ਧਿਰ ਵਾਲੀ ਕੁੜੀ ਇੱਕ ਹੋਰ ਮੇਰੇ ਨਾਲ ਆ ਜਾ, ਮੇਰੀ ਧਿਰ ਬਣ ਜਾ। ਅਸੀਂ ਜਿਹੜੇ ਮਾਡਰਨ ਆ ਨਾ, ਅਸੀਂ ਇੱਕ ਹੱਦ ਤੱਕ ਆ, ਲੇਕਿਨ ਜਿੱਥੇ ਸਾਡੀਆਂ ਰਿਚੁਅਲ ਨੇ ਉਹ ਹਾਲੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ। ਲੇਕਿਨ ਜੇ ਬੱਚੇ ਮੈਂ ਇੱਕ ਦੋ ਮਿੰਟ ਲੈਣਾ ਚਾਹੁੰਦਾ ਕਿ ਜੇ ਤੁਸੀਂ ਜਦੋਂ ਤੁਸੀਂ MA ਕਰੋਗੇ, PhDਆਂ ਕਰੋਗੇ, ਤੁਸੀਂ ਨਾ ਸਿਰਫ ਲਿਟਰੇਰੀ ਟੈਕਸ ਡੀਕੋਡ ਕਰੋਗੇ, ਪਰ ਫੋਕਲੋਰ ਦੇ ਵਿੱਚ ਲਿਟਰੇਰੀ ਟੈਕਸ 5% ਹੈ, 95% ਜਿਹੜੀ ਟੈਕਸਟ ਹੈ ਉਹ ਲਿਟਰੇਰੀ ਹੈ ਹੀ ਨਹੀਂ, ਉਹ ਸਾਈਨ ਨੇ। ਉਹ ਕੀ ਸਾਈਨ ਨੇ, ਤੈਰਾਗੀ ਬੰਨੀ ਹੈ ਸਾਈਨ ਹੈ, ਬੱਚਾ ਜੰਮਿਆ ਸ਼ਰੀ ਬੰਨਿਆ ਸਾਈਨ ਹੈ, ਵਿਆਹ ਹੋਇਆ ਚੂੜਾ ਪਾਇਆ ਸਾਈਨ ਹੈ। ਕੀ ਕਿੱਥੇ ਹੈ ਲਿਟਰੇਰੀ ਟੈਕਸਟ, ਕੁਛ ਨਹੀਂ ਹੈਗੀ। ਹੋਰ ਛੱਡੋ, ਤੁਸੀਂ ਲਿਟਰੇਰੀ ਟੈਕਸ ਕੋਟ ਕਰਦੇ ਹੋ ਕੋਈ ਵੀ, ਮੈਂ ਚਲੋ ਇੱਕ ਮਿੰਟ ਤੁਹਾਡਾ ਜ਼ਿਆਦਾ ਲੈ ਲੈਂਦਾ ਵੈਸੇ ਤਾਂ, ਕਿਉਂਕਿ ਸਮਾਂ ਹੋ ਗਿਆ। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿਟੇ ਮੁਜਵਾਈ ਦਾ, ਗਈ ਸਾ ਮੈਂ ਗੰਗਾ ਚੜਾ ਲਿਆ ਹੀ ਵੰਗਾ, ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਲੀ ਟੰਗਾ, ਉਸ ਕਿੱਲੀ ਟੰਗਾ ਜਾਂ ਉਸ ਕਿੱਲੀ ਟੰਗਾ, ਇੱਕ ਲਿਟਰੇਰੀ ਟੈਕਸਟ ਹੈ। ਇਹਨੂੰ ਤੁਸੀਂ ਡੀਕੋਡ ਕਰ ਸਕਦੇ ਹੋ। ਕੀ ਡੀਕੋਡ ਕਰ ਸਕਦੇ ਹੋ, ਕਿ ਮੈਂ ਇਕੱਲੀ ਸਾਂ, ਮੇਰੀ ਕਲੀਰਿਆਂ ਦੀ ਉਮਰ ਆ ਗਈ, ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਮੈਂ ਵੀਰ ਦੀ ਪੱਗ ਸਾ, ਦੁਪੱਟਾ ਮੇਰੇ ਭਾਈ ਦਾ, ਇਸਲਾਮ ਦਾ ਅਸਰ ਹੈ ਕਿ ਮੇਰੀ ਵੀਰ ਦਾ ਮੈਂ ਇੱਜ਼ਤ ਸਾਂ, ਆਬਰੂ ਸਾਂ, ਦੁਪੱਟਾ ਮੇਰੇ ਭਾਈ ਨੇ ਲਾਉਣਾ ਸੀ, ਜਿਹੜਾ ਮਾਮੇ ਦਾ ਪੁੱਤ ਸੀ, ਭੂਆ ਦਾ ਪੁੱਤ ਸੀ, ਮਾਸੀ ਦਾ ਪੁੱਤ ਸੀ, ਫਿਟੇ ਮੂੰਹ ਜਵਾਈ ਦਾ, ਜਵਾਈ ਮੀਨਸ ਓਪਰਾ, ਤੁਸੀਂ ਮੈਨੂੰ ਓਪਰੇ ਬੰਦੇ ਨਾਲ ਵਿਆਹ ਰਹੇ। ਫਿਰ ਜਿਹੜੀ ਸਾਡੀ ਕੰਟੈਂਪਰੇਰੀ ਸਾਡੇ ਜਿਹੜੀਆਂ ਲਿਖਤਾਂ ਨੇ ਤੇ ਫੋਕਲੋਰ ਦੀਆਂ ਟੈਕਸਟ ਨੇ, ਉਹਦੇ ਵਿੱਚ ਫਰਕ ਕੀ ਹੈ? ਅੱਜ ਦਾ ਲੇਖਕ ਪਾਠਕ ਨੂੰ ਮੂਰਖ ਸਮਝ ਕੇ ਉਹਨੂੰ ਘਰ ਤੱਕ ਛੱਡਣ ਜਾਂਦਾ, ਸਪੇਸ ਨਹੀਂ ਦਿੰਦਾ। ਲੇਕਿਨ ਜਿਹੜੀ ਫੋਕਲੋਰ ਦੀ ਟੈਕਸ ਹੈ ਉਹ ਤੁਹਾਨੂੰ ਸਪੇਸ ਦਿੰਦੀ ਹੈ, ਅੱਗੇ ਕੁਛ ਵੀ ਨਹੀਂ, ਖਾਲੀ ਹੈ, ਗਈ ਸਮੇਂ ਗੰਗਾ। ਹੁਣ ਕਿਹਨੇ ਟੋਰਚਰ ਕੀਤਾ ਉਹਨੂੰ, ਕਿਵੇਂ ਟੋਰਚਰ ਹੋਈ, ਬਿਲਕੁਲ ਸਾਇਲੈਂਟ ਹੈ ਪੋਰਸ਼ਨ, ਗਈ ਸਮੇਂ ਗੰਗਾ। ਹੁਣ ਉਹਦੇ ਫੁੱਲ ਪਾਉਣ ਜਾਂਦੀ ਹੈ ਜਿਹਨੇ ਮਤਲਬ ਉਹਨੂੰ ਟੋਰਚਰ ਕੀਤਾ, ਗਈ ਸਮੇਂ ਗੰਗਾ ਚੜਾ ਲਿਆ ਹੀ ਵੰਗਾ, ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿਲੇ, ਵੰਗਾਂ ਚੜਾ ਕੇ ਆਉਂਦੀ ਹੈ, ਕਨਫਰਮ ਹੋ ਗਈ ਉਹ ਸੱਸ ਜਾਂ ਕੋਈ ਵੀ ਜਿਹੜੀ ਮਰ ਗਈ ਜਿਹਨੇ ਉਹਨੂੰ ਟੋਰਚਰ ਕੀਤਾ, ਫਿਰ ਵੰਗਾਂ ਚੜਾ ਕੇ ਆਉਂਦੀ ਹੈ ਖੁਸ਼ੀ ਨਾਲ, ਅਸਮਾਨੀ ਮੇਰਾ ਘੱਗਰਾ। ਦੁਨੀਆਂ ਭਰ ਦੀ ਸੈਕਸੁਅਲ ਟੈਕਸਟ ਹੈ ਇਹ, ਕਿ ਚਿੱਟਾ ਕਾਲਾ ਰੰਗ ਪਾ ਕੇ ਗਈ ਸੀ, ਚਿੱਟਾ ਰੰਗ ਹੋ ਗਿਆ, ਅਸਮਾਨੀ ਮੇਰਾ ਘੱਗਰਾ, ਅਸਮਾਨ ਜਿਹੜਾ ਘੱਗਰਾ ਤੇ ਕੋਈ ਹੁੰਦਾ ਨਹੀਂ, ਐਕਸਟ੍ਰੀਮ ਕਿਸਮ ਦੀ ਸੈਕਸੁਅਲਿਟੀ ਜਿਹੜੀ ਉਹ ਮਾਣ ਨਹੀਂ ਸਕੀ। ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਲੀ ਟੰਗਾ, ਹੁਣ ਘਰ ਆ ਗਈ, ਘਰ ਚੋਂ ਘਰ ਦੀ ਮਾਲਕੇ ਮੈਂ, ਭਾਵੇਂ ਇਸ ਕਿੱਲੀ ਟੰਗਾ ਭਾਵੇਂ ਉਸ ਕਿੱਲੀ ਟੰਗਾ। ਇਸ ਤਰ੍ਹਾਂ ਦੀਆਂ ਜਦੋਂ ਤੁਸੀਂ ਟੈਕਸ ਕਰੋਗੇ ਉਹ ਤੁਸੀਂ ਕਰ ਲਓਗੇ, ਪਰ ਜਿੱਥੇ ਸ਼ਬਦ ਹੈ ਹੀ ਨਹੀਂ ਉੱਥੇ ਕੀ ਕਰੋਗੇ? ਆਖਰੀ ਗੱਲ, ਕੁੜੀਆਂ ਸ਼ਟਾਪੂ ਖੇਡਦੀਆਂ ਨੇ, ਕੀ ਚੀਜ਼ ਹੈ ਸ਼ਟਾਪੂ? ਇੱਕ ਕੁੜੀ ਘਰੋਂ ਬਾਹਰ ਨਿਕਲੀ ਹੈ, ਉਹਨੇ ਲੀਕਾਂ ਵਾਹੀਆਂ ਨੇ, ਉਹਦੇ ਕੋਲ ਕੋਈ ਨਹੀਂ ਹੈਗਾ ਕਹਿਣ ਵਾਸਤੇ ਕਿ ਇੰਨੀਆਂ ਲੀਕਾਂ ਵਾਹ, ਇੰਨੀਆਂ ਲੀਕਾਂ ਵਾਹ, ਉਹਨੇ ਲੀਕਾਂ ਵਾਹ ਲਈਆਂ, ਲੀਕਾਂ ਵਾਹ ਕੇ ਫਿਰ ਉਹ ਇੱਕ ਵੀਕਰੀ ਲੈਂਦੀ ਹੈ, ਉਹ ਵੀਕਰੀ ਨੂੰ ਉਹ ਹਰ ਖਾਨੇ ਵਿੱਚੋਂ ਇੱਕ ਲੱਤ ਦੇ ਭਾਰ ਪਾਰ ਕਰਦੀ ਹੈ, ਇੱਕ ਲੱਤ ਦੇ ਭਾਰ। ਅਰਧਨਾਰੀ ਈਸ਼ਵਰ ਦਾ ਕਨਸੈਪਟ, ਦਿਮਾਗ ਵਿੱਚ ਮੈਂਟਲ ਮੇਕਅਪ ਹੋ ਰਹੀ ਹੈ, ਤੂੰ ਪੂਰਨ ਨਹੀਂ, ਅਪੂਰਨ ਹੈ। ਇੱਕ ਲੱਤ ਦੇ ਭਾਰ ਉਹ ਸਾਰਾ ਸਰਕਲ ਲਾਈਫ ਦਾ ਮੁਕੰਮਲ ਕਰਦੀ ਹੈ, ਔਰ ਜਦੋਂ ਘਰ ਦਾ ਉਹ ਮੁਕੰਮਲ ਕਰਦੀ ਹੈ
ਸਾਰੀ ਖੇਡ ਦਾ ਲਗੁਤਮ ਕੀ ਹੈ ਕਿ ਉਹ ਪਿੱਠ ਪਿੱਛੇ ਘਰ ਮਲਦੀ ਹੈ। ਪਿੱਠ ਪਿੱਛੇ ਘਰ ਮਲਣ ਦਾ ਕੀ ਮਤਲਬ ਹੈ? ਉਹਦਾ ਰਿਸ਼ਤਾ ਕਿਸੇ ਚਾਚੀ ਨੇ, ਨਾਨੀ ਨੇ, ਕਿਸੇ ਨੈਣ ਨੇ, ਕਿਸੇ ਭੂਆ ਨੇ ਕਰ ਲੈਣਾ। ਜਿਸ ਘਰ ਚ ਗੁਣਾ ਪੈ ਗਿਆ, ਅੱਖਾਂ ਮੀਟ ਕੇ ਉਹ ਘਰ ਪ੍ਰਵਾਨ ਕਰਦੀ ਹੈ, ਉੱਥੇ ਕ੍ਰੋਸ ਲਾਉਂਦੀ ਹੈ। ਜਿਸ ਘਰ ਚ ਉਹ ਕ੍ਰੋਸ ਲਾਉਂਦੀ ਹੈ, ਉੱਥੇ ਦੋ ਪੈਰ ਰੱਖ ਕੇ ਖਲੋਂਦੀ ਹੈ। ਜਿੱਥੇ ਉਹ ਦੋ ਪੈਰ ਰੱਖ ਕੇ ਖਲੋਂਦੀ ਹੈ, ਦੂਜੀ ਕੁੜੀ ਉਸ ਘਰ ਚ ਪੈਰ ਨਹੀਂ ਪਾਉਂਦੀ। ਜਿਹੜੀ ਮੈਂ ਮੁਦਾਵਣੀ ਕਹਿਣੀ ਚਾਹੁੰਦਾ ਤੁਹਾਡੇ ਲਈ ਗੱਲ, ਵੈਸੇ ਤਾਂ ਮੈਂ ਦੋ ਚਾਰ ਮਿੰਟ ਲੇਟ ਹੋ ਗਿਆ। ਬੇਟੇ, ਜੇ ਜ਼ਿੰਦਗੀ ਚ ਕੁਛ ਬਣਨਾ ਹੈ ਨਾ, ਤਾਂ ਨਿੱਕੇ ਨਿੱਕੇ ਫੈਸਲੇ ਆਪ ਕਰਨੇ ਸਿੱਖੋ। ਇਹ ਨਿੱਕੇ ਨਿੱਕੇ ਫੈਸਲਿਆਂ ਤੋਂ ਤੁਸੀਂ ਵੱਡੇ ਫੈਸਲਿਆਂ ਤੇ ਜਾਓਗੇ। ਅਸੀਂ ਨਿੱਕੇ ਨਿੱਕੇ ਫੈਸਲੇ ਕੀਤੇ ਵੀ ਇਹ ਕਰਨਾ ਨਹੀਂ ਕਰਨਾ, ਇਹ ਕਰਨਾ ਕਿ ਨਹੀਂ। ਦੁਬਧਾ ਚ ਨਾ ਰਹੋ। ਮੈਂ ਬਹੁਤ ਬਹੁਤ ਸੰਖੇਪ ਵਿੱਚ ਕਹਿਣਾ ਚਾਹੁੰਦਾ, ਤੁਸੀਂ ਧੀਆਂ ਬੈਠੀ ਹੋ ਤਾਂ ਤੁਹਾਨੂੰ ਇਹ ਗੱਲ ਕਹਿ ਰਿਹਾ। ਮਿਸਾਲ ਦੇ ਤੌਰ ਤੇ ਦੋ ਬੱਚੀਆਂ ਇੱਕ ਸਵੈਟਰ ਖਰੀਦਣ ਜਾਂਦੀਆਂ ਨੇ ਕਿਸੇ ਦੁਕਾਨ ਤੇ। ਇੱਕ ਬੱਚੀ ਨੇ ਸਵੈਟਰ ਖਰੀਦਣਾ, ਦੂਜੀ ਨਾਲ ਚਲੀ ਗਈ। ਹੁਣ ਸਵੈਟਰ ਜਿਸਨੇ ਖਰੀਦਣੀਆਂ ਤੇ ਇੱਕ ਬੱਚੀ ਜਿਹਨੇ ਸਵੈਟਰ ਖਰੀਦਣਾ ਉਹ ਵੀ ਦੇਖ ਰਹੀ ਹੈ, ਦੂਜੀ ਵੀ ਦੇਖ ਰਹੀ ਹੈ। ਇੱਕ ਉੱਥੇ ਦੇਖ ਰਹੀ ਹੈ, ਕੈਦਰ ਦੇਖ ਰਹੀ ਹੈ। ਜਿਹਨੇ ਸਵੈਟਰ ਖਰੀਦਣ ਗਈ ਹੈ ਉਹਨੇ ਇੱਕ ਸਵੈਟਰ ਚੱਕਿਆ, ਸਵੈਟਰ ਚੱਕ ਕੇ ਉਸਨੂੰ ਕਿਹਾ, ਰਿੰਪੀ ਇੱਕ ਮਿੰਟ ਆਈ ਦੇਖੀ ਜਰਾ। ਉਹ ਕਹਿ ਗਈ ਇਹ, ਉਹ ਉੱਥੇ ਰੱਖ ਦੇਗੀ, ਨਵਾਂ ਦੇਖਣ ਲੱਗ ਜਾਏਗੀ। ਔਰ ਵਾਰ ਵਾਰ ਦੇਖ ਕੇ ਅਖੀਰ ਨੂੰ ਸਾਰਾ ਕੁਛ ਹੋ ਗਿਆ। ਤੁਸੀਂ ਕੀ ਸਮਝੋ ਵੀ ਇਹ ਉਸਦੀ ਦੁਬਧਾ ਉੱਥੋਂ ਤੱਕ ਰਹੇਗੀ? ਮੰਨ ਲਓ ਕੱਲ ਨੂੰ ਉਸਦਾ ਵਿਆਹ ਹੋ ਜਾਂਦਾ, ਔਰ ਵਿਆਹ ਹੋ ਗਿਆ, ਉਹੀ ਸਹੇਲੀ ਉਹਨੂੰ ਫਿਰ ਮਿਲਦੀ ਹੈ ਕਿਤੇ, ਜਾਂ ਕੋਈ ਸਹੇਲੀ ਮਿਲਦੀ ਹੈ ਮੌਲ ਦੇ ਚ ਖੜੀ ਹੈ, ਉਹ ਬੇਬੀ ਜਿਹੜੀ ਵਿਆਹੀ ਬਣੀ ਹੈ ਉਸ ਬੰਦੇ ਨਾਲ ਰਹਿ ਰਹੀ ਹੈ, ਗਈ ਤਾਂ ਕਿਸੇ ਹੋਰ ਬੰਦੇ ਨਾਲ ਹੈ, ਲੇਕਿਨ ਆਏਗੀ ਨਹੀਂ ਉਸ ਆਦਮੀ ਨਾਲ। ਥੈਂਕ ਯੂ ਵੈਰੀ ਮਚ। ਔਰ ਸ਼ੁਕਰੀਆ ਕਿਰਪਾਲ ਜਗ ਜੀ ਦਾ, ਜਿਨ੍ਹਾਂ ਨੇ ਬੜੀਆਂ ਗੰਭੀਰ ਜਹੀਨ ਤੇ ਮਹੀਨ ਗੱਲਾਂ ਕੀਤੀਆਂ, ਔਰ ਸੱਭਿਆਚਾਰ ਦੀਆਂ ਉਹ ਗੱਲਾਂ ਕੀਤੀਆਂ ਜਿਹੜੀਆਂ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਮੰਨਦੇ ਹਾਂ। ਔਰ ਕਜਾਕ ਸਾਹਿਬ ਨੂੰ ਕਈ ਘੰਟੇ ਸੁਣਿਆ ਜਾ ਸਕਦਾ ਔਰ ਸੁਣਨਾ ਚਾਹੀਦਾ, ਪਰ ਕਿਉਂਕਿ ਅਗਲਾ ਸੈਸ਼ਨ 11:30 ਡਾਇਰੈਕਟਰ ਗੋਪਾਲ ਸਿੰਘ ਭੱਟਰ ਹੋਰਾਂ ਨੇ ਸਾਹਮਣੇ, ਤਾਂ ਉਹ ਸਮਾਂ ਜਿਹੜਾ ਸਾਨੂੰ ਧਿਆਨ 'ਚ ਰੱਖਣਾ ਪੈਣਾ, ਇੱਥੇ 3 ਸੈਸ਼ਨ ਹੋਣਗੇ, ਇਸ ਲਈ ਇੱਕ ਸਾਡੀ ਸੀਮਾ ਸੀ। ਔਰ ਮੇਰਾ ਜੀ ਇਹ ਕਰਦਾ ਸੀ ਕਿ ਜੇ ਅਗਲਾ ਸੈਸ਼ਨ ਨਾ ਹੁੰਦਾ ਤੇ ਮੈਂ ਤਾਂ ਸੁਣੀ ਜਾਣਾ ਸੀ, ਤੇ ਬਹੁਤ ਵਧੀਆ ਮੈਂ ਕਹਿੰਦਾ ਕੀ ਹੈ, ਤੁਸੀਂ ਕਹਿੰਦੇ ਅੰਗੂਠਾ, ਆਹ ਉਂਗਲੀਆਂ ਨੇ, ਆਹ ਗਿੱਬੀ ਹੈ, ਆਹ ਛੱਪਰ ਹੈ, ਹਾਂਜੀ ਆਹ ਵੀਣੀ ਹੈ, ਤੇ ਉਹ ਗੁੱਟ ਤੇ ਪੈਂਦੀਆਂ ਨੇ, ਜਾਂ ਵੀਣੀ ਤੇ ਪੈਂਦੀਆਂ, ਗੁੱਟ ਤੇ ਇੱਥੋਂ ਤੱਕ ਆ, ਵੀਣੀ ਤੇ ਪੈਂਦੀਆਂ ਨੇ, ਲੇਕਿਨ ਹੱਥੇ ਚ ਪਾਉਣ ਵਾਲਾ ਗਹਿਣਾ। ਸੋ ਤੁਸੀਂ ਜਦੋਂ ਕਿਤਾਬ ਵੀ ਪੜ੍ਹਨੀ ਹੈ ਨਾ, ਤਾਂ ਪ੍ਰਸ਼ਨ ਸੂਚਿਤ ਚਿੰਨ ਰੱਖ ਕੇ ਆਪਣੇ ਮਨ ਚ, ਫਿਰ ਉਹਦੀ ਅਥੈਂਟਿਸਿਟੀ ਪਹਿਲਾਂ ਦੇਖ ਲੈਣਾ। ਸਵਾਲ ਦੱਸੋ ਵੀ ਤੁਸੀਂ ਕਿਹੜੀ ਜਮਾਤ ਦੇ ਵਿਦਿਆਰਥੀ ਹੋ? ਐਮਏ ਬੀਏ? ਅੱਛਾ, ਇਹਦਾ ਮਤਲਬ ਜਿਹੜਾ ਤੁਹਾਡਾ ਏਜ ਗਰੁੱਪ ਹੈ ਉਹ ਲਗਭਗ 18 ਸਾਲ ਦੇ ਲਗਭਗ ਇਸ ਉਮਰ ਦੇ ਤੁਸੀਂ ਸੀ। ਉਹਨਾਂ ਸਮੇਂ ਦੇ ਤੁਹਾਡਾ ਜਿਹੜਾ ਜੀਵਨ ਸੀ, ਤੁਹਾਡਾ ਜਿਹੜਾ ਕੰਮ ਸੀ, ਕਾਰਜ ਸੀ, ਜਿਹੜੀ ਸਮਝ ਸੀ, ਉਹ ਤੁਸੀਂ ਕਿਸ ਨੂੰ ਮਤਲਬ ਵਿਆਉਂਦੇ ਸੀ, ਜਾਂਦੇ ਸੀਗੇ 18 ਸਾਲ ਦੀ ਉਮਰ ਦੇ ਜਿਹੜੇ ਏਜ ਸੀ ਇਸ ਤਰ੍ਹਾਂ? ਬੇਟਾ ਮੈਂ ਜਦੋਂ ਛੋਟਾ ਜਿਹਾ ਸੀ, ਛੋਟਾ ਜਿਹਾ ਮਤਲਬ ਇਸ ਤਰ੍ਹਾਂ ਮੈਨੂੰ ਬਚਪਨ, ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਮੈਂ ਲਿਖੀਆਂ, ਲੇਕਿਨ ਮੇਰੀ ਕਹਾਣੀ ਦੇ ਵਿੱਚ ਕਿਸੇ 'ਚ ਬੱਚਾ ਨਹੀਂ ਹੈਗਾ, ਕਿਉਂਕਿ ਮੇਰਾ ਆਪਣਾ ਬਚਪਨ ਮਿਸਿੰਗ ਹੈ। ਮੈਨੂੰ ਪਤਾ ਨਹੀਂ ਹੁੰਦਾ ਬਚਪਨ ਕੀ ਹੁੰਦਾ, ਕਿਉਂਕਿ ਬਚਪਨ ਤਾਂ ਪਤਾ ਨਹੀਂ ਲੱਗਾ ਕਦੋਂ ਬੀਤ ਗਿਆ, ਸਿਆਣੇ ਬਣ ਗਏ। ਮੈਂ ਬਹੁਤ ਛੋਟੀ ਜਿਹੀ ਉਮਰ ਸੀ ਜਦੋਂ ਮੈਂ ਅਮ੍ਰਿਤਾ ਹੋਰਾਂ ਦੇ ਸੰਪਰਕ 'ਚ ਆਇਆ, ਤਾਂ ਮੇਰੇ ਪਿਤਾ ਜੀ ਬਿਮਾਰ ਸਨ, ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਹੈ, ਤਾਂ ਉਹ ਕਹਿਣ ਲੱਗੇ ਕਿ ਇੱਕ ਬਹੁਤ ਖਤਰਨਾਕ ਕੰਮ ਹੈ ਜੇ ਤੁਸੀਂ ਕਰ ਸਕੋ। ਮੈਂ ਕਿਹਾ ਕਰ ਦਿੰਦਾ ਜੀ। ਤਾਂ ਬਿਹਾਰ ਦੇ ਵਿੱਚ ਕੁਛ ਕਬੀਲੇ ਸਨ ਜਿਨ੍ਹਾਂ ਦੇ ਉੱਤੇ ਪਹਿਲੀ ਵਾਰੀ ਮੈਂ 17.5 ਸਾਲ ਦੀ ਉਮਰ ਦੇ ਵਿੱਚ ਕੰਮ ਕੀਤਾ। ਉਹ ਮੇਰੀ ਕਿਤਾਬ ਹੈ, ਇੱਕ ਅੰਗਰੇਜ਼ੀ ਦੇ ਵਿੱਚ ਕਿਤਾਬ ਹੈ ਇੰਡੀਅਨ ਟ੍ਰਾਈਬਸ, ਉਹਦੇ 'ਚ 3 ਤਰ੍ਹਾਂ ਦੇ ਕਬੀਲੇ ਨੇ, ਸੰਥਾਲ, ਮੁੰਡਾ
ਤੇ ਉਰਾਓ। ਔਰ ਜਦੋਂ ਮੈਂ ਕੰਮ ਕਰਨ ਗਿਆ ਮੇਰੇ ਕੋਲ ਇੱਕ ਉਹਦੀ ਜਿਹੜੀ ਚਿੱਠੀ ਸੀ, ਇੱਕ ਬਹੁਤ ਵੱਡੀ ਹਿੰਦੁਸਤਾਨ ਦੀ ਲੇਖਕ ਸੀ ਮਹਾਸ਼ਵੇਤਾ ਦੇਵੀ, ਉਹਦੇ ਨਾਂ ਦੀ ਚਿੱਠੀ ਸੀ, ਅਮ੍ਰਿਤਾ ਹੋਰਾਂ ਨੇ ਮੈਨੂੰ ਲੈ ਕੇ ਦਿੱਤੀ। ਉਹਨੇ ਮੈਨੂੰ ਕਿਹਾ ਭੱਜ ਜਾ ਇੱਥੋਂ, ਇੱਥੇ ਤੈਨੂੰ ਮਾਰ ਦੇਣਗੇ, ਬਹੁਤ ਕ੍ਰਿਮੀਨਲ ਟ੍ਰਾਈਬ ਹੈ। ਲੇਕਿਨ ਮੈਂ ਗਿਆ ਨਹੀਂ, ਉੱਥੇ ਕਿਸੇ ਗੁਰਦੁਆਰੇ ਸੀ, ਮੇਰੇ ਇੱਕ ਮਾਸਟਰ ਸਨ ਉੱਥੇ ਗਾਵਾਂ ਵੱਢਣ ਵਾਸਤੇ ਲੈ ਕੇ ਜਾਂਦੇ ਸੀ। ਉਹਨਾਂ ਨੇ ਮੈਨੂੰ ਕੁਛ ਉਹਨਾਂ ਲੋਕਾਂ ਦੇ ਵਿੱਚ ਪਲਾਂਟ ਕਰ ਦਿੱਤਾ ਜਿਹੜੇ ਲੋਕ ਉੱਥੇ ਡੱਗੀ 'ਤੇ ਸਮਾਨ ਲੈ ਕੇ ਜਾਂਦੇ ਸੀ, ਕੱਪੜਾ ਦੂਸਰਾ, ਉੱਥੋਂ ਫਿਰ ਜੜੀਆਂ ਬੂਟੀਆਂ ਲੈ ਕੇ ਆਉਂਦੇ ਸੀ। ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਪਤਾ ਲੱਗਾ ਕਿ ਬਿਹਾਰ ਦੇ ਜਿਹੜੇ ਜੰਗਲ ਨੇ ਉਹਨਾਂ ਦੇ ਵਿੱਚ ਦਲਦਲ ਹੈ, ਉੱਤੇ ਮਤਲਬ ਪਈ ਹੋਈ ਹੈ ਜੀ, ਪੱਤੇ ਪਏ ਹੋਏ ਨੇ, ਤੁਸੀਂ ਉਹ ਪੱਤਿਆਂ ਦੇ ਉੱਤੇ ਪੈਰ ਰੱਖ ਦਿੱਤਾ, ਬਸ ਗਏ ਥੱਲੇ। ਔਰ ਜਿਹੜੇ ਚਸ਼ਮੇ ਨੇ ਉਹ ਗੰਧਕ ਦੇ ਚਸ਼ਮੇ ਨੇ, ਮਾੜਾ ਜਿਹਾ ਹੱਥ ਪਿਆ ਉਸੇ ਵੇਲੇ ਉਂਗਲੀ ਗਲਣੀ ਸ਼ੁਰੂ ਹੋ ਗਈ, ਬੰਦਾ ਪਾਣੀ ਨਹੀਂ ਪੀ ਸਕਦਾ। ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਪਤਾ ਲੱਗਾ ਕਿ ਬੰਦਿਆਂ ਨਾਲੋਂ ਜ਼ਿਆਦਾ ਜਾਨਵਰ ਸਿਆਣੇ ਨੇ। ਅਸੀਂ ਖੱਚਰਾਂ ਨੂੰ ਫੋਲੋ ਕਰਦੇ ਸਾਂ ਕਿ ਜਿੱਥੇ ਥੱਲੇ ਦਲਦਲ ਹੁੰਦੀ ਸੀ ਉਹਨਾਂ ਨੂੰ ਕੁਦਰਤ ਨੇ ਇੰਨੀ ਤੌਫੀਕ ਦਿੱਤੀ ਸੀ, ਉੱਥੋਂ ਪਾਸਾਂ ਵੱਟ ਜਾਂਦੀਆਂ ਸਨ। ਫਿਰ ਜਾਨਵਰ ਜਿਹੜੇ ਸਨ ਉਹਨਾਂ ਨੂੰ ਪਤਾ ਸੀ ਕਿ ਕਿਹੜੇ ਚਸ਼ਮੇ ਦਾ ਪਾਣੀ ਪੀਣਾ, ਕਿਹੜੇ ਚਸ਼ਮੇ ਦਾ ਪਾਣੀ ਨਹੀਂ ਪੀਣਾ। ਮੈਂ ਹੁਣੇ ਅਜੇ ਲੇਹ ਦੇ ਵਿੱਚ 2 ਸਾਲ ਰਹਿ ਕੇ ਕੰਮ ਕਰਕੇ ਆ, ਲੇਹ ਦੇ ਵਿੱਚ ਉੱਥੇ ਰਾਣੀ ਭੇਡ ਹੈ ਉਹਨਾਂ ਕੋਲ, ਜਿਹੜੇ ਜਿਹਨਾਂ ਲੋਕਾਂ ਦੇ ਵਿੱਚ ਮੈਂ ਰਿਹਾ ਉਹਨਾਂ ਦੇ ਵਿੱਚ ਮੈਂ ਪਲਾਂਟ ਹੋਇਆ। ਔਰ ਉਹ ਰਾਣੀ ਭੇਡ ਕੀ ਹੈ ਕਿ ਹਰ ਇੱਜੜ ਦੇ ਵਿੱਚ ਇੱਕ ਰਾਣੀ ਭੇਡ ਹੈ, ਔਰ ਰਾਣੀ ਭੇਡ ਜਿਹੜੀ ਉਹ ਦਾਜ ਵਿੱਚ ਦਿੰਦੇ ਨੇ, ਜਿਵੇਂ ਸਪੇਰੇ ਇੱਕ ਵੱਡਾ ਸੱਪ ਦਿੰਦੇ ਨੇ ਆਪਣੀ ਧੀ ਨੂੰ ਦਾਜ ਵਿੱਚ। ਉਹ ਜਿਹੜੀ ਰਾਣੀ ਭੇਡ ਹੈ, ਕੁੱਤੇ ਬੰਦੇ ਤੇ ਭੇਡਾਂ ਤੇ ਗਧੇ ਜਿਹੜੇ ਉਹਨਾਂ ਦੇ ਨਾਲ ਹੁੰਦੇ ਨੇ ਸਮਾਨ ਚੁੱਕਣ ਵਾਲੇ, ਉਹ ਉਸ ਭੇਡ ਨੂੰ ਫੋਲੋ ਕਰਦੇ ਨੇ। ਇਸ ਤਰ੍ਹਾਂ ਮਤਲਬ ਪਹਾੜ ਨੇ, ਉੱਤੇ ਰਿਵਰ ਨੇ, ਥੱਲੇ ਰਿਵਰ ਵਗ ਰਿਹਾ, ਉੱਤੋਂ ਬਰਫ਼ ਦੇ ਨਾਲ ਉਹ ਕੱਜਿਆ ਗਿਆ, ਤੁਸੀਂ ਅਰੂਈ ਹੈ, ਮਾੜਾ ਜਿਹਾ ਇੱਥੇ ਬੰਦਾ ਗਿਆ ਥੱਲੇ ਉਤਰਿਆ, ਪਤਾ ਨਹੀਂ ਕਿੱਥੇ ਜਾ ਕੇ ਨਿਕਲੇਗਾ। ਲੇਕਿਨ ਉਹਨਾਂ ਨੂੰ ਪਤਾ, ਉਹ ਰਾਣੀ ਭੇਡ ਨੂੰ ਪਤਾ ਕਿ ਥੱਲੇ ਇਹਦੇ ਖਤਰਾ, ਉਹ ਪਾਸਾਂ ਵੱਟ ਜਾਂਦੀਆਂ ਨੇ। ਔਰ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਬੇਟੇ, ਬੱਚਾ 7 ਘੰਟੇ ਦਾ ਹੁੰਦਾ, ਉਹਨੂੰ ਬਰਫ਼ 'ਚ ਦੱਬ ਦਿੰਦੇ ਨੇ, ਫਿਰ 7 ਘੰਟੇ ਦਾ ਹੋਊਗਾ ਤਾਂ, 7 ਦਿਨ ਦਾ ਹੋਊਗਾ ਤਾਂ, 7 ਮਹੀਨੇ ਦਾ ਹੋਊਗਾ, 17 ਸਾਲ ਦਾ ਹੋਊਗਾ ਤਾਂ। ਜੇ 7 ਮਹੀਨੇ ਦਾ 7 ਘੰਟਿਆਂ ਦਾ ਬੱਚਾ ਮਰ ਜਾਂਦਾ, 10-10 ਪਿੰਡ ਉਹਨੂੰ ਸੈਲੀਬ੍ਰੇਟ ਕਰਦੇ ਨੇ ਕਿ ਠੀਕ ਹੈ ਮਰ ਗਿਆ। ਜਿਹੜਾ ਬੱਚਾ ਸਰਵਾਈਵ ਨਹੀਂ ਕਰ ਸਕਦਾ ਉਹਦੇ ਜਿਉਣ ਦਾ ਕੋਈ ਮਤਲਬ ਹੀ ਨਹੀਂ ਹੈਗਾ। ਤੁਸੀਂ ਜਾ ਕੇ ਦੇਖੋ ਲਾਈਫ ਕਿਸ ਕਿਸਮ ਦੀ ਲਾਈਫ ਹੈ। ਔਰ ਵਿਆਹ ਹੁੰਦੇ ਨੇ, ਇੰਨਾ ਇੰਨਾ ਦੱਬ ਦਿੰਦੇ ਨੇ 20-20 ਬੱਚਿਆਂ ਨੂੰ ਬਰਫ਼ ਦੇ ਵਿੱਚ। ਜਿਹੜਾ ਬੱਚਾ ਜ਼ਿਆਦਾ ਚਿਰ ਰਹਿ ਸਕਦਾ ਬਰਫ਼ ਵਿੱਚ, ਉਹ ਸਭ ਤੋਂ ਸੋਹਣੀ ਕੁੜੀ ਨਾਲ ਵਿਆਹ ਕਰਾਊਗਾ। ਔਰ ਜਿਹੜਾ, ਔਰ ਕੁੜੀ ਦੀ ਕੀ ਪਛਾਣ ਹੈ, ਕਿੰਨੇ ਲੇਲੇ ਚੁੱਕ ਕੇ ਪਹਾੜ ਤੇ ਚੜ੍ਹ ਸਕਦੀ ਹੈ, 8-8 ਲੇਲੇ ਚੁੱਕ ਕੇ ਪਹਾੜ ਤੇ ਚੜ੍ਹ ਜਾਂਦੀਆਂ ਨੇ ਕੁੜੀਆਂ। ਅਸੀਂ ਇੱਥੇ ਬਹੁਤ ਸੁਖੀ ਹਾਂ ਬੇਟਾ, ਤੁਸੀਂ ਸੋਚ ਕੇ ਨਾ ਦੇਖੋ ਕਿ ਕਿਸ ਤਰ੍ਹਾਂ ਦੀ ਜਿਹੜੀ ਟ੍ਰਾਈਬਲ ਲਾਈਫ ਹੈ, ਇੰਨੀ ਮਤਲਬ ਨਾ ਬਹੁਤ ਜ਼ਿਆਦਾ ਟਿਪੀਕਲ ਹੈ। ਖੇਤਰ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਬਹੁਤ ਵੱਡਾ ਨਾ, ਔਰ ਇਹ ਕਿਰਪਾਲ ਗਜਾਗ ਜੀ ਦੇ ਪੁਰਾਣੇ ਦੋਸਤ ਵੀ ਨੇ, ਤਾਂ ਮੈਂ ਬੇਨਤੀ ਕਰਦਾ ਨਿਛੱਤਰ ਜੀ ਨੂੰ ਕਿ ਉਹ ਗੱਲਬਾਤ ਕਰੋ। ਨਿਛੱਤਰ ਜੀ ਦੋਸਤੋ, ਪਿਆਰੇ ਬੱਚਿਓ, ਕਿਰਪਾਲ ਗਜਾਗ ਜੀ ਤੋਂ ਬਾਅਦ ਕੋਈ ਗੱਲ ਮੈਨੂੰ ਲੱਗਦਾ ਵੀ ਕਹੀ ਮੈਂ ਨਹੀਂ ਕਹਿ ਸਕਦਾ ਕੁਛ ਵੀ ਹੋਰ। ਇਹ ਗਿਆਨ ਦਾ ਬਹੁਤ ਵੱਡਾ ਸਮੁੰਦਰ ਆ, ਖਜ਼ਾਨਾ, ਔਰ ਇਹ ਲਗਾਤਾਰ ਇੱਥੇ ਮੈਨੂੰ ਲੱਗਦਾ 2 ਦਿਨ 3 ਦਿਨ 4 ਦਿਨ ਲੱਗੇ ਰਹਿਣ, ਉਹ ਤਾਂ ਵੀ ਮੁੱਕਣਾ ਜੀ। ਮੇਰੇ ਨਾਲ ਇਹ ਪਹਿਲੀ ਵਾਰ 1973 'ਚ ਐਗਰੀਕਲਚਰ ਯੂਨੀਵਰਸਿਟੀ ਮਿਲੇ ਸੀ, ਉੱਥੇ ਗੋਸ਼ਟੀ ਹੋਈ ਸੀ, ਉੱਥੇ ਕਹਾਣੀ ਪੜ੍ਹੀ ਗਈ। ਅੱਜ ਤੋਂ ਦੇਖ ਲਓ 47-48 ਸਾਲ ਪਹਿਲਾਂ ਦੀ ਗੱਲ ਆ। ਉਹ ਸ਼ਾਮ ਨੂੰ ਹਰਭਜਨ ਹਲਵਾਰ ਵੀ ਬਹੁਤ ਵੱਡੇ ਕਵੀ ਸੀਗੇ, ਉਹਨਾਂ ਦੇ ਨਾਲ ਅੰਡਰਗਰਾਊਂਡ ਸੀ ਉਹ, ਬਾਅਦ ਚੋਂ ਟ੍ਰਿਬਿਊਨ ਦੇ ਐਡੀਟਰ ਵੀ ਲੱਗੇ। ਉਹਨਾਂ ਨੇ ਕਿਹਾ ਵੀ ਸ਼ਾਮ ਨੂੰ ਯਾਰ ਆਪਾਂ ਬੈਠਦੇ ਹਾਂ, ਯਾਰ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਨੇ। ਅਤੇ ਉਹਨਾਂ ਨੇ ਜੀ ਸ਼ਾਮ ਨੂੰ ਕਿਤੇ ਬੈਠੇ ਅਸੀਂ ਸਾਰੇ, ਇਹਨਾਂ ਤੋਂ ਉਹਨਾਂ ਨੇ ਕੁਛ ਗੱਲਾਂ ਸੁਣੀਆਂ। ਅਤੇ ਇਹਨਾਂ ਨੇ ਦੱਸਿਆ ਵੀ ਮੈਂ ਦੇਖੋ ਜੀ ਇੱਥੇ ਬੰਬੇ ਗਿਆ, ਉੱਥੇ ਫਿਲਮਾਂ ਦੇ ਜਿਹੜੇ ਵੱਡੇ ਵੱਡੇ ਬੋਰਡ ਨੇਗੇ ਉਹ ਪੇਂਟ ਕੀਤੇ, ਫਿਰ ਮੈਂ ਬੁੱਤ ਤਰਾਸ਼ੀ ਦਾ ਕੰਮ ਵੀ ਕੀਤਾ, ਔਰ ਜੇਬ ਕਤਰਿਆਂ ਨਾਲ ਵੀ ਰਿਹਾ। ਉਸ ਤੋਂ ਬਾਅਦ ਮੇਰੇ ਫਾਦਰ ਦੀ ਡੈਥ ਹੋ ਗਈ, ਮੈਂ ਵਾਪਸ ਆਇਆ ਪਿੰਡ, ਅਤੇ ਮੇਰੇ ਫਾਦਰ ਸਾਹਿਬ ਸਰਪੰਚ ਸੀਗੇ, ਅਤੇ ਉਹਨਾਂ ਤੋਂ ਬਾਅਦ ਪਿੰਡ ਵਾਲਿਆਂ ਨੂੰ ਲੱਗਿਆ ਵੀ ਮੈਂ ਬਹੁਤ ਸਮਝਦਾਰ ਬੰਦਾ, ਚਲੋ ਠੀਕ ਆ ਯਾਰ, ਕਹਿੰਦੇ ਇਹਨੂੰ ਸਰਪੰਚ ਬਣਾਓ।
ਉਹ ਸੁਣੀ ਗਏ ਸੁਣ ਕੇ ਹਲਵਾਰਵੀ ਜੀ ਕਹਿੰਦੇ ਕਹਿੰਦੇ ਕਜਾਕ ਸਾਹਿਬ ਇਹ ਜਿੰਨਾ ਕੁਛ ਤੁਸੀਂ ਦੱਸਿਆ ਕਿ ਮੈਂ ਇੱਥੇ ਘੁੰਮਿਆ ਇੱਥੇ ਗਏ ਇੱਥੇ ਗਏ ਉਸ ਹਿਸਾਬ ਨਾਲ ਤਾਂ ਤੁਹਾਡੀ ਉਮਰ ਕਹਿੰਦੇ 60-70 ਸਾਲ ਲੱਗਦੀ ਆ ਇਹ ਅੱਜ ਤੋਂ 45-47 ਸਾਲ ਪਹਿਲਾਂ ਦੀ ਗੱਲ ਆ ਅਤੇ ਕਹਿੰਦੇ ਜੀ ਦੇਖੋ ਜੋ ਕੁਛ ਮੈਂ ਦੱਸਿਆ ਨਾ ਬਿਲਕੁਲ ਸਹੀ ਆ ਬੜੇ ਕੰਫੀਡੈਂਸ ਨਾਲ ਇਹਨਾਂ ਨੇ ਕਿਹਾ ਵੀ ਠੀਕ ਆ ਉਮਰ ਉਮਰ ਤਾਂ ਮੈਨੂੰ ਪਤਾ ਨਹੀਂ ਗਾ ਪਰ ਜੋ ਮੈਂ ਕਿਹਾ ਨਾ ਉਹ ਬਿਲਕੁਲ ਸਹੀ ਹੈ ਅਤੇ ਮੈਂ ਸਾਰਾ ਕੁਛ ਆਪਣੇ ਪਿੰਡੇ ਉੱਤੇ ਹੰਢਾਇਆ ਔਰ ਉਹੀ ਕੰਫੀਡੈਂਸ ਇਹਨਾਂ ਦੀਆਂ ਕਹਾਣੀਆਂ ਸੀ ਜਿਹਨਾਂ ਨੂੰ ਹੁਣ ਪਿਛਲੇ ਦਿਨ ਸਾਹਿਤ ਅਕਾਡਮੀ ਦਾ ਅਵਾਰਡ ਮਿਲਿਆ ਔਰ ਸਾਹਿਤ ਅਕੈਡਮੀ ਦੇ ਅਵਾਰਡ ਵੇਲੇ ਭਾਈ ਵੀਰ ਸਿੰਘ ਸਾਹਿਤ ਸਦਨ ਆ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਾ ਵੀ ਇਹ ਬੰਦਾ ਕਾਰੀਗਰ ਰਾਜਗਿਰੀ ਕਰਦਾ ਇੱਥੇ ਤੱਕ ਪਹੁੰਚਿਆ ਫਿਰ ਉਹਨਾਂ ਨੇ ਸਾਹਿਤ ਅਕੈਡਮੀ ਦੇ ਅਵਾਰਡ ਤੋਂ 2-3 ਦਿਨ ਬਾਅਦ ਆਪਣੇ ਐਕਸ ਪ੍ਰਾਈਮ ਮਿਨਿਸਟਰ ਨੇ ਜਿਹੜੇ ਮਨਮੋਹਨ ਸਿੰਘ 1,00,000 ਰੁਪਏ ਦਾ ਇਨਾਮ ਉਹਨਾਂ ਨੇ ਦਿੱਤਾ ਕਹਿੰਦੇ ਇਹ ਬੰਦਾ ਬਹੁਤ ਵੱਡਾ ਉਸ ਨਾਮ ਤੋਂ ਉਹ ਨਾਮ ਜ਼ਿਆਦਾ ਵੱਡਾ ਸੀਗਾ ਔਰ ਕਜਾਕ ਜੀ ਦੀਵਾ ਵਾਲੇ ਸਾਰੀ ਰਾਤ ਇੱਕ ਗੋਸ਼ਟੀ ਚੱਲਦੀ ਹੁੰਦੀ ਸੀ ਉਸ ਗੋਸ਼ਟੀ 'ਚ ਅਸੀਂ ਸਾਰੇ ਜੁੜੇ ਹੋਏ ਗੋਰਖੀ ਜੀ ਹੈ ਪ੍ਰੇਮ ਗੋਰਖੀ ਕਜਾਕ ਔਰ ਆਮ ਸਿੰਘ ਪਣਖੀ ਅਤੇ ਮੈਂ ਵੀ ਸੀ ਉਹਨਾਂ 'ਚ ਅਤੇ ਉਹ ਜਿਹੜੀ ਗੋਸ਼ਟੀ ਹੁੰਦੀ ਸੀ ਜੀ ਦਿਨ ਰਾਤ ਨੂੰ ਹੁੰਦੀ ਸੀ ਸਾਰੀ ਰਾਤ ਚੱਲਦੀ ਸੀ ਕਹਾਣੀਆਂ ਪੜ੍ਹੀਆਂ ਜਾਂਦੀਆਂ ਸੀਗੀਆਂ ਉਹ ਸਮੇਂ ਦੇ ਵਿੱਚ ਐਕਚੁਲੀ ਸੰਵਾਦ ਹੁੰਦੇ ਸੀਗੇ ਅਤੇ ਉਹ ਕਹਾਣੀ ਦੀ ਵਰਕਸ਼ਾਪ ਸੀ ਇੱਕ ਤਰ੍ਹਾਂ ਦੀ ਉਹਦੇ ਵਿੱਚੋਂ ਜਿਹੜੇ ਵੀ ਬੰਦੇ ਨਿਕਲੇ ਨੇ ਨਾ ਉਹ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚੇ ਨੇ ਜਿਸ ਤਰ੍ਹਾਂ ਕਜਾਕ ਜੀ ਹੈ ਬਲਦੇਵ ਸੜਕਨਾਮਾ ਹਰਿਆਮ ਸੰਧੂ ਅਤੇ ਇਹ ਸਾਰੇ ਬੰਦੇ ਸਾਹਿਤ ਅਕੈਡਮੀ ਅਵਾਰਡ ਹੀ ਨੇਗੇ ਦੀਵਾ ਵਾਲੀ ਸਾਰੀ ਰਾਤ ਗੋਸ਼ਟੀ ਹੁੰਦੀ ਸੀ ਉਹ ਐਕਚੁਲੀ ਇੱਕ ਤਰ੍ਹਾਂ ਦੀ ਵਰਕਸ਼ਾਪ ਸੀਗੀ ਜਿੱਥੇ ਅਸੀਂ ਬਹੁਤ ਕੁਛ ਸਿੱਖਿਆ ਲੇਖਕ ਦੇ ਅੰਦਰ ਇਹ ਇੱਕ ਆਲੋਚਕ ਹੁੰਦਾ ਅਸੀਂ ਉਹਨੂੰ ਮਾਰਨ ਨਹੀਂ ਦਿੱਤਾ ਸਾਰਿਆਂ ਨੇ ਜਿਹੜੇ ਵੀ ਉਹ ਗੋਸ਼ਟੀਆਂ ਨਾਲ ਜੁੜੇ ਹੋਏ ਸੀਗੇ ਅਤੇ ਉਹ ਆਲੋਚਕ ਜਿੰਨੀ ਦੇਰ ਤੱਕ ਜਿਉਂਦਾ ਰਹੇਗਾ ਨਾ ਤਾਂ ਹੀ ਉਹ ਤੁਸੀਂ ਵਧੀਆ ਰਚਨਾ ਕੋਈ ਕਰ ਸਕਦੇ ਨਹੀਂ ਨਹੀਂ ਕਰ ਸਕਦੇ ਇਹ ਸਾਰਾ ਕਜਾਕ ਜੀ ਦੇ ਵਿੱਚ ਹੈ ਸਾਰਾ ਕੁਛ ਆਇਆ ਇਹਨਾਂ ਦੀ ਜ਼ਿੰਦਗੀ 'ਚ ਇਹਨਾਂ ਨੇ ਸਾਰਾ ਕੁਛ ਨਿਭਾਇਆ ਹੁਣ ਤੱਕ ਅਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹਨਾਂ ਨੂੰ ਸਾਹਿਤ ਅਕੈਡਮੀ ਦਾ ਅਵਾਰਡ ਮਿਲਿਆ ਅਤੇ ਆਹ ਇੰਨਾ ਕੁਛ ਤੁਹਾਡੇ ਨਾਲ ਇਹਨਾਂ ਨੇ ਸਾਂਝਾ ਕੀਤਾ ਅਤੇ ਮੇਰੇ ਕੋਲ ਤਾਂ ਹੋਰ ਕੋਈ ਬੋਲਿਆ ਨਹੀਂ ਜਾਂਦਾ ਜੀ ਬਸ ਗੱਲ ਹੋਰ ਸਾਂਝੀ ਕਰਨੀ ਹੈ ਜਿਵੇਂ ਨਛੱਤਰ ਜੀ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਹੈ ਉਹਨਾਂ ਨੇ ਸਨਮਾਨ ਦਿੱਤਾ ਔਰ ਉਹਨਾਂ ਨੇ ਆਪਣੇ ਘਰ ਇਹਨਾਂ ਨੂੰ ਭੋਜਨ 'ਤੇ ਬੁਲਾਇਆ ਔਰ ਉਹਨਾਂ ਦੀ ਲਾਇਬ੍ਰੇਰੀ ਬਹੁਤ ਵੱਡੀ ਹੈ ਕਿ ਉਹ ਹੁਣ ਵੀ 1 ਵਜੇ ਤੱਕ ਪੜ੍ਹਦੇ ਆ ਉਹ 'ਚ ਇੱਕ ਗੱਲ ਜਿਹੜੀ ਕਮਾਲ ਦੀ ਹੈ ਕਿ ਉਹ ਇਹ ਕਿ ਉਹਨਾਂ ਨੇ ਕਿਹਾ ਕਿ ਕਜਾਕ ਸਾਹਿਬ ਮੈਂ ਤੁਹਾਡੀਆਂ ਕਹਾਣੀਆਂ ਪੜ੍ਹਨੀਆਂ ਚਾਹੁੰਦਾ ਇਹ ਕਹਿੰਦੇ ਮੇਰੇ ਕੋਲ ਕਿਤਾਬ ਹੈ ਨਹੀਂ ਉਹ ਕਹਿੰਦੇ ਪਲੀਜ਼ ਮੈਨੂੰ ਤੁਸੀਂ ਆਪਣੀ ਕਿਤਾਬ ਭੇਜੋ ਇਹ ਕਹਿੰਦੇ ਭੇਜ ਦਾਂਗਾ ਪਰ ਕਹਿੰਦੇ ਤੁਸੀਂ ਆਪਣੇ ਸਾਈਨ ਕਰਕੇ ਭੇਜੋ ਵੀ ਮੈਂ ਤੁਹਾਡੇ ਆਟੋਗ੍ਰਾਫ ਮਤਲਬ ਗ੍ਰਾਫ ਲੈ ਕੇ ਉਹ ਕਿਤਾਬ ਪੜ੍ਹਨੀ ਚਾਹੁੰਦਾ ਕਿੱਡੀ ਵੱਡੀ ਗੱਲ ਹੈ ਸਰ ਔਰ ਇਹ ਇਹਨਾਂ ਦੀ ਰਚਨਾ ਦਾ ਹੀ ਅਸਰ ਹੈ ਕਿ ਉਹਨਾਂ ਨੇ ਕਿਹਾ ਜਦ ਵੀ ਤੁਸੀਂ ਦਿੱਲੀ ਆਓ ਮਿਲ ਕੇ ਜਾਣਾ ਤੁਹਾਨੂੰ ਪਤਾ ਕਿ ਇੱਥੇ ਵਿਧਾਇਕ ਨੂੰ ਮਿਲਣਾ ਕਿੰਨਾ ਔਖਾ ਹੈ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ ਜਦ ਵੀ ਆਓ ਮਿਲ ਕੇ ਜਾਓ ਇਹ ਇਹਨਾਂ ਦੀ ਕਲਮ ਦਾ ਅਸਰ ਹੈ ਤਾਂ ਸਲਾਮ ਹੈ ਕਜਾਕ ਸਾਹਿਬ ਨੂੰ